ਸ਼ੇਰੇ ਪੰਜਾਬ 600 ਏਮ 'ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:13 ਹੋਏ ਨੇ ਅਤੇ 3 ਮਈ ਦਾ ਦਿਨ ਵਰਾ 2024 ਦਾ ਯੋਮਲ ਯੁਮਾ ਸ਼ੁੱਕਰਵਾਰ ਹੈ। 20 ਹੋ ਗਿਆ ਵਿਸਾਖ, ਨਾਨਕ ਸ਼ੇ ਸੰਮਤ 556 ਖਮਸੋ ਮੀਆਂ ਸਿੱਤੇ ਖਮਸੀਨ ਅਹਿਲਨ ਵਸਹਿਲਨ ਲਾਂਗੇ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਾਜ ਨਵਕੈਨ ਸਿੰਘ ਪੱਤੀ ਨਾਲ ਪੱਤੀ ਸੇਖਵਾਂ ਬਰਨਾਲੇ ਹੋਏਗੀ ਗੱਲਬਾਤ। ਆਖਰੀ ਸ਼ੁੱਕਰਵਾਰ ਤੁਹਾਡੇ ਨਾਲ ਖੁੱਲ੍ਹੀ ਵਿਚਾਰ ਚਰਚਾ ਹੁੰਦੀ ਹੈ 11 ਤੋਂ 12 ਵਜੇ ਤੱਕ ਖੁੱਲ੍ਹੀ ਵਿਚਾਰ ਚਰਚਾ ਕਿਸੇ ਵਿਸ਼ੇ ਦੇ ਬਾਰੇ। ਇੱਕ ਮਹੀਨਾ ਜਿਹੜਾ ਪਿਛਲਾ ਤੁਸੀਂ ਗੱਲ ਨਹੀਂ ਕਰ ਸਕੇ ਤਾਂ ਕਰ ਸਕਦੇ ਹੋ। ਵੱਡੀ ਡਿਵੈਲਪਮੈਂਟ ਜਿਹੜੀ ਹੋ ਰਹੀ ਹੈ ਸਰਾ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਕਤਲ ਦੇ ਸੰਬੰਧੀ, ਸਰਦੂਲ ਸਿੰਘ ਸੁੱਖਾ ਦੁੰਨੇ ਕੇ ਦੇ ਸੰਬੰਧੀ ਅਤੇ ਸਰਦਾਰ ਉੱਪਲ ਅਤੇ ਉਹਨਾਂ ਦੇ ਬੇਟੇ ਦਾ ਐਡਮਿੰਟਨ ਦੇ ਵਿੱਚ, ਇਹ ਤਿੰਨਾਂ ਕਤਲਾਂ ਦੇ ਵਿੱਚ ਜਿਹੜੀ ਖਬਰ CBC ਨੇ ਦਿੱਤੀ ਹੈ, ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਇਸ ਦੀਆਂ ਤਾਰਾਂ ਜੁੜ ਰਹੀਆਂ ਨੇ। ਜਵਾਕ ਇੱਥੇ 21-22 ਵਰ੍ਹਿਆਂ ਦੇ, ਉਹ ਆਏ ਕਿਸ ਤਰ੍ਹਾਂ, ਆਏ ਸਟੂਡੈਂਟ ਵੀਜ਼ੇ 'ਤੇ ਆਏ ਕਿਸ ਤਰ੍ਹਾਂ ਆਏ, ਪੁਲਿਸ ਹਲੇ ਦੱਸੇਗੀ। ਪਰ ਇਹ ਬ੍ਰੇਕ ਹੋਈ ਆ ਸਟੋਰੀ, ਇਸ 'ਤੇ ਗੱਲਬਾਤ ਜਾਂ ਫਿਰ ਤੁਸੀਂ ਕੋਈ ਵਿਸ਼ਾ ਪਿਛਲਾ ਇੱਕ ਮਹੀਨੇ ਦਾ ਰਹਿ ਗਿਆ ਹੋਵੇ, ਕਿਉਂਕਿ ਹਰ ਸ਼ੁੱਕਰਵਾਰ ਆਖਰੀ ਸ਼ੁੱਕਰਵਾਰ ਮਹੀਨੇ ਦੇ ਤੁਹਾਡੇ ਨਾਲ ਵਾਅਦਾ ਹੈ, ਅਤੇ ਪਿਛਲੇ ਵਾਰ ਆਪਾਂ 11-12 ਤਰੀਕ ਨੂੰ ਗੱਲ ਕੀਤੀ ਸੀ, ਸੋ ਅੱਜ ਫੇਰ 11 ਤੋਂ 12 ਉਹ ਸਮਾਂ, 12 ਆਪਣੇ 11 ਤੋਂ 12 ਉਸ ਸਮੇਂ 'ਤੇ 12 ਤੋਂ 1 ਵਜੇ ਤੱਕ ਮੇਰਾ ਪਿੰਡ ਮੇਰੇ ਖੇਤ 'ਚ ਛੂਹਾਂਗੇ ਪੰਜਾਬ ਦਾ ਕੋਈ ਸ਼ਾਨਦਾਰ ਰੰਗ ਫੇਰ। 204-204-0600 ਇਹ ਆਉਣ ਨੰਬਰ ਹੈ, ਇਸੇ ਨੰਬਰ 'ਤੇ ਤੁਸੀਂ ਵਟਸਐਪ ਭੇਜ ਸਕਦੇ ਹੋ। ਧੰਨਵਾਦ ਜਿਹੜਾ ਵੀ ਤੁਸੀਂ ਵਟਸਐਪ ਦਾ ਸੁਨੇਹਾ ਦੇਣਾ ਚਾਹੋ। ਮੇਰਾ ਸੈੱਲ ਨੰਬਰ 604-729-1224 604-729-1224 ਇਹ ਸੈੱਲ ਨੰਬਰ ਤੁਹਾਨੂੰ ਦਿੱਤਾ ਹੋਇਆ। ਕੋਈ ਵੀ ਵਿਸ਼ਾ, ਕੋਈ ਵੀ ਕਮੈਂਟ ਦੀ ਗੱਲਬਾਤ, ਕਿਤੇ ਕੋਈ ਅਜਿਹਾ ਵੇਖਦੇ ਹੋ ਜਿਹੜੀ ਸਾਡੇ ਤੱਕ ਪਹੁੰਚਦੀ ਕਰਨੀ ਹੈ ਤਾਂ ਇਸ ਨੰਬਰ 'ਤੇ ਕਰਨੀ ਹੈ, 604-729-1224 ਅਤੇ ਔਨ ਏਅਰ ਨੰਬਰ 604-204-0600 ਉੱਥੇ ਵੀ ਦੱਸ ਸਕਦੇ ਹੋ। ਰਿਸੈਪਸ਼ਨ 'ਤੇ ਪੱਲਵੀ ਹੁੰਦੀ ਹੈ, ਪੱਲਵੀ ਕਸ਼ਪ। ਇਸ ਪੰਜਾਬੇ ਪਾਣੀ ਆਇਆ ਧਰਤ ਪਈ ਸ਼ਰਮਾਏ, ਰਸ ਤਰਿਆਰ ਫਿਰੀ ਸਭ ਥਾਈ ਸਭ ਨਗਰ ਹਰਿਆਏ, ਇਸ ਪੰਜਾਬੇ ਅੱਖਰ ਫਲਿਆ ਧਨ ਧਨ ਪਾਠ ਕਰਾਏ, ਇਸ ਪੰਜਾਬ ਨੇ ਥੋਹਰਾਂ ਦੇ ਫੁੱਲ ਗੀਤਾਂ ਦੇ ਵਿੱਚ ਗਾਏ, ਇਸ ਪੰਜਾਬੋਂ ਹੀਰਾਂ ਉੱਠੀਆਂ ਵਾਰਸ ਬਣਤ ਬਣਾਏ, ਉਹ ਜੰਡੀਆਂ ਥੱਲੇ ਬੈਠਾ ਬਾਬਾ ਖਾ ਕੁੱਪਿਆ ਵਡਿਆਏ, ਬੰਨਿਆਂ ਉੱਤੇ ਨੱਚਦੇ ਫਿਰਦੇ ਮੋਰਾਂ ਦੇ ਹਮਸਾਏ, ਸੋਨ ਸੁਨਹਿਰੀ ਕਣਕਾਂ ਉੱਤੇ ਮੀਂਹ ਕਾਂ ਤੋਂ ਵਰਜਾਏ, ਸਾਉਣ ਮਹੀਨੇ ਤੀਆਂ ਲੱਗੀਆਂ ਅੱਸੂ ਕਾਜ ਰਚਾਏ, ਲਹਿੰਗਿਆਂ ਦੇ ਵਿੱਚ ਹਾਣਦੀਆਂ ਨੇ ਥੱਬਾ ਥੱਬਾ ਵਲ ਪਾਏ, ਚੜ੍ਹਦੇ ਪਾਸੇ ਰੋਹੀ ਦੇ ਕੋਈ ਨਾਗ ਲਪੇਟਾ ਖਾਏ, ਅੰਡੇ ਧਰਕੇ ਉੱਡ ਗਏ ਤਿਲੀਅਰ ਕਿਹੜਾ ਮਗਰੇ ਜਾਏ, ਇਸ ਪੰਜਾਬੋਂ ਨਾਨਕ ਤੁਰਿਆ ਤੁਰਿਆ ਚੌਂ ਦਿਸਾਏ, ਇਸ ਪੰਜਾਬੇ ਗੋਬਿੰਦ ਕੇ ਸਿੱਖ ਗੱਤਕਾ ਖੇਡਣ ਆਏ, ਇਸ ਪੰਜਾਬ ਨੂੰ ਰੱਜ ਕੇ ਲੁੱਟਿਆ ਹਾਥੀਆਂ ਘੋੜੇ ਧਾਏ, ਜਿਹੜੇ ਇਸ ਦੇ ਟੁਕੜੇ ਹੋ ਗਏ ਮੁੜ ਕੇ ਨਾ ਫਿਰ ਥਿਆਏ, ਜਿਹੜੇ ਇਸ ਦੇ ਟੁਕੜੇ ਹੋ ਗਏ ਮੁੜ ਕੇ ਨਾ ਫਿਰ ਥਿਆਏ। ਪੰਜਾਬ ਦੇ ਬਾਰੇ ਹਰਮਨਜੀਤ ਲਿਖਦਾ ਹੈ। ਰੋਈ ਚੱਲਦੇ ਆ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਾ ਨਵਕਿਰਨ ਸਿੰਘ ਪੱਤੀ ਨਾਲ ਪੱਤੀ ਸੇਖਵਾਂ ਬਰਨਾਲਿਓਂ ਕਰਦੇ ਹਾਂ ਗੱਲਬਾਤ। ਸਰਾ ਨਵਕਿਰਨ ਸਿੰਘ ਪੱਤੀ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਕੀ ਰੇੜਕਾ ਪੈ ਗਿਆ ਬਈ, ਮੁੱਖ ਮੰਤਰੀ ਦੀ ਰਿਹਾਇਸ਼ ਦੇ ਮੂਹਰਲੀ ਸੜਕ ਦਾ ਮਾਮਲਾ ਸੁਪਰੀਮ ਕੋਰਟ 'ਚ ਜਾ ਵੜਿਆ?
ਗਿੱਲ ਸਾਹਿਬ, ਦੇਖੋ ਬੜਾ ਅਹਿਮ ਤੇ ਗੰਭੀਰ ਮਸਲਾ ਹੈ। ਇਹ ਮਸਲਾ ਅੱਜ ਸੁਪਰੀਮ ਕੋਰਟ ਦੇ ਵਿੱਚ ਗਿਆ। ਬਾਕੀ ਮੀਡੀਆ ਅਦਾਰੇ, ਪੱਤਰਕਾਰ ਇਸ ਵਿਸ਼ੇ ਦੇ ਉੱਤੇ ਕੀ ਕਹਿੰਦੇ ਨੇ ਉਹ ਵੱਖਰੀ ਗੱਲ ਹੈ, ਲੇਕਿਨ ਹੁਣ ਤੱਕ ਦੀ ਜਿਹੜੀ ਚਰਚਾ ਇਹ ਚੱਲਦੀ ਰਹੀ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਕੰਮ ਕਰਨ ਲਈ ਸਮਾਂ ਦਿਓ, 2 ਸਾਲ ਦਿੱਤੇ। ਬਹੁਤ ਸਾਰੇ ਲੋਕਾਂ ਨੇ ਇਹ ਵੀ ਸਵਾਲ ਉਠਾਏ ਕਿ ਨਹੀਂ ਜੀ, ਇਹਦੀ ਆਲੋਚਨਾ ਜਿਹੜੀ ਤੁਸੀਂ ਵਾਧੂ ਕਰ ਰਹੇ ਹੋ। ਪਰ ਜਿਹੜੀ ਗੱਲ ਮੈਂ ਹੁਣ ਕਹਿਣ ਜਾ ਰਿਹਾ ਬਹੁਤ ਵੱਡੀ ਗੱਲ ਹੈ। ਗੱਲ ਇਹ ਹੈ ਕਿ ਸੈਕਟਰ 2 ਚੰਡੀਗੜ੍ਹ ਦਾ, ਉੱਥੇ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਪੈਂਦੀ ਹੈ, ਉੱਥੇ ਹੀ ਹੈਲੀਕਾਪਟਰ ਉੱਡਦਾ, ਔਰ ਉਹਦੇ ਨਾਲ ਹੀ ਥੋੜੀ ਜਿਹੀ ਵਿੱਥ ਦੇ ਉੱਤੇ ਹੀ ਬਿਲਕੁਲ ਨਾਲ ਹਰਿਆਣੇ ਦੇ ਮੁੱਖ ਮੰਤਰੀ ਦੀ ਰਿਹਾਇਸ਼ ਹੈ, ਉਸੇ ਸੈਕਟਰ 2 ਦੇ ਵਿੱਚ। ਉਹਦੇ ਮੂਹਰੇ ਲੰਘਦੀ ਹੈ ਇੱਕ ਸੜਕ, ਉਹ ਸੜਕ ਪੰਜਾਬ ਦੇ, ਉਂਝ ਤਾਂ ਚੰਡੀਗੜ੍ਹ ਵੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ, ਲੇਕਿਨ ਉਹ ਸੜਕ ਪੰਜਾਬ ਦੇ ਕਈ ਪਿੰਡਾਂ ਨੂੰ ਆਉਂਦੀ ਹੈ। ਜੇ ਮੇਨ ਕਹਿਣਾ ਹੋਵੇ, ਜਿਹੜੀ ਲੇਕ ਹੈ, ਲੇਕ ਤੋਂ, ਸੁਖਨਾ ਲੇਕ ਤੋਂ ਉਹ ਸੜਕ ਨਿਆਂ ਗਾਓਂ ਨੂੰ ਜਾਂਦੀ ਹੈ, ਔਰ ਉਹਦੇ ਤੇ ਪੰਜਾਬ ਦੇ ਕਈ ਪਿੰਡ ਪੈਂਦੇ ਨੇ, ਨਿਆਂ ਗਾਓਂ, ਕਰੌਰਾ, ਟਾਂਡਾ, ਟਾਂਡੀ, ਮਸੌਲ, ਕਾਣੇ ਕਾ ਵਾੜਾ, ਨੱਡਾ, ਪੱਛਾ, ਗੁੜਾ, ਭਗਿੰਦੀ, ਪੌਦੀ ਦੇ ਨਾਂ ਨੇ। ਔਰ ਉੱਥੇ ਨਾ ਮਤਲਬ ਛੋਟੇ ਛੋਟੇ ਕਈ ਪਿੰਡ ਪੈਂਦੇ ਨੇ, ਉਹ ਸੜਕ ਜਿਹੜੀ ਮੂਹਰਦੀ ਲੱਗਦੀ ਹੈ ਲੇਕ ਤੋਂ ਲੈ ਕੇ। ਜਦੋਂ ਪੰਜਾਬ ਦੇ ਵਿੱਚ ਖਾਲਿਸਤਾਨੀ ਲਹਿਰ ਸੀ ਉਦੋਂ ਸੜਕ ਬੰਦ ਕਰਤੀ, ਉੱਥੇ ਧਾਰਾ 144 ਲਾਤੀ, ਲਓ ਜੀ ਇਹ ਸੜਕ ਬੰਦ। ਉਦੋਂ ਬਾਅਦ ਚਲੋ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਉਸ ਵਕਤ ਕਤਲ ਹੁੰਦਾ, ਹਾਲਾਂਕਿ ਉਹ ਸੈਕਟਰੀਏਟ ਦੇ ਬਾਹਰ ਹੁੰਦਾ, ਰਿਹਾਇਸ਼ ਦੇ ਬਾਹਰ ਨਹੀਂ ਹੁੰਦਾ। ਉਦੋਂ ਬਾਅਦ ਕਹਿਤਾ ਵੀ ਨਹੀਂ ਜੀ ਇਹ ਸੜਕ ਨਹੀਂ ਹੋ ਖੁੱਲਦੀ। ਪਿਛਲੇ ਦਿਨੀ ਇਹ ਮਸਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਵੀ ਹੁਣ ਪੰਜਾਬ ਦੇ ਹਾਲਤ ਠੀਕ ਨੇ, ਕੋਈ ਮੂਵਮੈਂਟ ਨਹੀਂ ਹੈ ਉਸ ਰੂਪ ਦੀ, ਕੋਈ ਮਸਲਾ ਨਹੀਂ ਹੈ, ਚੰਡੀਗੜ੍ਹ ਦੇ ਹਾਲਾਤ ਠੀਕ ਨੇ, ਤੇ ਸੜਕ ਕਿਉਂ ਬੰਦ ਕੀਤੀ ਹੈ। ਹਾਈਕੋਰਟ ਨੇ ਕਿਹਾ ਕਿ ਇਹ ਸੜਕ ਹੈਗੀ ਜਿਹੜੀ ਵੀ ਪੰਜਾਬ ਦੇ ਦਰਜਨਾਂ ਪਿੰਡਾਂ ਨੂੰ ਸੁਖਨਾ ਲੇਕ ਵਾਲੇ ਪਾਸੇ ਚੰਡੀਗੜ੍ਹ ਦੇ ਨਾਲ ਜੋੜਦੀ ਹੈ, ਸੈਕਟਰ 2 ਦੇ ਵਿੱਚ ਦੀ ਲੰਘਦੀ ਆ, ਇਹਨੂੰ ਦਿਨ ਦੇ ਸਮੇਂ ਖੋਲ ਦਿਓ, ਸਵੇਰੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ 1 ਮਈ ਤੋਂ ਖੋਲ ਦਿਓ, ਨੋ ਪ੍ਰੋਬਲਮ। ਹਾਲਾਂਕਿ ਸਿਕਿਉਰਿਟੀ ਬਹੁਤ ਆ ਉੱਥੇ ਆਲਰੇਡੀ, ਮਤਲਬ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਮੂਹਰੇ, ਚਾਹੇ ਉਦੋਂ ਪ੍ਰਕਾਸ਼ ਸਿੰਘ ਬਾਦਲ ਸੀ, ਚਾਹੇ ਕੈਪਟਨ ਅਮਰਿੰਦਰ ਸੀ, ਚਾਹੇ ਹੁਣ ਭਗਵੰਤ ਮਾਨ, ਉਹਦੇ ਮੂਹਰੇ ਆਲਰੇਡੀ ਸਿਕਿਉਰਿਟੀ ਲੱਗੀ ਹੁੰਦੀ ਆ ਕਿ ਸਿਕਿਉਰਿਟੀ ਲੱਗੀ ਹੋਈ ਆ, ਇਹਨੂੰ ਸਵੇਰੇ 7 ਤੋਂ ਸ਼ਾਮ 7 ਤੱਕ ਖੋਲ ਦਿਓ, ਕੋਈ ਮਸਲਾ ਨਹੀਂ ਹੋਣਾ ਚਾਹੀਦਾ। ਹੁਣ ਜਿਹੜੀ ਗੱਲ ਵੱਡੀ ਤੇ ਅਹਿਮ ਆ, ਉਹ ਅਹਿਮ ਇਹ ਹੈ ਕਿ ਹਰਿਆਣੇ ਦੇ ਮੁੱਖ ਮੰਤਰੀ ਨੇ ਇਹਦੇ ਤੇ ਕੋਈ ਬਹੁਤਾ ਮਸਲਾ ਨਹੀਂ ਉਠਾਇਆ। ਪੰਜਾਬ ਸਰਕਾਰ ਇਹ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਜਾ ਪਹੁੰਚੀ ਕਿ ਸੜਕ ਖੁੱਲਣੀ ਨਹੀਂ ਚਾਹੀਦੀ। ਪੰਜਾਬ ਸਰਕਾਰ ਦੇ ਸਾਰੇ ਵਕੀਲਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੀ ਤਰਫੋਂ ਕੇਸ ਲੜਿਆ ਕਿ ਜੀ ਇਹ ਸੜਕ ਨਾ ਖੋਲੋ। ਸੁਪਰੀਮ ਕੋਰਟ ਨੇ ਪੁੱਛਿਆ ਵੀ ਮਸਲਾ ਕੀ ਹੈ, ਕਹਿੰਦੇ ਜੀ ਹਾਲਾਤ ਖਰਾਬ ਨੇ, ਠੀਕ ਨਹੀਂ ਹੈਗੇ। ਔਰ ਉੱਥੇ ਜਾ ਕੇ ਇਹਨਾਂ ਨੇ ਦਲੀਲ ਦਿੱਤੀ, ਇੱਕ ਕਈ ਦਲੀਲਾਂ ਦਿੱਤੀਆਂ, ਉਹਦੇ ਚ ਇੱਕ ਮੋਹਾਲੀ ਦੇ ਵਿੱਚ ਜਿਹੜਾ ਪਿੱਛੇ ਜੇ ਅਟੈਕ ਹੋਇਆ ਉਹਦੀ ਗੱਲ ਵੀ ਕੀਤੀ, ਔਰ ਉਹ ਚ ਇੱਕ ਗੱਲ ਇਹਨਾਂ ਨੇ ਕੀਤੀ ਸਿੱਧੂ ਮੂਸੇਵਾਲਾ ਦੀ। ਦੇਖੋ ਜੀ, ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਘਟਾਈ ਸੀਗੀ, ਉਹਦਾ ਮਰਡਰ ਹੋ ਗਿਆ, ਘਟਾਈ ਕਿਹਨੇ ਸੀ ਇਹ ਵੀ ਬੜਾ ਸਵਾਲ ਸੀ। ਘਟਾਉਣ ਨਾਲੋਂ ਵੱਡਾ ਸਵਾਲ ਇਹ ਸੀ, ਮਤਲਬ ਇਨਫੋਰਮੇਸ਼ਨ ਬਾਹਰ ਕਿਵੇਂ ਆਈ ਸੀਗੀ ਸਿਕਿਉਰਿਟੀ ਘਟਾਉਣ ਦੀ। ਖੈਰ, ਮਸਲਾ ਇੱਥੇ ਜਿਹੜਾ ਹੈਗਾ ਉਹ ਹੈਗਾ ਕਿ ਬਦਲਾਅ ਦੀ ਗੱਲ ਕਰਨ ਵਾਲਾ, ਇਹ ਗੱਲ ਕਰਨ ਵਾਲੀ ਸਰਕਾਰ ਵੀ ਦੇਖੋ ਸਿਕਿਉਰਿਟੀ ਕਾਹਦੀ ਖਾਤਰ, ਮੁਰਗੀ ਫਾਰਮ ਖੋਲ ਲਓ ਫਿਰ।
ਉਹ ਸੁਪਰੀਮ ਕੋਰਟ ਜਾ ਕੇ ਕਹਿੰਦੀ ਆ ਵੀ ਸੜਕ ਨਹੀਂ ਖੁੱਲਣੀ ਚਾਹੀਦੀ ਮੂਰਤੀ। ਕਿੱਡੀ ਵੱਡੀ ਗੱਲ ਹੈ, ਕਿੱਡਾ ਵੱਡਾ ਤੱਥ ਹੈ। ਠੀਕ ਆ, ਬਹੁਤ ਸਾਰੇ ਲੋਕ ਕਹਿ ਸਕਦੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਨਹੀਂ ਖੁੱਲੀ, ਬਾਦਲ ਵੇਲੇ ਵੀ ਨਹੀਂ ਖੁੱਲੀ, ਉਦੋਂ ਪਹਿਲਾਂ ਵੀ ਨਹੀਂ ਖੁੱਲੀ, ਇਹ ਤਾਂ ਬੇਅੰਤ ਸਿੰਘ ਵੇਲੇ ਤੋਂ ਬੰਦ ਹੈ। ਠੀਕ ਆ, ਉਹਨਾਂ ਮੁੱਖ ਮੰਤਰੀਆਂ ਦੇ ਵੇਲੇ ਦੇ ਵਿੱਚ ਜੇ ਉਹ ਸੜਕ ਬੰਦ ਰਹੀ ਤਾਂ ਅੱਜ ਉਹਨਾਂ ਪਾਰਟੀਆਂ ਦੀ ਸਥਿਤੀ ਕੀ ਆ ਸਾਨੂੰ ਉਹ ਵੀ ਦੇਖ ਲੈਣੀ ਚਾਹੀਦੀ ਆ। ਦੂਜਾ ਪੁਆਇੰਟ ਇਹ ਹੈ ਕਿ ਅਸੀਂ ਕਦੋਂ ਕਹਿੰਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੋਈ ਬਹੁਤ ਵੱਡੇ ਲੋਕਾਂ ਦੇ ਪੱਖ ਦੇ ਵਿੱਚ ਫੈਸਲੇ ਲਏ ਨੇ? ਸਵਾਲ ਤਾਂ ਇਹ ਹੈ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਲੋਕਾਂ ਦੇ ਪੱਖ ਦੀ ਗੱਲ ਕਰਦੇ ਹਾਂ, ਔਰ ਇਹਨਾਂ ਨੂੰ ਕੀ ਐਡੀ ਗੱਲ ਹੋਈ ਸੀ ਵੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਵਕੀਲ ਖੜੇ ਕੀਤੇ ਨੇ ਕਿ ਜੀ ਉਹ ਸੜਕ ਨਹੀਂ ਖੁੱਲਣੀ ਚਾਹੀਦੀ, ਔਰ ਸੁਪਰੀਮ ਕੋਰਟ ਨੇ ਇਹਨਾਂ ਦੀ ਗੱਲ ਮੰਨ ਲਈ ਜੀ, ਔਰ ਉਹ ਸੜਕ ਫਿਲਹਾਲ ਨਹੀਂ ਖੁੱਲੇਗੀ ਤੇ ਉਹ ਸੜਕ ਬੰਦ ਰਹੇਗੀ ਫਿਲਹਾਲ। ਮਸਲਾ ਹੁਣੇ ਫੈਕਟ ਹੈ, ਤੱਥ ਹੈ ਕਿ ਸੜਕ ਨੂੰ ਬੰਦ ਕਰਾਉਣ ਦੇ ਲਈ ਜਿਹੜੀ ਹਾਈ ਕੋਰਟ ਨੇ ਪਿਛਲੇ ਅੱਜ 1 ਮਈ ਤੋਂ ਖੁੱਲਣੀ ਸੀ ਉਦੋਂ ਪਹਿਲਾਂ ਹੀ ਸੁਪਰੀਮ ਕੋਰਟ ਦਾ ਰੁੱਖ ਇਹਨਾਂ ਨੇ ਜਾ ਕੇ ਕਰ ਲਿਆ ਔਰ ਉਹ ਸੜਕ ਬੰਦ ਰਹੇਗੀ ਜੀ। ਮਜੀਠੀਏ ਦਾ ਦੋਸਤ ਤਲਵੀਰ ਸਿੰਘ ਗਿੱਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ, ਕਿੰਨਾ ਕੁ ਨੇੜੇ ਸੀ ਮਜੀਠੀਏ ਦੇ? ਇਹ ਬਹੁਤ ਜ਼ਿਆਦਾ ਨੇੜੇ ਸੀਗਾ ਜੀ, ਮਜੀਠੀਏ ਦਾ ਸਭ ਤੋਂ ਕਲੋਜ਼ ਬੰਦਾ ਸੀ ਇਹ, ਜਿਹੜਾ ਮਜੀਠੀਏ ਤੋਂ ਬਾਅਦ ਸਾਰਾ ਹਲਕਾ ਦੇਖਦਾ ਸੀ। ਇਹ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਵੀ ਸੀ, ਇੱਕ ਹਲਕੇ ਦਾ ਇੰਚਾਰਜ ਵੀ ਲਾਇਆ ਹੋਇਆ ਸੀ ਹਲਕਾ, ਔਰ ਮਾਝੇ ਦੇ ਵਿੱਚ ਮਜੀਠੀਏ ਤੋਂ ਬਾਅਦ ਜੇ ਕਿਸੇ ਦੀ ਅਕਾਲੀ ਦਲ ਦੇ ਵਿੱਚ ਚੱਲਦੀ ਸੀ ਤਾਂ ਉਹ ਇਹਦੀ ਗਿੱਲ ਦੀ ਚੱਲਦੀ ਸੀ, ਔਰ ਇਹਦਾ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਅਸਲ ਦੇ ਵਿੱਚ ਮਜੀਠੀਆ ਨੂੰ ਇੱਕ ਵੱਡਾ ਝਟਕਾ ਹੈ। ਗਿੱਲ ਸਾਹਿਬ ਇੱਕ ਗੱਲ ਹੋਰ ਵੀ ਆ, ਮਜੀਠੀਆ ਅੱਜ ਕੱਲ੍ਹ ਸਰਗਰਮੀ ਨਹੀਂ ਹੈਗਾ ਪੋਲੀਟਿਕਸ ਦੇ ਵਿੱਚ, ਜਿਹੜਾ ਸਭ ਤੋਂ ਅਹਿਮ ਸਵਾਲ ਆ, ਪਤਾ ਨੀ ਕਿਹੜੀ ਗੱਲੋਂ ਨਾਰਾਜ਼ ਹੈ। ਆਪਾਂ ਇੱਕ ਦਿਨ ਗੱਲ ਕੀਤੀ ਸੀਗੀ ਮਜੀਠ, ਜਦੋਂ ਪਰਮਿੰਦਰ ਢੀਂਡ ਸਾਨੂੰ ਟਿਕਟ ਨਹੀਂ ਦਿੱਤੀ, ਢੀਂਡਸਾ ਪਰਿਵਾਰ ਰੁੱਸ ਕੇ ਬਹਿ ਗਿਆ ਅਜੇ ਤੱਕ ਵੀ ਰੁੱਸਿਆ ਹੋਇਆ, ਤਾਂ ਮਜੀਠੀਆ ਨੇ ਕਿਹਾ ਸੀ ਕਿ ਢੀਂਡ ਸਾਨੂੰ ਟਿਕਟ ਮਿਲਣੀ ਚਾਹੀਦੀ ਸੀ। ਉਹ ਕਹਿੰਦੀ ਮੇਰਾ ਨਿੱਜੀ ਵਿਚਾਰ ਹੈ ਕਿ ਉਹਨੂੰ ਟਿਕਟ ਮਿਲਣੀ ਚਾਹੀਦੀ। ਉਦੋਂ ਬਾਅਦ ਮਜੀਠੀਆ ਅੱਜ ਤੱਕ ਨਾ ਕਿਸੇ ਰੈਲੀ 'ਚ ਆਇਆ, ਨਾ ਸੁਖਬੀਰ ਬਾਦਲ ਦੇ ਨਾਲ ਪੰਜਾਬ ਬਚਾਓ ਯਾਤਰਾ 'ਚ ਨਜ਼ਰ ਆਇਆ, ਨਾ ਉਹ ਕਿਸੇ ਵੀ ਵੋਟਾਂ ਮੰਗਦਾ ਨਜ਼ਰ ਆਇਆ। 24 ਅਪ੍ਰੈਲ ਨੂੰ ਮੈਨੂੰ ਲੱਗਦਾ ਮਜੀਠੀਆ ਨੇ ਸਰਗਰਮੀ ਕੀਤੀ ਸੀ, ਉਦੋਂ ਬਾਅਦ ਫਿਲਹਾਲ ਉਹਦੀ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ, ਔਰ ਮਜੀਠੀਆ ਦਾ ਸਭ ਤੋਂ ਨੇੜਲਾ ਬੰਦਾ ਹੁਣ ਤਲਵੀਰ ਸਿੰਘ ਗਿੱਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਾ ਕਈ ਸਵਾਲ ਖੜੇ ਕਰਦਾ। ਇਹ ਬੰਦੇ ਕੋਲ ਤਾਂ, ਤਲਵੀਰ ਸਿੰਘ ਗਿੱਲ ਕੋਲ ਤਾਂ ਮਜੀਠੀਆ ਦੇ ਬਹੁਤ ਰਾਜ਼ ਹੋਣਗੇ, ਕਿਉਂਕਿ ਮਜੀਠੀਆ ਦੇ ਨਾਲ 24 ਘੰਟੇ ਰਹਿਣ ਵਾਲਾ ਬੰਦਾ ਸੀ ਇਹ ਤਾਂ। ਇਹ ਤਾਂ ਮਜੀਠੀਆ ਦੇ ਸਾਰੇ ਮਤਲਬ ਇਲਾਕੇ ਦੇ ਵਿੱਚ ਜੋ ਵੀ ਕੰਮ ਕਾਰ ਚੱਲਦੇ ਸੀਗੇ ਉਹ ਸਾਰੇ ਦੇਖਦਾ ਸੀਗਾ, ਸਾਰੇ ਪਿੰਡਾਂ ਦੇ ਵਿੱਚ ਜਾ ਕੇ ਗੱਲ ਕਰਦਾ ਸੀ ਇਹ, ਤਾਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ। ਇਹ ਮਾਝੇ ਦੇ ਲਈ ਔਰ ਮਜੀਠੀਆ ਦੇ ਲਈ ਇੱਕ ਵੱਡਾ ਝਟਕਾ, ਈਵਨ ਅਕਾਲੀ ਦਲ ਦੇ ਲਈ ਵੀ, ਅਕਾਲੀ ਦਲ ਦੇ ਇੱਕ ਹਲਕੇ ਦਾ ਇਹਨਾਂ ਦਿਨਾਂ ਦੇ ਵਿੱਚ ਇੰਚਾਰਜ ਬਣਿਆ ਹੋਇਆ ਸੀ ਤਲਵੀਰ ਸਿੰਘ ਗਿੱਲ, ਤਾਂ ਇਹ ਕਾਫੀ ਵੱਡਾ ਝਟਕਾ ਮੰਨਿਆ ਜਾ ਸਕਦਾ ਜੀ। ਕੇਜਰੀਵਾਲ ਦੀ ਜ਼ਮਾਨਤ ਦਾ ਕੀ ਬਣ ਰਿਹਾ ਜੀ? ਕੇਜਰੀਵਾਲ ਦਾ ਮਸਲਾ ਅੱਜ ਸੁਪਰੀਮ ਕੋਰਟ ਗਿਆ ਸੀ, ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਕੇਜਰੀਵਾਲ ਦੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਉਹ ਉਸ ਵਿਸ਼ੇ ਦੇ ਉੱਤੇ ਲੈ ਕੇ ਗਏ ਸੀ। ਅਭਿਸ਼ੇਕ ਮਨੂ ਸਿੰਘ ਵੀ ਕੇਜਰੀਵਾਲ ਦਾ ਵਕੀਲ ਹੈ, ਕਾਂਗਰਸ ਪਾਰਟੀ ਦਾ ਵੱਡਾ ਲੀਡਰ ਹੈ ਅਭਿਸ਼ੇਕ ਮਨੂ ਸਿੰਘ ਵੀ, ਔਰ ਉਹ ਸੁਪਰੀਮ ਕੋਰਟ ਦੇ ਵਿੱਚ ਕੇਜਰੀਵਾਲ ਦਾ ਕੇਸ ਲੜ ਰਿਹਾ।
ਉੱਥੇ ਇਹਨਾਂ ਨੇ ਜਾ ਕੇ ਕੇਜਰੀਵਾਲ ਦੇ ਵਕੀਲ ਨੇ ਜਿਹੜੀਆਂ ਸੁਪਰੀਮ ਕੋਰਟ ਦੇ ਵਿੱਚ ਦਲੀਲਾਂ ਰੱਖੀਆਂ, ਉਹ ਦਲੀਲਾਂ ਇਹ ਸੀਗੀਆਂ ਕਿ ਦੇਖੋ ਜੀ ਚੋਣਾਂ ਦੇ ਦਿਨ ਨੇ, ਚੋਣਾਂ ਦੇ ਦਿਨਾਂ ਦੇ ਵਿੱਚ ਈਡੀ ਦੇ ਵੱਲੋਂ ਜਾਣ ਬੁੱਝ ਕੇ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਗਾ ਉਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਗਾ। ਉੱਥੇ ਅਭਿਸ਼ੇਕ ਮਨੂ ਸਿੰਘਵੀ ਨੇ ਹੋਰ ਕਈ ਫੈਕਟ ਦੱਸੇ, ਦੇਖੋ ਜੀ ਕਿ ਜਿਹੜਾ ਇਹ ਕੇਸ ਦਰਜ ਹੋਇਆ ਇਹ ਪੋਲੀਟੀਕਲੀ ਮੋਟਿਵ ਆ, ਔਰ ਉਹਨਾਂ ਨੇ ਕਿਹਾ ਕਿ ਕਿਵੇਂ ਉਹ ਵਿਅਕਤੀ ਨੇ ਬਹੁਤ ਥੋੜੇ ਵਾਰ ਨਾਲ ਲਿਆ। ਉਹ ਚਲੋ ਸੁਪਰੀਮ ਕੋਰਟ ਨੇ ਜਿਹੜਾ ਇਹਨਾਂ ਨੂੰ ਕਿਹਾ ਟੋਕ ਕੇ ਕਿ ਤੁਸੀਂ ਜੇ ਤੁਹਾਨੂੰ ਲੱਗਦਾ ਹੈ, ਦੇਖੋ ਕੇਸ ਤਾਂ ਕਹਿੰਦੇ ਲੰਬਾ ਚੱਲੂ, ਜੱਜ ਸਾਹਿਬ ਕਹਿੰਦੇ ਇਹ ਕੇਸ ਲੰਬਾ ਚੱਲੂ, ਤੁਸੀਂ ਅੰਤਰਿਮ ਜ਼ਮਾਨਤ ਮੰਗ ਸਕਦੇ ਹੋ ਵੋਟਾਂ ਕਰਕੇ, ਤੁਸੀਂ ਅੰਤਰਿਮ ਜ਼ਮਾਨਤ ਦੀ ਐਪਲੀਕੇਸ਼ਨ ਲਾ ਸਕਦੇ ਹੋ। ਉਹਨਾਂ ਨੇ ਇਹ ਨਹੀਂ ਕਿਹਾ ਕਿ ਹੋ ਜਾਊਗੀ ਜਾਂ ਨਹੀਂ ਹੋਊਗੀ, ਜਾਂ ਉਹ ਕਹਿੰਦੇ ਤੁਸੀਂ ਤੁਹਾਡੇ ਕੋਲ ਰਾਈਟ ਆ ਕਿ ਤੁਸੀਂ ਅੰਤਰਿਮ ਜ਼ਮਾਨਤ ਮੰਗ ਸਕਦੇ ਹੋ। ਤਾਂ ਉਹਦੇ ਤੇ ਕੇਜਰੀਵਾਲ ਦੇ ਵਕੀਲਾਂ ਨੇ ਅੰਤਰਿਮ ਜ਼ਮਾਨਤ ਦੀ ਐਪਲੀਕੇਸ਼ਨ ਲਾਤੀ। ਹੁਣ 7 ਮਈ ਨੂੰ ਉਹਦੇ ਤੇ ਸੁਣਵਾਈ ਹੋਣੀ ਹੈ ਜੀ, ਮੰਗਲਵਾਰ ਨੂੰ। ਮੰਗਲਵਾਰ ਨੂੰ ਸੁਪਰੀਮ ਕੋਰਟ ਇਹ ਤੈਅ ਕਰੂਗੀ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਅੰਤਰਿਮ ਦਿੱਤੀ ਜਾਣੀ ਚਾਹੀਦੀ ਆ ਜਾਂ ਨਹੀਂ, ਔਰ ਉਹਦੇ ਤੇ ਉਹ ਜ਼ਮਾਨਤ ਦੇ ਮਸਲੇ ਦੇ ਉੱਤੇ ਫੈਸਲਾ ਗਾ ਜਿਹੜਾ ਸੁਪਰੀਮ ਕੋਰਟ ਲਊਗੀ। ਸੋ ਜੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਆ ਤਾਂ ਇਹ ਆਮ ਆਦਮੀ ਪਾਰਟੀ ਦੇ ਲਈ ਜਿਹੜੀ ਉਹ ਖੁਸ਼ਖਬਰ ਹੋਊਗੀ, ਤੇ ਜੇ ਸੁਪਰੀਮ ਕੋਰਟ ਦੇ ਵਿੱਚੋਂ ਹੀ ਜ਼ਮਾਨਤ ਦੀ ਅਰਜ਼ੀ ਉਹਦੀ ਖਾਰਜ ਹੋ ਗਈ ਫਿਰ ਇਹ ਸਾਫ਼ ਹੋਊਗਾ ਕਿ ਅਰਵਿੰਦ ਕੇਜਰੀਵਾਲ ਕੁਛ ਸਮਾਂ ਹੋਰ ਜਿਹੜਾ ਜੇਲ੍ਹ ਦੇ ਵਿੱਚ ਉਹ ਰਹਿਣਗੇ। ਤਾਂ ਇਸ ਕਰਕੇ ਹੁਣ ਮੰਗਲਵਾਰ ਦੇ ਉੱਤੇ ਸਭ ਦੀਆਂ ਨਿਗਾਹਾਂ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਸਪੋਰਟਰਾਂ ਦੀਆਂ ਜਿਹੜੀਆਂ ਉਹ ਲੱਗੀਆਂ ਨਜ਼ਰ ਆਉਣਗੀਆਂ ਜੀ। ਸਿੰਗਲਾ ਜੀ ਨੇ ਚਿੱਠੀ ਫੇਰ ਲਿਖਤੀ ਮਨਪ੍ਰੀਤ ਬਾਦਲ ਬਾਰੇ। ਬਿਲਕੁਲ ਜੀ, ਇਹਨਾਂ ਅਸਲ ਚ ਦੋਨੇ ਇਹਨਾਂ ਦੇ ਪੁਰਾਣਾ ਰਿਸ਼ਤਾ ਗਾ, ਇਹ ਦੋਨੇ ਅਕਾਲੀ ਦਲ ਚ ਹੁੰਦੇ ਸੀ, ਰੂਪ ਚੰਦ ਸਿੰਗਲਾ ਵੀ ਮਨਪ੍ਰੀਤ ਬਾਦਲ ਵੀ। ਉਦੋਂ ਬਾਅਦ ਮਨਪ੍ਰੀਤ ਬਾਦਲ ਕਾਂਗਰਸ ਚ ਚਲਿਆ ਗਿਆ, ਕਾਂਗਰਸ ਨੇ ਮਨਪ੍ਰੀਤ ਬਾਦਲ ਨੂੰ ਬਠਿੰਡਿਓ ਟਿਕਟ ਦੇ ਤੀ, ਸਰੂਪ ਚੰਦ ਸਿੰਗਲੇ ਨੂੰ ਅਕਾਲੀਆਂ ਨੇ ਬਠਿੰਡਿਓ ਟਿਕਟ ਦੇ ਤੀ। ਜਦੋਂ ਸਰੂਪ ਚੰਦ ਸਿੰਗਲਾ ਵੋਟਾਂ ਦੇ ਨੇੜੇ ਜਾ ਕੇ ਉਹਨੇ ਵਿਚਾਰੇ ਨੇ ਬਹੁਤ ਮਿਹਨਤ ਕੀਤੀ, ਪੈਸਾ ਵੀ ਖਰਚਿਆ, ਨੇੜੇ ਜਾ ਵੜਿਆ, ਉਹਦੀ ਜਿਹੜੀ ਨਵਜੋਤ ਸਿੱਧੂ ਗੱਲ ਕਰਦਾ ਹੁੰਦਾ ਉਹ ਗੱਲ ਹੋ ਗਈ, ਔਰ ਇਹ ਹੋ ਗਿਆ ਕਿ ਅਕਾਲੀ ਦਲ ਆ ਜਿਹੜਾ ਖਾਸ ਕਰਕੇ ਬਾਦਲ ਪਰਿਵਾਰ ਉਹ ਅੰਦਰੋਂ ਇਕਜੁੱਟ ਹੋ ਜਾਂਦਾ। ਇਹ ਗੱਲ ਆ ਜਿਹੜੀ ਉਹ ਇਕੱਲੇ ਸਰੂਪ ਚੰਦ ਸਿੰਗਲਾ ਨੀ ਕਹਿੰਦੇ, ਇਕੱਲਾ ਨਵਜੋਤ ਸਿੱਧੂ ਨੀ ਕਹਿੰਦਾ, ਇਹ ਗੱਲ ਤਾਂ ਜਿਹੜੀ ਰਾਜੇ ਵੜਿੰਗ ਨੇ ਜਦੋਂ ਲੋਕ ਸਭਾ ਚੋਣ ਲੜੀ ਆ ਮਨਪ੍ਰੀਤ ਬਾਦਲ ਦੇ ਖਿਲਾਫ, ਤਾਂ ਉਹਨੇ ਸ਼ਰੇਆਮ ਕਿਹਾ ਸੀ ਕਿ ਬਾਦਲ ਪਰਿਵਾਰ ਇਕੱਠਾ ਹੋ ਗਿਆ, ਹਾਲਾਂਕਿ ਉਸ ਵਕਤ ਮਨਪ੍ਰੀਤ ਬਾਦਲ ਕਾਂਗਰਸ ਪਾਰਟੀ ਦਾ ਲੀਡਰ ਸੀ ਤੇ ਰਾਜਾ ਵੜਿੰਗ ਵੀ ਕਾਂਗਰਸ ਚ ਸੀਗਾ। ਹੁਣ ਸਰੂਪ ਚੰਦ ਸਿੰਗਲਾ ਉਹ ਬੰਦਾ ਹੈਗਾ ਜਿਹੜਾ ਮਨਪ੍ਰੀਤ ਬਾਦਲ ਦੀ ਬਾਦਲ ਪਰਿਵਾਰ ਦੇ ਨਾਲ ਸਾਂਢ ਗਾਂਢ ਤੋਂ ਅੱਕਿਆ ਹੋਇਆ ਭਾਜਪਾ ਚ ਗਿਆ ਸੀ, ਸਰੂਪ ਚੰਦ ਸਿੰਗਲੇ ਦੇ ਮਗਰ ਹੀ ਮਨਪ੍ਰੀਤ ਬਾਦਲ ਭਾਜਪਾ ਚ ਵੱਗ ਗਿਆ, ਲੇਕਿਨ ਸਰੂਪ ਚੰਦ ਸਿੰਗਲੇ ਨੇ ਉੱਥੇ ਜਾ ਕੇ ਵੀ ਮਨਪ੍ਰੀਤ ਬਾਦਲ ਨਾਲ ਦੋਸਤੀ ਨੀ ਪਾਈ। ਉਹ ਵਿਜੀਲੈਂਸ ਕੋਲੇ ਐਪਲੀਕੇਸ਼ਨ ਲੈ ਕੇ ਚਲਿਆ ਗਿਆ ਸੀ ਪਲਾਟ ਵਾਲੇ ਮਸਲੇ ਚ, ਜਿਹਦੇ ਚ ਮਨਪ੍ਰੀਤ ਬਾਦਲ ਬਚਦਾ ਫਿਰਦਾ ਸੀਗਾ, ਔਰ ਭਗਵੰਤ ਮਾਨ ਦੇ ਨਾਲ ਕਾਫੀ ਉਹਦੀ ਸੋਸ਼ਲ ਮੀਡੀਆ ਦੇ ਉੱਤੇ ਔਰ ਮੀਡੀਆ ਅਦਾਰਿਆਂ ਦੇ ਵਿੱਚ ਕਹਾ ਸੁਣੀ ਵੀ ਹੋਈ ਸੀ। ਹੁਣ ਸਰੂਪ ਚੰਦ ਸਿੰਗਲਾ ਨੇ ਚਿੱਠੀ ਲਿਖੀ ਆ ਮਨਪ੍ਰੀਤ ਬਾਦਲ ਨੂੰ। ਮਨਪ੍ਰੀਤ ਬਾਦਲ ਨੂੰ ਪਹਿਲਾਂ ਭਾਜਪਾ ਨੇ ਕਿਹਾ ਸੀ ਤੁਸੀਂ ਚੋਣ ਲੜੋ, ਕਹਿੰਦਾ ਜੀ ਮੈਂ ਬਿਮਾਰ ਹਾਂ ਮੈਂ ਚੋਣ ਨਹੀਂ ਲੜ ਸਕਦਾ। ਉਦੋਂ ਬਾਅਦ ਹੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੂੰ ਭਾਜਪਾ ਲੈ ਕੇ ਆਈ ਸੀ। ਹੁਣ ਬਠਿੰਡੇ ਦੇ ਵਿੱਚ ਮਨਪ੍ਰੀਤ ਬਾਦਲ ਨਾ ਤਾਂ ਖੁਦ ਤੁਰ ਰਿਹਾ ਹੈਗਾ ਭਾਜਪਾ ਦੇ ਪੱਖ ਚ, ਉਹ ਤਾਂ ਚਲੋ ਬਿਮਾਰ
ਕਹਿ ਕੇ ਉਹਦਾ ਸਰਦਾ ਕਿ ਮੈਂ ਬਿਮਾਰ ਹਾਂ ਜੀ, ਬਿਮਾਰ ਉਹ ਹੈ ਵੀ, ਉਹਦੇ ਵਰਕਰ ਵੀ ਤੁਰ ਨਹੀਂ ਰਹੇ। ਉਹਦੇ ਚ ਸਰੂਪ ਚੰਦ ਸਿੰਗਲਾ ਨੇ ਚਿੱਠੀ ਲਿਖਤੀ ਕਿ ਦੇਖੋ ਜੀ ਮਨਪ੍ਰੀਤ ਬਾਦਲ ਸਾਹਿਬ ਤੁਸੀਂ ਬਿਮਾਰ ਹੋ ਤਾਂ ਤੁਹਾਡੇ ਵਰਕਰ ਕਿਉਂ ਨੀ ਤੁਰ ਰਹੇ। ਔਰ ਸਿੱਧੇ ਤੌਰ ਦੇ ਉੱਤੇ ਆ ਉਹ ਐਤਕੀ ਗੱਲ ਇਹ ਹੈ ਕਿ ਮਨਪ੍ਰੀਤ ਬਾਦਲ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਨਹੀਂ ਜਾਊਗਾ, ਕਿਉਂਕਿ ਜਦੋਂ ਪਹਿਲਾਂ ਚੋਣਾਂ ਹੋਈਆਂ ਉਦੋਂ ਸਥਿਤੀ ਹੋਰ ਸੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋਇਆ ਉਦੋਂ ਬਾਅਦ ਇਹਨਾਂ ਦੋਨਾਂ ਦੇ ਵਿੱਚ, ਚਾਚੇ ਤਾਇਆਂ ਦੇ ਮੁੰਡਿਆਂ ਦੇ ਵਿੱਚ ਨੇੜਤਾ ਪੈਦਾ ਹੋਈ ਆ। ਮਨਪ੍ਰੀਤ ਬਾਦਲ ਨੇ ਕਈ ਵਾਰ ਕਿਹਾ ਸੀ ਕਿ ਹੁਣ ਬਾਦਲ ਤੋਂ ਬਾਹਰ ਕੱਖਾਂ ਨਜ਼ਰ ਆਊਗਾ, ਔਰ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਸੀ ਕਿ ਇਹ ਸੰਭਾਵਨਾ ਬਣੀ ਹੋਈ ਆ ਕਿ ਮਨਪ੍ਰੀਤ ਬਾਦਲ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦਾ। ਸ਼ਾਇਦ ਮਜੀਠੀਆ ਦੀ ਚੁੱਪ, ਮਜੀਠੀਆ ਦੀ ਗੈਰ ਸਰਗਰਮ ਪੋਲੀਟਿਕਸ ਇਹੀ ਇਸ਼ਾਰਾ ਕਰ ਰਹੀ ਆ ਕਿ ਹੁਣ ਸੁਖਬੀਰ ਬਾਦਲ ਮਜੀਠੀਆ ਆਲੇ ਪਾਸਿਓਂ ਮਨਪ੍ਰੀਤ ਆਲੇ ਪਾਸੇ ਨੂੰ ਮੋੜਾ ਕੱਟ ਸਕਦਾ ਗਾ। ਤਾਂ ਇਸ ਕਰਕੇ ਮਨਪ੍ਰੀਤ ਬਾਦਲ ਇਹਨਾਂ ਦਿਨਾਂ ਚ ਚੁੱਪ ਬੈਠਾ, ਔਰ ਸਰੂਪ ਚੰਦ ਸਿੰਗਲਾ ਦੀ ਚਿੱਠੀ ਹੈ ਜਿਹੜੀ ਉਹ ਕਈ ਸਵਾਲ ਖੜੇ ਕਰ ਰਹੀ ਆ ਜੀ। ਅੱਛਾ ਇਹ ਦੱਸਿਓ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਲੋਕ ਸਭਾ ਚੋਣ 'ਚ ਅਮਰੀਕਾ ਰਹਿੰਦੇ ਅਮੀਰ ਪੰਜਾਬੀਆਂ ਨੇ ਕੀ ਕਿਹਾ? ਦੇਖੋ ਜੀ, ਅੰਮ੍ਰਿਤਸਰ ਸਾਹਿਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਵਿਅਕਤੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈਗਾ ਉਹ ਜ਼ਾਹਰਾ ਤੌਰ ਦੇ ਉੱਤੇ ਹੈ ਕਿ ਸਿੱਖ ਪਰਿਵਾਰ ਦੇ ਵਿੱਚੋਂ ਹੈ, ਸਰਦਾਰ ਤੇਜਾ ਸਿੰਘ ਸਮੁੰਦਰੀ ਹੋਰਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦਾ ਪੁੱਤਰ ਹੈ, ਔਰ ਉਹ ਅਮਰੀਕਾ ਦੇ ਵਿੱਚ ਭਾਰਤ ਦਾ ਨੁਮਾਇੰਦਾ ਰਿਹਾ, ਉੱਥੇ ਰਾਜਦੂਤ ਰਿਹਾ ਹੈਗਾ। ਤਾਂ ਅਮਰੀਕਾ ਦੇ ਸਿੱਖ ਭਾਈਚਾਰੇ ਦੇ ਵਿੱਚ ਜਾਂ ਭਾਰਤੀ ਕਮਿਊਨਿਟੀ ਦੇ ਵਿੱਚ ਉਹਦੀ ਖਾਸੀ ਪੈਠ ਦੱਸਦੇ ਆ। ਹੁਣ ਇਹ ਪਤਾ ਅਮਰੀਕਾ ਦੇ ਧਨਾੜ ਭਾਰਤੀ ਨੇ, ਉਹਨਾਂ ਨੇ ਵਿੰਗੇ ਟੇਡੇ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਦੀ ਜਿਹੜੀ ਹੈ ਉਹ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ, ਤਰਨਜੀਤ ਸਿੰਘ ਸੰਧੂ ਦੀ। ਇਹ ਪਤਾ ਲੱਗਿਆ ਜੀ ਕਿ ਵਾਸ਼ਿੰਗਟਨ ਦੇ ਵਿੱਚ ਇਕੱਠ ਹੋਇਆ ਪ੍ਰਮੁੱਖ ਭਾਰਤੀ ਅਮਰੀਕੀਆਂ ਦਾ, ਔਰ ਉਹਨਾਂ ਨੇ ਉੱਥੇ ਕਿਹਾ ਕਿ $10 ਕਰੋੜ ਅਸੀਂ ਅੰਮ੍ਰਿਤਸਰ ਸਾਹਿਬ ਦੇ ਵਿਕਾਸ ਦੇ ਲਈ ਦੇਵਾਂਗੇ। ਤਾਂ ਉਹਨਾਂ ਨੇ ਨਾਲ, ਜਿੱਥੋਂ ਇਹ ਲੱਗਦਾ ਹੈ ਕਿ ਚੋਣਾਂ ਤੋਂ ਪ੍ਰਭਾਵਿਤ ਹੈ, ਨਾਲ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜਾ ਇਹ $10 ਕਰੋੜ ਅੰਮ੍ਰਿਤਸਰ ਸਾਹਿਬ ਦੇ ਲਈ ਦੇਵਾਂਗੇ, ਇਹਦਾ ਅਸਲ ਦੇ ਵਿੱਚ ਜਿਹੜੀ ਯੋਜਨਾ ਉਹਦਾ ਪ੍ਰੇਰਣਾ ਸਰੋਤ ਅਮਰੀਕਾ 'ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ, ਜਿਹੜੇ ਵਾਸ਼ਿੰਗਟਨ ਦੇ ਵਿੱਚ 4 ਸਾਲ ਦੀ ਉਹ ਕਹਿੰਦੇ ਕੂਟਨੀਤਿਕ ਸੇਵਾ ਕਰਨ ਤੋਂ ਬਾਅਦ ਹੁਣ ਆਪਣੇ ਵਤਨ ਆ ਜਿਹੜਾ ਉਹ ਪਰਤੇ ਨੇ। ਔਰ ਇਸ ਪਹਿਲਕਦਮੀ ਦਾ ਉਦੇਸ਼ ਉਹ ਕਹਿੰਦੇ ਨਾ ਸਿਰਫ ਅੰਮ੍ਰਿਤਸਰ ਸਾਹਿਬ ਨੂੰ ਆਰਥਿਕ ਤੇ ਉਦਯੋਗਿਕ ਵਿਕਾਸ ਦੇ ਲਿਹਾਜ਼ ਨਾਲ ਅੱਗੇ ਵਿਕਸਿਤ ਕਰਨਾ, ਬਲਕਿ ਇਸ ਸ਼ਹਿਰ ਨੂੰ ਵਿਸ਼ਵ 'ਚ ਸੈਰ ਸਪਾਟਾ ਸਥਾਨ ਵਜੋਂ ਵੀ ਵਿਕਸਿਤ ਕਰਨਾ ਜਿਹੜਾ ਉਹ ਹੈ। ਜਾਣੀ ਕਿ ਅਮਰੀਕਾ ਰਹਿੰਦੇ ਜਿਹੜੇ ਭਾਰਤੀ ਮੂਲ ਦੇ ਵਿਅਕਤੀ ਨੇ, ਜਿਹਨਾਂ ਦੀ ਤਰਨਜੀਤ ਸਿੰਘ ਸੰਧੂ ਦੇ ਨਾਲ ਨੇੜਤਾ ਹੋਵੇਗੀ, ਉਹਨਾਂ ਨੇ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ $10 ਕਰੋੜ ਦੇਣ ਦਾ ਐਲਾਨ ਅੰਮ੍ਰਿਤਸਰ ਸਾਹਿਬ ਦੇ ਲਈ ਕੀਤਾ ਹੈਗਾ। ਖੈਰ ਹੈ ਤਾਂ ਚੰਗੀ ਗੱਲ ਹੈ ਜੇ ਭਾਰਤ ਦੇ ਵਿੱਚ ਪੈਸਾ ਲੱਗੇ, ਲੇਕਿਨ ਜੇ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਵੀ ਲੱਗਦਾ ਹੈਗਾ ਤਾਂ ਇਹ ਜ਼ਰੂਰ ਸਵਾਲ ਖੜੇ ਹੋਣਗੇ ਜੀ। ਅਖੀਰਲੀ ਖਬਰ ਜੀ, ਪ੍ਰਵਾਸੀ ਮਜ਼ਦੂਰ ਭਾਰਤ ਪੰਜਾਬ 'ਚ ਰਹਿ ਰਹੇ ਨੇ, ਬੋਲੀ ਸਿੱਖ ਰਹੇ ਨੇ ਉੱਥੇ ਦੀ, ਉਹਨਾਂ ਦੇ ਜਵਾਕ ਉੱਥੇ ਪੈਦਾ ਹੋ ਰਹੇ ਨੇ, ਪ੍ਰਵਾਸੀ ਮਜ਼ਦੂਰ ਦਾ ਪੁੱਤ 12ਵੀਂ ਦੀ ਮੈਰਿਟ ਲਿਸਟ 'ਚ ਆਇਆ ਜੀ? ਵਾਕਈ ਜੀ, ਨਾ ਇਹਦੇ ਕੋਲ ਘਰ ਆ ਪ੍ਰਵਾਸੀ ਮਜ਼ਦੂਰ ਦੇ ਬੱਚੇ ਕੋਲੇ,
ਨਾ ਘਰੇ ਖਾਣਾ, ਔਰ ਇਹ ਬੱਚਾ ਪੜ੍ਹਦਾ ਹੋਇਆ ਇੰਨਾ ਪੜ੍ਹਿਆ ਸਰਕਾਰੀ ਸਕੂਲ ਦੇ ਵਿੱਚ ਕਿ ਮੈਰਿਟ ਲਿਸਟ ਦੇ ਵਿੱਚ ਇਹਦਾ ਨਾਂ ਆਇਆ, ਬਾਰਵੀਂ ਦੀ ਦੇ ਵਿੱਚ ਇਕੱਲਾ ਮੈਰਿਟ ਲਿਸਟ ਦੇ ਵਿੱਚ ਨਾਂ ਹੀ ਨਹੀਂ ਆਇਆ, ਬਲਕਿ ਇਹ ਉਦੋਂ ਅੱਗੇ ਜਿਹੜੇ ਇੰਟਰਸਟ ਟੈਸਟ ਹੁੰਦੇ ਆ ਜਿਵੇਂ ਟੋਪ ਦਾ ਇੰਟਰਸਟ ਟੈਸਟ ਆ ਜੇ ਈ ਈ, ਉਹਦੇ ਵਿੱਚ ਵੀ ਇਹਨੇ ਪ੍ਰੀਖਿਆ ਜਿਹੜੀ ਮੋਹਰੀ ਅੱਬਲ ਰੂਪ ਦੇ ਵਿੱਚ ਪਾਸ ਕੀਤੀ ਆ। ਇੱਕ ਮਸਲਾ ਰੋਪੜ ਜ਼ਿਲ੍ਹੇ ਦਾ ਜੀ, ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਅਧੀਨ ਇੱਕ ਸਰਕਾਰੀ ਸਕੂਲ ਪੈਂਦਾ, ਸਰਕਾਰੀ ਸੀਨੀਅਰ ਸਮਾਰਟ ਸਕੂਲ ਕਾਨਪੁਰ ਖੂਹੀ। ਕਾਨਪੁਰ ਖੂਹੀ ਦੇ ਵਿੱਚ ਇਹ ਵਿਦਿਆਰਥੀ ਆ ਰਾਮ ਲਾਲ। ਰਾਮ ਲਾਲ ਦਾ ਪਿਤਾ ਬੁੱਧ ਪਾਲ ਇੱਕ ਪ੍ਰਵਾਸੀ ਮਜ਼ਦੂਰ ਹੈ ਤੇ ਇੱਥੇ ਦਿਹਾੜੀ ਦੱਪਾ ਕਰਦਾ ਸੀ। ਉਹਦੇ ਕੋਲ ਨਾ ਘਰ ਹੈ ਨਾ ਲਾਈਟ ਹੈ, ਝੁੱਗੀ ਝੋਪੜੀ ਦੇ ਵਿੱਚ ਉਹ ਰਹਿੰਦੇ ਨੇ। ਔਰ ਉਹ ਬੱਚੇ ਦੀ ਮਾਤਾ ਦਾ ਵੀ ਦੇਹਾਂਤ ਹੋ ਗਿਆ ਸੀ 3 ਸਾਲ ਪਹਿਲਾਂ ਜਦੋਂ 9ਵੀਂ ਜਮਾਤ ਦੇ ਵਿੱਚ ਸੀਗਾ। ਸਕੂਲ ਦੇ ਵਿੱਚ ਉਹਦੀ ਪੜ੍ਹਾਈ ਨੂੰ ਦੇਖਦੇ ਆ ਕਿ ਮੁੰਡਾ ਬਹੁਤ ਹੁਸ਼ਿਆਰ ਹੈ ਬੱਚਾ, ਉਹਨੂੰ ਅਧਿਆਪਕਾਂ ਨੇ ਕਿਹਾ ਕਿ ਸਕੂਲ ਦੇ ਕਮਰੇ ਚ ਰਹਿ ਪਿਆ ਕਰ ਬੇਟਾ। ਉਹ ਸਕੂਲ ਦੇ ਕਮਰੇ ਚ ਰਹਿਣ ਲੱਗ ਗਿਆ, ਉਹਦਾ ਬਾਪ ਵੀ ਆ ਕੇ ਰਹਿਣ ਲੱਗ ਗਿਆ। ਉਹਦੇ ਬਾਪ ਨੂੰ ਸਕੂਲ ਦੇ ਵਿੱਚ ਚਲੋ ਥੋੜਾ ਬਹੁਤਾ ਅਧਿਆਪਕਾਂ ਨੇ ਕੰਮ ਵੀ ਦੇਤਾ, ਕਿਹਾ ਤੁਸੀਂ ਬੂਟੇ ਵਗੈਰਾ ਗੁੱਡ ਲਿਆ ਕਰੋ। ਤਾਂ ਇਸ ਬੱਚੇ ਨੇ ਰਾਮ ਲਾਲ ਨੇ ਜਿਹੜਾ ਸਕੂਲ ਦੇ ਕਮਰੇ ਦੇ ਵਿੱਚ ਇਹਨਾਂ ਦਿਨਾਂ ਚ 3 ਰਾਤ ਪੜ੍ਹਿਆ, ਔਰ ਉਹਦੇ ਬਾਪ ਨੇ ਉੱਥੇ ਚੌਕੀਦਾਰੀ ਵੀ ਕੀਤੀ, ਔਰ ਕਦੇ ਇਹਨੇ ਟਿਊਸ਼ਨ ਨਹੀਂ ਰੱਖੀ ਜੀ। ਔਰ ਬਹੁਤ ਹੁਸ਼ਿਆਰ ਇਹ ਬੱਚਾ ਜਿਹੜਾ ਉਹ ਨਿਕਲਿਆ ਤੇ ਇਹਨੇ JEE ਦੇ ਵਿੱਚ ਵੀ ਮੋਹਰੀ ਰੂਪ ਅਦਾ ਕੀਤਾ ਗਾ, ਔਰ ਨਾਨ ਮੈਡੀਕਲ ਦੇ ਵਿੱਚ ਇਸ ਬੱਚੇ ਨੇ 12ਵੀਂ ਦੀ ਪ੍ਰੀਖਿਆ ਜਿਹੜੀ ਪਾਸ ਹੀ ਨਹੀਂ ਕੀਤੀ, ਬਲਕਿ ਮੈਰਿਟ ਲਿਸਟ ਦੇ ਵਿੱਚ ਵੀ ਇਹਦਾ ਨਾਂ ਆਇਆ ਗਾ ਜੀ। ਧੰਨਵਾਦ ਜੀ, ਤੇ ਆਪਣਾ ਖਿਆਲ ਰੱਖਿਓ। ਹੁਣ ਸੋਮਵਾਰ ਨੂੰ ਗੱਲਾਂ ਬਾਤਾਂ ਹੋਣਗੀਆਂ। ਬ੍ਰੇਕਿੰਗ ਨਿਊਜ਼ ਇੱਥੇ ਚੱਲ ਰਹੀ ਹੈ ਹੁਣ, ਹਰਦੀਪ ਸਿੰਘ ਨਿੱਜਰ ਦੇ 3 ਕਾਤਲ ਫੜੇ ਨੇ, ਬਿਸ਼ਨੋਈ ਗੈਂਗ ਦੀ ਗੱਲ ਚੱਲ ਰਹੀ ਹੈ। ਕਰਨ ਬਰਾੜ ਅਤੇ 2 ਮੁੰਡੇ ਸਿੰਘ ਨੇ, ਕਰਨਜੀਤ ਸਿੰਘ ਅਤੇ ਕਮਲਦੀਪ ਸਿੰਘ ਸ਼ਾਇਦ, ਅਤੇ ਉਹ ਹੁਣ ਇਹ ਸੋਮਵਾਰ ਨੂੰ ਇਸ ਦੇ ਬਾਰੇ ਗੱਲ ਖੁੱਲ੍ਹ ਕੇ ਆਊਗੀ। ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ, ਅਤੇ ਆਪਣਾ ਖਿਆਲ ਰੱਖਿਓ। ਧੰਨਵਾਦ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਅਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ। ਸਵਰਨਮਕਿਰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ ਰਹੇ ਸੀ। ਹਰਦੀਪ ਸਿੰਘ ਨਿੱਜਰ ਦੇ ਕੇਸ ਦੇ ਵਿੱਚ 3 ਜਿਹੜੇ ਬੰਦੇ ਫੜੇ ਨੇ 2 ਸੂਬਿਆਂ ਦੇ ਵਿੱਚੋਂ, ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਕਰਨ ਬਰਾੜ, ਫਸਟ ਡਿਗਰੀ ਮਰਡਰ ਦੇ ਵਿੱਚ ਚਾਰਜ ਕੀਤੇ ਨੇ। ਹਿੱਟ ਸਕੁਆਡ ਇਸ ਤੋਂ ਕਿਹਾ ਗਿਆ। ਇਹਨਾਂ ਨੇ ਸ਼ੂਟਰ ਦੇ ਤੌਰ 'ਤੇ, ਡਰਾਈਵਰ ਦੇ ਤੌਰ 'ਤੇ, ਸਪੋਟਰ ਦੇ ਤੌਰ 'ਤੇ, ਜਿਸ ਦਿਨ ਸਰਦਾਰ ਨਿੱਜਰ ਦਾ ਕਤਲ ਹੋਇਆ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ, ਇਹਨਾਂ ਹਿੱਟ ਸਕੁਆਡ ਦੇ ਇਹ ਮੈਂਬਰ ਨੇ। ਇਹ ਹਿੱਟ ਸਕੁਆਡ ਇਸ ਦੇਸ਼ ਦੇ ਵਿੱਚ 2021 'ਚ ਆਇਆ, ਕੋਈ ਸਟੂਡੈਂਟ ਵੀਜ਼ੇ 'ਤੇ ਆਏ ਨੇ, ਬਿਲਕੁਲ ਆ ਕੇ ਉਹ ਪੜ੍ਹੇ ਨਹੀਂ ਇੱਥੇ। ਫਸਟ ਡਿਗਰੀ ਮਰਡਰ 'ਚ ਚਾਰਜ ਕੀਤੇ ਨੇ, 2 ਸੂਬਿਆਂ ਦੇ ਵਿੱਚ ਇਹਨਾਂ ਨੂੰ ਫੜਿਆ। ਪਹਿਲਾ ਕਤਲ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਹੋਇਆ, ਟਰੂਡੋ ਉਹਨਾਂ ਨੇ 2020 ਨੂੰ ਹਾਊਸ ਆਫ ਕਾਮਨਸ ਦੇ ਵਿੱਚ ਖੜ੍ਹ ਕੇ ਜਦ ਕ੍ਰੈਡੀਬਲ ਐਲੀਗੇਸ਼ਨ ਦੀ ਗੱਲ ਕੀਤੀ ਭਾਰਤ ਸਰਕਾਰ 'ਤੇ, ਉਦੋਂ 2 ਦਿਨਾਂ ਬਾਅਦ ਸੁੱਖਾ ਦੁਨੇ ਕੇ ਜਿਹੜਾ ਸੁਖਦੂਲ ਸਿੰਘ ਗਿੱਲ, 39 ਵਰ੍ਹਿਆਂ ਦਾ, ਬਿਨੀਪੈਗ ਦੇ ਵਿੱਚ ਡਿਊਪਲੈਕਸ ਦੇ ਵਿੱਚ 11 ਉਹਨੂੰ ਗੋਲੀਆਂ ਮਾਰੀਆਂ ਗਈਆਂ। ਦਵਿੰਦਰ ਬੰਬੀਹਾ ਗਰੁੱਪ ਦਾ ਇਹ ਮੈਂਬਰ ਸੀ, ਅਤੇ ਇਹਨੂੰ ਵਾਂਟਡ ਲਿਸਟ ਦੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ 43 ਨਾਂ ਜਿਹੜੇ ਇਹਦੇ 'ਚ ਪਾਏ ਸੀ, ਅਤੇ ਇਸ ਨੂੰ ਖਾਲਿਸਤਾਨ ਟਾਈਗਰ ਫੋਰਸ ਦੇ ਨਾਲ
ਜੋੜਿਆ ਸੀ ਸੁੱਖਾ ਦੁਨੇਕਿਆਂ ਨੂੰ, ਅਤੇ ਇਸ ਦੀ ਫੋਟੋ ਵੀ ਪਾਈ ਸੀ NIA ਨੇ ਵੀ ਇਹ ਬੰਦਾ ਮਾਰਿਆ ਗਿਆ। ਉਸ ਤੋਂ ਬਾਅਦ ਫਿਰ 6 ਹਫ਼ਤੇ ਬਾਅਦ ਇੱਕ ਗੈਂਗਲੈਂਡ ਸਟਾਈਲ ਕਿਲਿੰਗ ਹੋਈ 41 ਸਾਲ ਦੀ ਹਰਪ੍ਰੀਤ ਉੱਪਲ ਦੀ, 11 ਸਾਲ ਦਾ ਉਹਦਾ ਪੁੱਤਰ ਨਾਲ ਸੀ ਐਡਮਿੰਟਨ ਦੇ ਵਿੱਚ। ਬਿਸ਼ਨੋਈ ਗੈਂਗ ਦੇ ਨਾਲ ਇਹ ਜਿਹੜੇ ਟੈਂਪਰੇਰੀ ਵੀਜ਼ਾ 'ਤੇ ਬੰਦੇ ਆਏ ਨੇ, CBC ਦੇ ਵਿੱਚ ਇਹ ਖਬਰ ਲੱਗੀ ਹੈ, ਸਾਰੇ ਇੰਡੀਅਨ ਸਿਟੀਜ਼ਨ ਨੇ ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ੇ 'ਤੇ ਆਏ ਨੇ, ਸਮ ਆਫ ਦੈਮ ਸਟੂਡੈਂਟ ਵੀਜ਼ਾ ਲਿਖਿਆ ਹੋਇਆ, ਕਿਸੇ ਨੇ ਇਹਦੇ 'ਤੇ ਪੜ੍ਹਾਈ ਨਹੀਂ ਕੀਤੀ। ਅਤੇ ਹੁਣ ਇਹ ਇਸ ਨੂੰ ਅੱਗੇ ਉਹਨਾਂ ਨੇ ਐਸੋਸੀਏਟ ਦੱਸਿਆ ਵੀ ਕ੍ਰਿਮੀਨਲ ਗਰੁੱਪ ਜਿਹੜਾ ਲਾਰੈਂਸ ਬਿਸ਼ਨੋਈ ਦਾ, ਇੰਨੀ ਜਾਣਕਾਰੀ ਹੁਣ ਤੱਕ ਛਪੀ ਹੈ। ਇਸ ਤੋਂ ਅਗਲੀ ਜਾਣਕਾਰੀ ਜਿਹੜੀ ਹੈ 12:30 ਪ੍ਰੈਸ ਕਾਨਫਰੰਸ ਦਿੱਤੀ ਜਾਊਗੀ, ਇਹ ਅੱਜ ਦੀ ਬ੍ਰੇਕਿੰਗ ਨਿਊਜ਼ ਹੈ। ਇਸ ਵਿਸ਼ੇ ਦੇ ਬਾਰੇ ਤੁਸੀਂ ਗੱਲ ਕਰਨੀ ਹੈ ਜਾਂ ਕੋਈ ਵੀ ਵਿਸ਼ਾ, ਇੱਕ ਮਹੀਨੇ ਦਾ ਪਿਛਲਾ ਤੁਸੀਂ ਗੱਲਬਾਤ ਕਰਨੀ ਸੀ ਪਰ ਸਮਾਂ ਨਾ ਮਿਲ ਸਕਿਆ, 604-204-0600 'ਤੇ ਤੁਸੀਂ ਸ਼ਾਮਲ ਹੋ ਸਕਦੇ ਹੋ, 604-204-0600। ਸਰ ਨਿਰਮਲ ਸਿੰਘ ਜੀ ਤੁਸੀਂ ਏਅਰ 'ਤੇ ਹੋ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਆਪਣੇ ਇੱਕ ਮੁੱਦੇ 'ਤੇ ਗੱਲ ਕਰਨੀ। ਪਿਛਲੇ ਮਹੀਨੇ ਜਿਹੜਾ ਆਪਣਾ ਚੱਲਿਆ ਰੇਡੀਓ 'ਤੇ ਵੀ ਆਪਾਂ ਕਈ ਗੱਲ ਨਹੀਂ ਹੋ ਸਕੀਗੀ। ਦੱਸੋ ਜੀ। ਇਹ ਸੀਗਾ ਆਪਣਾ ਜਿਹੜਾ DOT ਨੇ ਨਵਾਂ ਰੂਲ ਲਿਆਂਦਾ, ਜਿਹੜਾ ਟਰੱਕਾਂ 'ਚ ਡਿਵਾਈਸ ਲਾਉਣੀ ਹੈ 105 ਕਿਲੋਮੀਟਰ ਦੀ ਸਪੀਡ ਵਾਲੀ। ਅੱਛਾ ਜੀ, ਲੱਗੀ ਆ। ਹਾਂਜੀ, ਉਹ ਮੁੱਦੇ 'ਤੇ ਕੋਈ ਨਾ ਕੰਪਨੀ ਬੋਲੀ, ਨਾ ਕੋਈ ਓਨਰ ਆਪਰੇਟਰ ਬੋਲਿਆ, ਚੁੱਪ ਕਰਕੇ ਸਾਰਿਆਂ ਨੇ ਲਵਾ ਲਈਆਂ ਆ। ਤੇ ਆਪਣੇ ਨਾਲ ਗੁਆਂਢੀ ਮੁਲਕ ਅਮੈਰੀਕਾ ਆ ਨਾ, ਉੱਥੇ ਦੇਖੋ ਤੁਸੀਂ ਸਾਈਨ ਬੋਰਡ ਰੋਡ ਤੇ ਲਾ ਸਕਦੇ ਜੇ ਤੁਹਾਨੂੰ ਸਪੀਡ ਦੀ ਕੋਈ ਪ੍ਰੋਬਲਮ ਆ DOT ਨੂੰ, ਤੁਸੀਂ 105 ਕਿਲੋਮੀਟਰ ਰੋਡ ਦੀ ਸਪੀਡ ਕਰ ਦੋ ਨਾ। ਤੇ ਹੁਣ ਕਈ ਸਟੇਟਾਂ ਦੇ ਵਿੱਚ ਸਪੀਡ ਜ਼ਿਆਦਾ, ਜਿਹੜੇ ਵੀਰ ਅਮੈਰੀਕਾ ਨੂੰ ਚੱਲਦੇ ਆ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਪ੍ਰੋਬਲਮ ਆ ਰਹੀ, ਕਿਉਂਕਿ ਪਹਿਲਾਂ ਤਾਂ ਆਪਣੇ ਜਿਵੇਂ ਕਹਿੰਦੇ ਨਾ ਰੱਸੀ ਹੌਲੀ ਹੌਲੀ ਗਲ ਘੁੱਟੀ ਜਾਂਦੇ ਆਪਣਾ, ਪਹਿਲਾਂ ਤਾਂ ਇਹਨਾਂ ਨੇ E-Log ਲਾਤੀਆਂ। ਹੁਣ ਦੇਖੋ ਜਿਹੜਾ ਬੰਦਾ ਅਮੈਰੀਕਾ ਨੂੰ ਜਾਂਦਾ ਉਹਦੀ ਸਪੀਡ ਹੁਣ 70 ਮਾਈਲ ਆ, 70 ਮਾਈਲ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਸਪੀਡ ਬਣ ਜਾਂਦੀ ਹੈ ਟਰੱਕ ਦੀ। ਇੱਥੇ ਹੁਣ 105 ਦੀ ਕਰਤੀ ਨਾਲ ਅਲਬਰਟਾ, ਉਹਦੇ 'ਚ 110 ਕਿਲੋਮੀਟਰ ਦੀ ਸਪੀਡ ਆਪਣੇ। ਉਹ ਮੁੱਦਾ ਮੇਰੇ ਵੀਰ ਜ਼ਿਆਦਾ ਇੱਕ ਜੂਨੀਅਰ ਹੋਣੀ ਚਾਹੀਦੀ, ਮੈਂ ਤਾਂ ਟਰੈਕਿੰਗ ਕੰਪਨੀਆਂ ਦੀ, ਜਿਵੇਂ ਆਪਣੇ ਗਲਫ ਦੇ ਵਿੱਚ ਸੀ, ਮੈਂ ਵੀ ਉੱਥੇ ਕੰਮ ਕਰਕੇ ਆ, ਤੁਸੀਂ ਵੀ ਕਰਕੇ ਆਏ ਹੋ ਜੀ, ਉੱਥੇ ਵਾਲਾ ਗਲਫ ਕੰਟਰੀਆਂ ਸੀ, ਪਰ ਉੱਥੇ ਯੂਨੀਅਨ ਸੀਗੀਆਂ, ਜੇ ਕੋਈ ਬੰਦੇ ਤੇ ਮੁਸੀਬਤ ਪੈਂਦੀ ਸੀ ਯੂਨੀਅਨ ਖੜਦੀ ਸੀ ਨਾਲ। ਇੱਥੇ ਹਾਈਵੇ ਵਾਲਿਆਂ ਦੀ ਕੋਈ ਯੂਨੀਅਨ ਨੀ ਵੀਰ ਜੀ, ਕੋਈ ਕੁਛ ਨੀ, ਜਿਵੇਂ DOT ਕੋਈ ਲਾ ਲਿਆਉਂਦੀ ਆ ਚੁੱਪ ਕਰਕੇ ਬੱਕਰੀ ਬਣ ਕੇ, ਜਿਵੇਂ ਬੱਕਰੀ ਨੂੰ ਚੋ ਲੈਂਦੇ ਥਾਪੀ ਮਾਰ ਕੇ, ਬਸ ਉਹ ਸਿਸਟਮ ਆ। ਸੋ ਇਹ ਜਿਹੜੀ ਸਪੀਡ ਬੰਨੀ ਆ ਨਿਰਮਲ ਸਿੰਘ ਜੀ, ਇਹਨੂੰ ਇਹਦਾ ਤੁਹਾਨੂੰ ਜਿਹੜੇ ਅਮਰੀਕਾ ਨੂੰ ਜਾਂਦੇ ਆ ਇਸ ਲਈ ਪ੍ਰੋਬਲਮ ਆ ਰਹੀ ਹੈ ਜੀ? ਹੈ, ਸਾਨੂੰ ਵੀ ਪ੍ਰੋਬਲਮ ਆ ਰਹੀ ਆ। ਦੂਜੀ ਆਪਣੀ ਇਹ ਦੇਖੋ ਵੀ ਜਿਹਦੇ ਕੋਲ ਹੈਵੀ ਲੋਡ ਆ, ਹੁਣ ਤੁਸੀਂ ਮੰਨ ਲਓ RPM ਹੁਣ ਟਰੱਕ ਦਾ 1200-1300 ਤੋਂ ਵੱਧ ਤਾਂ ਨਹੀਂ 105 ਤੇ, ਹੁਣ ਜਿਹੜਾ ਪਿੱਛੇ ਬੀ ਟ੍ਰੇਲ ਲੈ ਕੇ ਆ ਰਿਹਾ ਜਾਂ ਕੋਈ ਲੋ ਬੈਡ ਵਾਲਾ ਹੈਵੀ ਲੋਡ ਆ, ਉਹਦਾ ਤਾਂ ਟਰੱਕ ਮਰ ਜਾਂਦਾ ਹਿਲ ਤੇ ਬਿਲਕੁਲ ਵੀਰ ਜੀ, ਉਦੋਂ ਤਾਂ ਉਹਦੀ ਤਾਂ ਹੋਰ ਲਾਈਨ ਅਪ ਹੋ ਜਾਂਦੀ ਪਿੱਛੇ ਟਰੱਕਾਂ ਵੀ। ਪ੍ਰੋਬਲਮ ਇਹ ਆ ਰਹੀ ਆ ਵੀ ਜਿਹਨੂੰ ਉਹਨੂੰ ਹਿਲ ਤੇ ਚੜ੍ਹਨ ਦੀ ਪ੍ਰੋਬਲਮ ਆ ਰਹੀ ਆ ਨਾਲ, ਕਿਉਂ ਐਕਸਲਰੇਟ ਉੱਥੋਂ ਅੱਗੇ ਜਾਣਾ ਹੀ ਨਹੀਂ, ਜਾਣਾ ਹੀ ਨਹੀਂ ਗਾ, ਬਸ ਇਹ ਪ੍ਰੋਬਲਮ ਆ ਰਹੀ ਹਰੇਕ ਵੀਰ ਨੂੰ ਆ ਰਹੀ, ਪਰ ਬੋਲਦਾ ਕੋਈ ਨੀ,
ਮੈਂ ਇੱਕ ਮਹੀਨੇ ਤੋਂ ਦੇਖੀ ਜਾਂਦਾ, ਇਹਨਾਂ ਨੇ ਦੋ ਮਹੀਨੇ ਇਹਨਾਂ ਨੇ ਪੱਕਾ ਕਰ ਦੇਣਾ ਰੂਲ, ਪਹੁੰਚ ਨਹੀਂ ਕੀਤੀ ਜੀ ਕਿਸੇ ਨੇ, ਦੱਸਿਆ ਨਹੀਂ ਕਿਸੇ ਨੇ, ਗੱਲ ਕੀਤੀ ਨਹੀਂ ਜੀ, ਸ਼ੁਰੂ ਕਰਨੀ ਚਾਹੀਦੀ ਸੀ ਗੱਲ। ਮੈਂ ਇਹ ਨਹੀਂ ਕਹਿੰਦਾ ਸਪੀਡ ਕੰਟਰੋਲ ਹੋਣੀ ਚਾਹੀਦੀ ਹੈ, ਬਟ ਉਹਦੇ ਵਾਸਤੇ ਤੁਸੀਂ ਰੋਡ ਦੀ ਸਪੀਡ ਕੰਟਰੋਲ ਕਰ ਦਿਓ, ਵੀ ਇਸ ਤੋਂ ਵੱਧ ਤੁਸੀਂ ਭਜਾ ਨਹੀਂ ਸਕਦੇ। ਬਿਲਕੁਲ ਠੀਕ ਹੈ, ਟਰੱਕ ਟਰੱਕ ਬੰਨਣ ਦੀ ਜਗ੍ਹਾ ਨਹੀਂ, ਉਹ ਵੀ ਇਨਫੋਰਸ ਹੈ ਜੀ, ਉੱਥੇ ਕਿੰਨੀ ਪੁਲਿਸ ਫਿਰਦੀ ਹੈ। ਅਮਰੀਕਾ 'ਚ ਤਾਂ ਤੁਸੀਂ ਸਪੀਡ ਕਰਦੇ ਹੀ ਨਹੀਂ, 3 ਕੁ ਮੀਲ ਉੱਪਰ ਜਾਂਦੇ ਹੋ, 112 ਦੀ ਸਪੀਡ ਆ 70 ਮੀਲ ਦੀ, 115 ਕਿਤੇ ਤੁਸੀਂ 112-113 'ਤੇ ਤੁਰੇ ਜਾਂਦੇ ਹੋ ਬੰਨ ਕੇ ਕਰੂਜ਼। ਹਾਂਜੀ ਹਾਂਜੀ, ਇਹ ਚੀਜ਼ ਹੋਣੀ ਚਾਹੀਦੀ ਆ, ਨਾ ਕਿ ਡਿਵਾਈਸਾਂ ਹੁਣ ਹਰੇਕ ਬੰਦੇ ਦਾ $300-400 ਜੇਬ 'ਚੋਂ ਲੱਗ ਗਿਆ, DOT ਦਾ ਕੀ ਗਿਆ, ਕੁਛ ਵੀ ਨਹੀਂ ਗਿਆ। ਬਿਲਕੁ�ਲ ਠੀਕ ਹੈ, ਇਸ 'ਤੇ ਗੱਲ ਹੋਣੀ ਚਾਹੀਦੀ ਸੀ। ਪ੍ਰਭਜੋਤ ਪਾਲ ਸਿੰਘ ਜੀ, ਲਾਈਨ ਨੰਬਰ 2। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਭਾਈ ਸਾਹਿਬ, ਜਿਹੜੀ ਆ ਤੁਸੀਂ ਖਬਰ ਦਿੱਤੀ ਹੈਗੀ ਆ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ, ਜਿਹੜਾ ਆ ਕਤਲ ਕੇਸ ਵਿੱਚ ਜਿਹੜਾ ਇਨਵੋਲਵਮੈਂਟ ਹੈਗੀ ਆ ਉਹਨਾਂ ਦੀ, ਜਿੱਦਾਂ ਹੁਣ ਆਹ ਸਬੂਤ ਵੀ ਨਿਕਲੇ ਉਹਨੇ, ਸਭ ਕੁਛ ਹੈਗਾ ਆ ਜਿਹੜਾ ਆਪਾਂ ਨੂੰ ਆਪਣੇ ਭਾਈ ਆਪਣੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣੀ ਭਾਰਤ ਦੀ ਪਾਰਲੀਮੈਂਟ ਵਿੱਚ ਖੜ ਕੇ ਇਹਨਾਂ ਦਾ ਜ਼ਿਕਰ ਕੀਤਾ ਸੀ ਵੀ ਇਹ ਭਾਰਤ ਦੀਆਂ ਸਰਕਾਰਾਂ ਵੱਲੋਂ ਜਿਹੜੇ ਇਹੋ ਕਤਲ ਕਰਵਾਏ ਗਏ ਹੈਗੇ ਆ। ਉਹ ਪਾਰਲੀਮੈਂਟ ਵਿੱਚ ਵੀ ਕੈਨੇਡਾ ਦੀ ਵਿੱਚ ਗੱਲਬਾਤ ਹੋਈ ਸੀਗੀ, ਉਹਦੇ ਵਿੱਚ ਜਿਹੜਾ ਆ ਜਿਸ ਤਰ੍ਹਾਂ ਆਪਾਂ ਨੂੰ ਪਤਾ ਆ ਜਿਹਨਿਆਂ ਨੇ ਇਹਦੇ ਹੱਕ ਦੇ ਵਿੱਚ ਗੱਲ ਕੀਤੀ ਉਹਨਾਂ ਨੂੰ ਇਹੋ ਗੱਲ ਕਹਿ ਕੇ ਹੀ ਦੂਜਾ ਅਸੀਂ ਨਕਾਰਦੇ ਰਹੇ ਵੀ ਦੱਸੋ ਜੀ ਕਿੱਥੇ ਆ ਸਬੂਤ, ਕਿਹੜੇ ਆ ਭਾਰਤ ਨਾਲ ਸੰਬੰਧ ਵਿਗਾੜ ਲਏ ਆ, ਵਪਾਰ ਕੀ ਹੋਊਗਾ ਸਾਡੇ, ਦੂਜਾ ਕਿੰਨਾ ਪੈਸੇ ਧੇਲੇ ਦੀ ਇਕੋਨਮੀ ਡੁੱਬ ਚੱਲੀ ਆ, ਉਹਨਾਂ ਦੀ ਅਸੀਂ ਅੱਜ ਤਾਈਂ ਗੱਲ ਕਰਦੇ ਰਹੇ। ਜਦੋਂ ਸਾਡੇ ਹੱਕਾਂ ਦੀ ਗੱਲ ਆਉਂਦੀ ਆ ਤਾਂ ਫਿਰ ਅਸੀਂ ਪੈਸੇ ਨਾਲ ਜੋੜ ਕੇ ਸਭ ਕੁਛ ਦੇਖਦੇ ਹਾਂ। ਹੁਣ ਵੀ ਜਿਹੜੀ ਕੌਲ ਵੀ ਆਈ ਹੈਗੀ ਆ ਉਹ ਸਿਰਫ ਤੇ ਸਿਰਫ ਜਿੱਦਾਂ ਅਸੀਂ ਪੈਸੇ ਨੂੰ ਹੀ ਮੱਦੇਨਜ਼ਰ ਰੱਖਦੇ ਹਾਂ ਹਰ ਗੱਲ ਕਰਦੇ ਹਾਂ, ਜਿੰਨੀ ਤੇਰ ਅਸੀਂ ਇਨਸਾਨੀ ਕਦਰਾਂ ਕੀਮਤਾਂ ਤੱਕ ਨਹੀਂ ਪਹੁੰਚਦੇ, ਅਸੀਂ ਇੱਕ ਦੂਜੇ ਦੇ ਸਤਿਕਾਰ ਨਹੀਂ ਕਰਦੇ, ਇੱਕ ਦੂਜੇ ਨੂੰ ਕੋ ਐਗਜ਼ਿਸਟ ਕਰਨ ਦੀ ਗੱਲ ਨਹੀਂ ਕਰਦੇ। ਜੇ ਕੋਈ ਵੱਖਰੀ ਗੱਲ ਕਰਦਾ ਆ ਤਾਂ ਉਸ ਗੱਲ ਨੂੰ ਅਸੀਂ ਗੱਲ ਨਹੀਂ ਕਰਨੀ। ਕਿਸ ਤਰ੍ਹਾਂ ਇਹ ਦੁਨੀਆਂ ਦੇ ਵਿੱਚ ਸੁੱਖ ਸ਼ਾਂਤੀ ਰਹੂਗੀ, ਕਿਸ ਤਰ੍ਹਾਂ ਅਸੀਂ ਇਹੋ ਜਿਹੜਾ ਹੈ ਜਿਹੜਾ ਵਧੀਆ ਦੇਸ਼ ਚੇਚ ਆਏ ਸੀ ਉਹ ਵਧੀਆ ਰਹੂਗਾ। ਸੋ ਮੈਂ ਤਾਂ ਇਹੋ ਕਹੂੰਗਾ ਵੀ ਪੈਸੇ ਨੂੰ ਬਿਲਕੁਲ ਤਰਜੀਹ ਦੇਣੀ ਚਾਹੀਦੀ ਆ, ਪਰ ਜੇ ਪੈਸੇ ਨਾਲ ਇਨਸਾਨੀਅਤ ਹੀ ਖਤਮ ਹੋ ਰਹੀ ਆ ਤੇ ਫਿਰ ਸਾਡਾ ਕੀ ਬਣੂਗਾ। ਸੋ ਮੇਰਾ ਖਿਆਲ ਆ ਸਭ ਤੋਂ ਪਹਿਲਾਂ ਸਾਨੂੰ ਇੱਕ ਦੂਜੇ ਦਾ ਖਿਆਲ ਕਰਨਾ ਚਾਹੀਦਾ, ਨਾ ਕਿ ਪੈਸੇ ਨੂੰ ਤਰਜੀਹ ਦੇ ਕੇ, ਤਾਂ ਹਰ ਇੱਕ ਗੱਲ ਜਿਹੜੀ ਆ ਸਾਡੇ ਨਾਲ ਹੋ ਰਿਹਾ ਧੱਕਾ ਜ਼ੁਲਮ ਹੈਗਾ ਆ ਉਹਨੂੰ ਪਛਾੜਿਆ ਜਾਵੇ। ਅੱਜ ਵੀ ਭਾਰਤ ਦੇ ਵਿੱਚ ਇਲੈਕਸ਼ਨ ਚੱਲ ਰਹੇ ਹੈਗੇ ਆ ਤੇ ਅਸੀਂ ਇਹੋ ਦੇਖਦੇ ਹਾਂ ਵੀ ਕਿਹੜੀਆਂ ਪਾਰਟੀਆਂ ਨੇ ਜਿੱਤਣਾ ਤੇ ਕਿਹੜੀਆਂ ਪਾਰਟੀਆਂ ਨੇ ਸਾਨੂੰ ਪੈਸੇ ਦੇਣੇ ਹੈਗੇ ਆ। ਉੱਥੇ ਜਿਹੜਾ ਸਾਡੇ ਹੱਕ ਦੇ ਵਿੱਚ, ਸਾਡੇ ਧੀਆਂ ਪੁੱਤਾਂ ਦੇ ਹੱਕ ਵਿੱਚ ਖੜਨ ਵਾਲੀਆਂ ਪਾਰਟੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਦਾ ਕੋਈ ਮੀਡੀਆ ਨਾਂ ਵੀ ਨਹੀਂ ਲੈਂਦਾ। ਜੇ ਭਾਈ ਅੰਮ੍ਰਿਤਪਾਲ ਸਿੰਘ ਹੁਣੇ ਇਲੈਕਸ਼ਨ ਵਿੱਚ ਖੜੇ ਆ ਤਾਂ ਅੱਜ ਮੀਡੀਆ ਉੱਥੇ ਦਾ ਇਹੋ ਪ੍ਰਚਾਰ ਰਿਹਾ ਵੀ ਅੰਮ੍ਰਿਤਪਾਲ ਨੂੰ ਕਿਸੇ ਵੀ ਸਥਾਪਿਤ ਜਿਹੜੀ ਹੈਗੀ ਆ ਜਥੇਬੰਦੀ ਉਹਦਾ ਸਮਰਥਨ ਨਹੀਂ ਹੈਗਾ, ਭਾਈ ਅੰਮ੍ਰਿਤਪਾਲ ਆਪਣੇ ਆਪ ਖੜ ਗਿਆ ਹੈਗਾ। ਜਦਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਿਛਲੇ 40 ਸਾਲਾਂ ਤੋਂ ਸੰਘਰਸ਼ ਦੇ ਵਿੱਚ ਹੈਗੀ ਆ, ਅਕਾਲ ਤਖ਼ਤ ਤੋਂ ਸਥਾਪਿਤ ਪੰਥਕ ਜਥੇਬੰਦੀ ਆ, ਤੇ ਉਹਨੂੰ ਸਾਰਾ ਮੀਡੀਆ ਇਸ ਤਰ੍ਹਾਂ ਨਕਾਰ ਰਿਹਾ ਵੀ ਉਸ ਪਾਰਟੀ ਦੀ ਕੋਈ ਐਗਜ਼ਿਸਟੈਂਸ ਹੀ ਨਹੀਂ ਹੈਗੀ, ਨਾ ਕਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨਾਂ ਲਿਆ ਜਾਂਦਾ। ਜੇ ਅਸੀਂ ਇੱਦਾਂ ਇਗਨੋਰ ਕਰਕੇ ਅੱਖਾਂ ਤੇ ਖੋਪੇ ਬੰਨ ਕੇ ਉਹ ਕੇਸ ਦੇਖਣਾ ਜੋ ਸਾਨੂੰ ਉੱਥੇ ਦੀ ਭਾਰਤ ਦੀ ਸਰਕਾਰ ਦਾ ਮੀਡੀਆ ਦਿਖਾਲਦਾ ਆ, ਕਿੱਦਾਂ ਗੱਲ ਬਣੂਗੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਕ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 4। ਗਿੱਲ ਸਾਹਿਬ ਜੀ, ਜੀ ਸਤਿ ਸ੍ਰੀ ਅਕਾਲ ਭਾਈ ਸਾਹਿਬ।
ਜੇ ਤੁਸੀਂ MP ਬਣ ਗਏ ਨਾ, ਜਦੋਂ ਬਣ ਗਏ ਤੇ ਉੱਥੇ ਨਾ ਪਾਰਲੀਮੈਂਟ ਜਾ ਕੇ ਨਾ ਇਸ ਤਰ੍ਹਾਂ ਕਹਿ ਕਰੀਓ, ਧੰਨਵਾਦ ਜੀ। ਗੱਲ ਕੋਈ ਹੋਰ ਸੁਣਾਓ। ਹੋਰ ਬਸ ਆਹ ਜਿਹੜੀ ਖਬਰ ਆਈ ਹੈ ਨਵੀਂ, ਜਿਹੜੀ ਬੜੀ ਚੰਗੀ ਖਬਰ ਆ, ਪਤਾ ਲੱਗਣਾ ਚਾਹੀਦਾ ਸੀਗਾ ਦੇਰ ਹੁੰਦੀ ਕਿਹਨਾਂ ਨੇ ਕੀਤਾ, ਕੰਮ ਕਿਉਂ ਕੀਤਾ, ਬੈਕਗਰਾਉਂਡ ਵਿੱਚ ਗੱਲ ਹੋਣੀ ਚਾਹੀਦੀ ਹੈ। ਸਵੇਰ ਨਹੀਂ ਵੀ ਗ੍ਰਿਫਤਾਰ ਕਰ ਲਏ ਆ ਹਜੇ, ਕੌਣ ਸੀਗੇ ਇਹਨਾਂ ਨੇ, ਕਿਉਂ ਕੀਤਾ, ਇਹਨਾਂ ਦੇ ਪਿੱਛੇ ਕੌਣ ਸੀਗਾ। ਇੱਕ ਸ਼ਰੀਫ ਆਦਮੀ ਸੀ ਆਪਣਾ, ਬਾਲ ਬੱਚੇ ਦਾ ਸੀ ਹਾਂਜੀ, ਮਿਸਟਰ ਸਾਹਿਬ, ਤੇ ਨਾਲੇ ਆਪਣੇ ਉਹ ਜੇ ਉਹ ਆਪਣੇ ਐਕਸਪ੍ਰੈਸ ਕਰਦੇ ਸੀਗੇ ਵਿਊ, ਤੇ ਸਾਨੂੰ ਵੱਖਰਾ ਚਾਹੀਦਾ ਤੇ ਹਰਜ ਕੀ ਇਹਦੇ ਚ ਐਕਸਪ੍ਰੈਸ ਕਰਨ ਚ। ਇੱਥੇ ਤੇ ਕਹਿੰਦੇ ਪੂਰ ਆਈਲੈਂਡ ਜਿਹੜਾ ਉਹਨੂੰ ਸੈਪਰੇਟ ਕਰੋ, ਸੈਪਰੇਟ ਕੰਟਰੀ ਬਣਾਓ, ਕੁਛ ਵੀ ਨਹੀਂ ਹੁੰਦਾ, ਲੋਕੀ ਸਪੋਰਟ ਕਰਦੇ ਨੇ ਕਰਦੇ ਨੇ, ਤੇ ਪਤਾ ਲੱਗਣਾ ਚਾਹੀਦਾ ਵੀ ਇਹ ਬੈਕਗਰਾਉਂਡ ਚ ਕੌਣ ਸੀਗਾ ਤੇ ਕਿਹਨਾਂ ਨੇ ਕਰਵਾਇਆ ਹੈ। 12:30 ਪ੍ਰੈਸ ਕਾਨਫਰੰਸ ਹੈ ਭਾਈ ਸਾਹਿਬ, ਪਤਾ ਲੱਗੇਗਾ ਜੀ। ਹੋਰ ਸਾਹਿਬ ਬਲਵੀਰ ਸਿੰਘ ਜੀ ਰਾਏ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ। ਸਤਿ ਸ਼੍ਰੀ ਅਕਾਲ ਰਾਏ ਸਾਹਿਬ, ਤੁਹਾਡਾ ਹੁਣੇ ਮੈਂ ਥੋੜਾ ਜਿਹਾ ਸੁਣਿਆ ਸੀ, ਤੁਸੀਂ ਇਲੈਕਸ਼ਨ ਲੜ ਰਹੇ ਹੋ ਆਪਣੇ MP ਦੀ ਜੀ। ਹਾਂਜੀ 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 ਹਾਂਜੀ। ਅੱਛਾ ਅੱਛਾ, ਮੈਂ ਕਿਹਾ ਸੀਗਾ ਜਰਾ ਜਿਹੜੀਆਂ ਪੰਜਾਬ ਦੀਆਂ ਇਲੈਕਸ਼ਨਾਂ ਜਰਾ ਵੇਟ ਕਰ ਲੈਂਦੇ, ਉਹ ਜਾਣੀ ਕਿ ਲੋਕਾਂ ਨੇ ਦਲ ਬਦੂਆਂ ਵਾਲਾ ਚੱਕਰ ਪਾਇਆ, ਮੈਂ ਕਿਹਾ ਇਹ ਨਾ ਹੋ ਜਾਵੇ ਕਿਤੇ ਲੋਕੀ ਕਹਿਣ ਹੁਣ ਪਾਰਟੀ ਲੜਨ ਲੱਗੇ ਆ। ਪਾਰਟੀ ਜਿਹੜੀ ਮਰਜ਼ੀ ਤੁਸੀਂ ਲੜ ਸਕਦੇ ਹੋ ਜੀ, ਤੁਹਾਡੀ ਵਿਚਾਰਧਾਰਾ ਵਧੀਆ ਚਾਹੀਦੀ ਹੈ, ਤੁਸੀਂ ਇਹਦਾ ਕੋਈ ਇਸ਼ੂ ਨਹੀਂ ਹੈ। ਲੋਕ ਪੰਜਾਬ 'ਚ ਕੀ ਦੁਨੀਆ ਦੇ ਵਿੱਚ ਪਾਰਟੀਆਂ ਬਦਲਦੇ ਨੇ, ਕੋਈ ਕਿਸੇ ਪਾਰਟੀ ਜਾਂਦਾ ਜਾਂਦਾ ਕੋਈ ਕਿਸੇ 'ਚ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹਦੇ ਮਨ ਦਾ ਕੀ ਹੈ ਗੱਲ ਉਸ 'ਤੇ ਆ। ਸਾਹਿਬ ਬਲਜਿੰਦਰ ਸਿੰਘ ਜੀ ਲਾਈਨ ਨੰਬਰ 2 ਜਿਹੜੀਆਂ ਪਾਰਟੀਆਂ ਜਾਂ ਜਿਹੜੇ ਸਿਹਰਤ ਬੰਦੇ ਸੀ ਕੈਨੇਡਾ ਦੇ, ਉਹ ਇਹੀ ਪਿੰਟ ਪਿੰਟ ਕੇ ਰੌਲਾ ਪਾਉਂਦੇ ਸੀ ਕਿ ਤੁਸੀਂ ਟਰੱਕਾਂ ਦੇ ਟਰੱਕ ਦਾ ਛੱਡੋ, ਜਹਾਜ਼ਾਂ ਦੇ ਜਹਾਜ਼ ਭਰ ਕੇ ਇੰਡੀਆ ਤੋਂ ਇਸੇ ਕੈਨੇਡਾ 'ਚ ਲਿਆ ਕੇ ਬੰਦੇ ਸਿੱਟ ਦਿੱਤੇ ਆ, ਨਾ ਉਹਨਾਂ ਦੀ ਕੋਈ ਸਕਰੀਨਿੰਗ ਕੀਤੀ ਆ। ਹੁਣ ਆਹ ਲੱਗ ਰਿਹਾ ਨਾ ਪਤਾ, ਸਾਰੇ ਜਿਹੜੇ ਕ੍ਰਿਮੀਨਲ ਬੰਦੇ ਜਿਹਨਾਂ ਨੇ ਸ਼ਹੀਦ ਭਾਈ ਮਿਰਜ਼ਾ ਨੂੰ ਸ਼ਹੀਦ ਕੀਤਾ ਉਹ ਸਾਰੇ ਇੰਡੀਆ ਤੋਂ ਆਏ ਹੋ ਸਕੇ, ਕਿਸ ਤਰੀਕੇ ਦੇ ਨਾਲ ਜਾਂ ਬਸ ਕੰਪਿਊਟਰ ਨੇ, ਜੋ ਜਿੱਦਾਂ ਮੌਰਗੇਜਾਂ ਪਾਸ ਹੁੰਦੀਆਂ ਸੀ ਕੰਪਿਊਟਰਾਂ ਨੇ ਸਾਰਿਆਂ ਨੂੰ ਅਪਰੂਵਲ ਕਰ ਕਰਕੇ ਲਿਆ ਕੇ ਸਿੱਟ ਦਿੱਤੇ ਆ, ਨਾ ਕਿਸੇ ਨੂੰ ਚੈੱਕ ਕੀਤਾ, ਨਾ ਕਿਸੇ ਦਾ ਕੋਈ ਰੈਕਰਡ ਦੇਖਿਆ, ਕੁਛ ਨੀ ਦੇਖਿਆ। ਹੁਣ ਇੱਦਾਂ ਦੇ ਪਤਾ ਨੀ, ਦੇਖੋ ਪਿੱਛੇ ਤਾਕਤਾਂ ਤਾਂ ਹੋਰ ਬੈਠੀਆਂ, ਜਦ ਉਹਨਾਂ ਨੂੰ ਸਾਰਾ ਕੁਛ ਮਿਲ ਰਿਹਾ $500 ਦੇ ਕੇ, ਜਿਹੜਾ ਮਰਜ਼ੀ ਤੁਸੀਂ ਕਤਲ ਕਰਾ ਦਿਓ ਚਾਹੇ ਜਿਹੜਾ ਮਰਜ਼ੀ ਹੋਵੇ, ਉਹ ਇਹ ਅਜੇ ਤਾਂ ਤੁਸੀਂ ਦੇਖਿਓ ਗਾਹਾਂ ਗਾਹਾਂ ਗੰਦ ਪੈਣਾ, ਇੱਥੇ ਤਾਂ ਰਹਿਣਾ ਔਖਾ ਹੋ ਜਾਣਾ ਜਿਸ ਤਰੀਕੇ ਨਾਲ ਲਿਬਰਲ ਵਾਲਿਆਂ ਨੇ ਆ ਜੋ ਗੰਦ ਪਾਇਆ ਵਾ। ਇਹ ਕੰਜ਼ਰਵੇਟਿਵ ਪਾਰਟੀ ਦੀ ਜਦੋਂ ਸਰਕਾਰ ਬਣਨੀ ਉਹਨਾਂ ਨੂੰ ਵੀ 5-7 ਸਾਰੇ ਸਫਾਈ ਕਰਦਿਆਂ ਨੂੰ ਲੱਗ ਜਾਣੇ ਆ। ਅੱਗੇ ਇਮੀਗ੍ਰੇਸ਼ਨ ਹੁੰਦੀ ਸੀ ਬਹੁਤ ਪ੍ਰੋਪਰ ਤਰੀਕੇ ਦੇ ਨਾਲ, ਸਾਰੀ ਪੁਲ ਛਾਣ ਬੀਣ ਕਰਕੇ ਬੰਦੇ ਇੱਥੇ ਆਉਂਦੇ ਸੀਗੇ, ਹੁਣ ਲਿਆ ਲਿਆ ਕੇ ਸਿੱਟ ਦਿੱਤੇ। ਇਹਦੇ ਵਿੱਚ ਪਤਾ ਨੀ ਕਿੰਨੇ ਕ੍ਰਿਮੀਨਲ ਤੁਰੇ ਫਿਰਦੇ, ਸਾਰੇ ਨੀ ਮੈਂ ਕਹਿੰਦਾ, ਬੰਦੇ ਬਹੁਤ ਵਧੀਆ ਵੀ ਆਏ ਆ, ਬਹੁਤ ਵਧੀਆ ਬੰਦੇ ਆਏ ਆ, ਪਰ ਉਹਨਾਂ ਦੇ ਉਹਨਾਂ ਦੀ ਆੜ ਦੇ ਵਿੱਚ ਕਿੰਨੇ ਇੱਥੇ ਕਾਤਲ ਆ ਗਏ, ਲੋਕਾਂ ਦਾ ਉੱਥੋਂ ਕ੍ਰਿਮੀਨਲ ਕਰ ਕਰਕੇ ਆ ਗਏ ਆ, ਉਹ ਅੱਜ ਤੁਹਾਡੇ ਸਾਹਮਣੇ ਆ। ਹੁਣ ਸਾਰੇ ਮੀਡੀਆ ਦੇ ਉੱਪਰ ਰੌਲਾ ਪਿਆ ਵਾ ਕਿ ਇੰਡੀਆ ਤੋਂ ਬੰਦੇ ਆਏ ਸੀਗੇ, ਕਿਸ ਤਰੀਕੇ ਨਾਲ ਆਏ ਆ, ਜਦੋਂ ਆਉਣਾ ਸੌਖਾ ਹੋ ਗਿਆ ਤੇ ਜੋ ਮਰਜ਼ੀ ਤੇ ਕਰਾਈ ਜਾਣ। ਸੋ ਬਹੁਤ ਮਾੜੀ ਘਟਨਾ ਹੋਈ ਆ, ਦੇਸ਼ ਵਾਸਤੇ ਵੀ ਬਹੁਤ ਮਾੜਾ, ਹੁਣ
ਸੋ ਸਾਨੂੰ ਅਜੇ ਵੀ ਸਮਝ ਲੈਣਾ ਚਾਹੀਦਾ ਕਿ ਅਸੀਂ ਅੰਨੇ ਭਾਜਪਾ ਬਣੀਏ ਕਿਸੇ ਪਾਰਟੀ ਦੇ, ਆਪਣੇ ਦੇਸ਼ ਦਾ ਆਪਣੇ ਮੁਲਕ ਦਾ ਸੋਚੀਏ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਦਾ ਫਿਊਚਰ ਵਧੀਆ ਹੋਵੇ। ਸੋ ਫੜ ਹੋ ਗਏ ਆ, ਸਾਰਾ ਕੁਝ ਸਾਹਮਣੇ ਆ ਗਿਆ ਤੇ ਗਾਂ ਗਾਂ ਸਾਰੀਆਂ ਪੜਤਾਂ ਖੁੱਲਣੀਆਂ। ਇਹਨਾਂ ਦੇ ਏਜੰਟਾਂ ਨੇ ਕਾਲਜ ਖੋਲਿਓ, ਇਹਨਾਂ ਦੇ ਸਾਰੇ ਭਾਈ ਭਤੀਜੇ ਇਕੱਠੇ ਹੋ ਕੇ ਇਹਨਾਂ ਨੇ ਮੁਲਕ ਨੂੰ ਲੁੱਟਿਆ। ਇਹ ਮੈਂ ਤਾਂ ਕਹਿੰਦਾ ਕਿ ਲੀਡਰ ਵੀ ਜਿਹੜੇ ਨੇਤਾ ਵੀ ਆ, ਇਹ ਵੀ ਜੇਲ੍ਹ ਦੇ ਵਿੱਚ ਹੋਣੇ ਚਾਹੀਦੇ ਆ ਜਿਹਨਾਂ ਨੇ ਲੋਕਾਂ ਨੇ ਇਹਨਾਂ ਤੇ ਯਕੀਨ ਕੀਤਾ। ਜੇ ਇੱਕ ਆਮ ਬੰਦੇ ਨੂੰ ਪਤਾ ਕਿ ਨਕਲੀ ਕਾਲਜ ਆ ਕੀ, ਇਹਨਾਂ ਨੂੰ ਨੀ ਪਤਾ ਇਹਨਾਂ ਦੀ ਡਿਊਟੀ ਨਕਲੀ ਕਾਲਜ ਆ ਅਸਲੀ ਕਾਲਜ ਆ। ਸਾਰੇ ਜਿਹਨੂੰ ਮਰਜ਼ੀ ਪੁੱਛ ਲਓ, ਹਰੇਕ ਬੰਦਾ ਕਹੋਗਾ ਜੀ ਫਰਜ਼ੀ ਕਾਲਜ ਆ, ਪੇਪਰਾਂ 'ਚ ਬਣਾਇਓ ਆ। ਜੇ ਆਮ ਬੰਦੇ ਨੂੰ ਇਹਨਾਂ ਗੱਲਾਂ ਦਾ ਪਤਾ, ਇਹਨਾਂ ਨੂੰ ਕਿਉਂ ਨੀ ਪਤਾ ਹੈਗਾ? ਇਹਦਾ ਮਤਲਬ ਆ ਕਿ ਇਹਨਾਂ ਨੇ ਬਸ ਫੰਡ ਇਕੱਠੇ ਕਰਨੇ ਆ, ਇਮੀਗ੍ਰੇਸ਼ਨ ਵਾਲੇ ਨੂੰ ਮੂਹਰੇ ਬਿਠਾਲ ਕੇ ਲੱਖਾਂ ਲੱਖਾਂ ਦੇ ਟੇਬਲ ਵੇਚਣੇ ਆ ਤੇ ਆਪਣੀ ਪਾਰਟੀ ਵਾਸਤੇ ਫੰਡ ਇਕੱਠਾ ਕਰਨਾ। ਸੋ ਬਹੁਤ ਹੀ ਇਹ ਮਾੜੀ ਖਬਰ ਵਾ। ਚਲੋ ਕੌਮ ਨੇ ਤਾਂ ਵਧੀਆ ਕਾਬਲ ਫੜ ਹੋ ਗਏ ਆ, ਪਰ ਫੜ ਹੋ ਕੇ ਕੋਈ ਮਸਲਾ ਹੱਲ ਨੀ ਹੋਣਾ ਹੈਗਾ। ਇੱਦਾਂ ਦੇ ਪਤਾ ਨੀ ਕਿੰਨੇ ਕਜੇ ਬੈਠੇ ਆ। ਸੋ ਆਪਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਸਰਕਾਰ ਨੂੰ ਚੱਲਦਾ ਕਰਕੇ ਜਿਹੜਾ ਜਿਹੜਾ ਬੰਦਿਆਂ ਨੇ ਕੀਤਾ, ਮੈਨੂੰ ਤਾਂ ਲੱਗਦਾ ਇਹਨਾਂ ਦੇ ਉੱਪਰ ਵੀ ਕੋਈ ਐਕਸ਼ਨ ਆਪਾਂ ਨੂੰ ਕਰਨਾ ਚਾਹੀਦਾ ਸਾਰਿਆਂ ਨੂੰ, ਸਾਰੇ ਲੋਕਾਂ ਨੂੰ ਇਕੱਠੇ ਹੋ ਕੇ। ਤੁਸੀਂ ਇਲੈਕਸ਼ਨਾਂ ਦੇ ਵਿੱਚ ਖੜੇ ਹੋਣਾ ਭਾਜੀ, ਮੈਂ ਬਹੁਤ ਦਿਲ ਦੇ ਨਾਲ ਔਨ ਏਅਰ ਇਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਕੈਂਪਿੰਗ ਸਟਾਰਟ ਕਰਨੀ ਹੈ ਭਾਜੀ, ਮੈਨੂੰ ਜ਼ਰੂਰ ਮੌਕਾ ਦਿਓ। ਜਿਹੜੀ ਰਿਸਪੈਕਟ ਮੈਨੂੰ ਤੁਹਾਡੇ ਕਾਰਨ ਮਿਲੀ ਹੈ, ਮੈਂ ਜਿੱਥੇ ਵੀ ਤੁਹਾਨੂੰ ਰਿਕਮੈਂਡ ਕੀਤਾ ਸ਼ੇਰੇ ਪੰਜਾਬ ਨੂੰ, ਲੋਕਾਂ ਨੇ ਮੈਨੂੰ ਬਹੁਤ ਕਿਹਾ ਵੀ ਤੂੰ ਬਹੁਤ ਵਧੀਆ ਜਗ੍ਹਾ ਸਾਨੂੰ ਹੁਣ ਚੈਨਲ ਸੁਣਾਉਂਦਾ, ਭਾਜੀ ਆਈ ਵਾਂਟ ਟੂ ਗਿਵ ਬੈਕ ਟੂ ਯੂ ਐਸ ਵੈਲ। ਜਦੋਂ ਵੀ ਤੁਸੀਂ ਆਪਣੀ ਕੈਂਪੇਨ ਸਟਾਰਟ ਕਰੋ, ਸੇਵ ਮਾਈ ਨੰਬਰ, ਮੈਨੂੰ ਜ਼ਰੂਰ ਮੌਕਾ ਦਿਓ। ਮੈਂ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਤੁਹਾਡੀ ਸਪੋਰਟ ਦੇ ਵਿੱਚ। ਮੋਹਿਤ ਜੀ ਧੰਨਵਾਦ, ਥੈਂਕ ਯੂ ਸੋ ਮਚ। ਬੈਕ ਟੂ ਯੂ ਐਸ ਵੈਲ। ਚਮਕੌਰ ਗਿੱਲ ਜੀ ਲਾਈਨ ਨੰਬਰ 2। ਲੋਡਰ ਟਰੱਕਾਂ ਨੂੰ ਬਹੁਤ ਜਿਆਦਾ ਪ੍ਰੋਬਲਮ ਆਉਂਦੀ ਆ, ਜਿਵੇਂ ਹਿੱਲਾਂ ਤੇ ਆਉਂਦੀ ਆ, ਹੋਰ ਕਈਆਂ ਥਾਵਾਂ ਤੇ ਓਵਰਪਾਸ ਕਰਨ ਪੈਕ ਕਰਨ ਮੌਕੇ ਬਹੁਤ ਉਹਦੀ ਪ੍ਰੋਬਲਮ ਆ ਰਹੀ ਆ। ਤੇ ਇਹ ਵਿਸ਼ਾ ਕਿਸੇ ਦਿਨ ਲਿਆਓ, ਜਰੂਰੀ ਆ ਇਹ ਲਿਆਉਣਾ ਜੀ। ਰੋਬੀ ਜੀ ਤੁਹਾਡੀ ਲਾਈਨ ਕੱਟੀ ਗਈ, ਪਲੀਜ਼ ਕਰਿਓ ਦੁਬਾਰਾ। ਸਿਮਰ ਜੀ ਸਤਿ ਸ੍ਰੀ ਅਕਾਲ। ਹਾਂਜੀ ਗੱਲ ਸਾਹਿਬ, ਤੁਹਾਡੇ ਇੱਕ ਪਹਿਲਾਂ ਕਾਲਰ ਬੜੀ ਸੋਹਣੀ ਗੱਲ ਕਰ ਗਏ, ਉਹ ਸਾਰੇ ਕਰ ਮਤਲਬ ਕੀ ਵੀ ਜਿਹੜੀ ਨਾ ਧੜਾ ਧੜ ਇਮੀਗ੍ਰੈਂਟ ਲਿਆ ਕੇ ਸੱਪੀਆਂ ਟੁੱਟਦਾ ਨੇ, ਉਹ ਸਾਰੇ ਕ੍ਰਿਮੀਨਲ ਹੀ ਲਿਆ ਕੇ ਸੜਕ ਤੋਂ ਵੱਧ ਸਨ ਮੋਸਟਲੀ। ਮੈਂ ਕਹਿੰਦਾ ਵੀ ਇੱਕ 1500 ਪੀਅਰ ਪੋਲੀਵਰ ਸਾਹਿਬ ਨੇ ਇੱਕ ਪੋਸਟ ਪਾਈ ਸੀਗੀ, ਪਿਛਲੇ 50 ਸਾਲਾਂ ਵਿੱਚ 1500% ਤੋਂ ਜ਼ਿਆਦਾ ਲੋਕਾਂ ਨੇ ਰਿਫਿਊਜੀ ਵੀਜ਼ਾ ਕਲੇਮ ਕੀਤਾ। ਠੀਕ ਆ ਨਾ, ਉਹਦਾ ਕਾਰਨ ਕੀ ਆ? ਇੱਥੇ ਜਦੋਂ ਪਹਿਲਾਂ ਤੁਹਾਡੀ ਮਨਸ਼ਾ ਹੀ ਗਲਤ ਆ, ਇੱਥੇ ਆ ਕੇ ਸਾਰਾ ਕੁਛ ਗਲਤ ਲੈ ਕੇ ਤੁਸੀਂ ਵੀਜ਼ਾ ਕਿਹੜਾ ਆਏ ਹੋ ਤੁਸੀਂ ਇੱਥੇ? ਮਤਲਬ ਕਿ ਇਹ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਮੋਸਟਲੀ ਜਿਹੜੇ ਬੰਦੇ ਆ ਉਹ ਜਾਂ ਵਿਜ਼ਟਰ ਜਾਂ ਫਿਰ ਸਟੂਡੈਂਟ ਵੀਜ਼ਾ ਵਾਲੇ ਨਿਕਲੇ, ਜਿਹਨਾਂ ਨੇ ਭਾਈ ਵਿਜ਼ਟਰ ਦਾ ਕਤਲ ਕੀਤਾ। ਹੁਣ ਮੈਂ ਉਹਨੂੰ ਗੱਲ ਕਰਨ ਲੱਗਾ, ਮੈਨੂੰ ਨਾ ਲੋਕਲ ਐਮਪੀ ਸੁੱਖ ਢਾਲੀਵਾਲ, ਮੈਨੂੰ ਡਰ ਨੀ ਨਾ ਲੈਣ ਚ, ਮੈਂ ਇਹਨੂੰ ਨਗਰ ਕੀਰਤਨ ਤੇ ਮਿਲ ਗਏ ਜੀ, ਚਾਰ ਗੱਲਾਂ ਪੁੱਛੀਆਂ। ਮੈਂ ਕਿਹਾ ਜੀ
ਮੈਂ ਤਾਂ ਰਿਕਾਰਡ ਕਰ ਲਿਆ, ਮੇਰੀ ਗੱਲ ਉਹਨੂੰ ਸੁਣਾ ਦਿਓ। ਮੈਂ ਕਿਹਾ ਵੀ ਮੇਰਾ ਚਾਰ ਮੇਰੇ ਫਰੈਂਡ ਸੀਗੇ, ਮੈਂ ਕਿਹਾ ਵੀ ਧਾਲੀਵਾਲ ਸਾਹਿਬ ਤੁਹਾਨੂੰ ਵੋਟਾਂ ਪਾਈਆਂ, ਵੀ ਤੁਹਾਡੀ ਸਰਕਾਰ ਕੀ ਕਰ ਰਹੀ ਆ, ਮੈਂ ਦੱਸੋ ਜੀ ਕੀ ਕਰ ਰਹੀ ਆ। ਕਹਿੰਦਾ ਕੋਈ ਪੋਲਿਸੀ ਤਾਂ ਤੁਹਾਡੀ ਵਧੀਆ ਹੋਵੇ, ਸਾਰੇ ਕੈਨੇਡਾ ਦਾ ਬੁਰਾ ਹਾਲ ਹੋਇਆ ਪਿਆ। ਕਹਿੰਦਾ ਕਿਹੜੀ ਗੱਲ? ਮੈਂ ਗੈਂਗ, ਡਰੱਗ, ਮੈਂ ਕਿਹਾ ਇੱਥੇ ਇਨਫਲੇਸ਼ਨ, ਇਹ ਇਮੀਗ੍ਰੇਸ਼ਨ ਪੋਲਿਸੀਆਂ, ਤੇ ਮੈਂ ਕਿਹਾ ਕਾਰਬਨ ਟੈਕਸ। ਜਦੋਂ ਮੈਂ ਕਾਰਬਨ ਟੈਕਸ ਦੀ ਗੱਲ ਕੀਤੀ, ਕਹਿੰਦਾ ਤਾਂ ਬੀਸੀ ਬੱਚੇ ਪਹਿਲਾਂ ਹੀ ਸੀ। ਮੈਨੂੰ ਕਹਿੰਦਾ, ਮੈਂ ਕਿਹਾ ਮੈਂ ਕੱਲੇ ਬੇੜਾ ਕੂਦੋ ਆ, ਕੱਲੇ ਬੀਸੀ ਦਾ ਪ੍ਰਾਈਮ ਮਿਨਿਸਟਰ ਨਹੀਂ ਹੈ, ਉਹ ਸਾਰੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆ। ਮੈਂ ਕਿਹਾ ਅਸੀਂ ਤਾਂ ਤੁਹਾਨੂੰ ਦੋ ਵਾਰ ਵੋਟ ਪਾਈ ਜੀ। ਮੈਂ ਕਿਹਾ ਬੰਦਾ ਮੈਨੂੰ ਕੀ ਬੋਲਿਆ ਗਿੱਲ ਸਾਹਿਬ, ਮੇਰੇ ਫਰੈਂਡ ਤੋਂ ਨਾਲ ਸੀ, ਕਹਿੰਦਾ ਨਾ ਪਾਇਓ ਅਗਲੀ ਵਾਰੀ। ਕਹਿੰਦੇ ਵਰਡ ਸੀਗੇ ਨੀ ਉਹ ਬੰਦੇ ਦੇ। ਮੈਂ ਕਿਹਾ ਕੋਈ ਗੱਲ ਨੀ, ਫਿਰ ਤੈਨੂੰ ਵੋਟਾਂ 'ਚ ਮਿਲਾਂਗੇ। ਅੱਜ ਜਿਹੜੇ ਲੋਕ ਸਾਨੂੰ ਰੀਪ੍ਰਜੈਂਟ ਕਰਦੇ ਨੇ, ਉਹਨਾਂ ਦੀ ਬੋਲੀ ਦੇਖੋ ਕਿਹੋ ਜੀ ਆ। ਪਹਿਲਾਂ ਵੀ ਮੈਂ ਕਰ ਗਿਆ, ਜਿਹਨੂੰ ਵੋਟ ਇਹਨਾਂ ਲੋਕਾਂ ਨੂੰ ਪਾਉਣੀ ਨੀ, ਇਹਨਾਂ ਲੋਕਾਂ ਨੇ ਬੁਰਾ ਹਾਲ ਕਰਤਾ ਕੈਨੇਡਾ ਦਾ। ਤੁਹਾਡੇ ਨੂੰ ਹੈਕ ਥੋੜ ਕੇ ਤੁਹਾਨੂੰ ਸਪੋਰਟ ਆ, ਗਿੱਲ ਸਾਹਿਬ ਮੋਹਿਤ ਵੀ ਦਾ ਵੀ ਕਹਿ ਗਿਆ, ਜਿੱਥੇ ਜਾਓਗੇ ਤੁਹਾਨੂੰ ਫੁੱਲ ਸਪੋਰਟ ਆ, ਸਾਨੂੰ ਤੁਹਾਡੇ ਤੋਂ ਬਹੁਤ ਮਾਣ, ਸਾਨੂੰ ਤੁਹਾਡੇ ਤੋਂ ਆਉਣ ਵਾਲੀ ਕੰਜ਼ਰਵੇਟਿਵ ਗੌਰਮੈਂਟ ਤੋਂ ਬਹੁਤ ਆਸਾਂ ਨੇ ਕੈਨੇਡਾ ਨੂੰ। ਵਾਸ਼ ਆਊਟ ਕਰ ਦਿਓ ਸਾਰਾ ਗੰਦ। ਤੇ ਇੱਕ ਗੱਲ ਹੋਰ, ਇਹ ਚੀਜ਼ਾਂ ਆਡਿਟ ਕਰੋ। ਮੈਂ ਕਹਿੰਦਾ ਤੁਸੀਂ ਆਡਿਟ ਕਰਵਾਇਓ ਇਹਨਾਂ ਸਾਰਿਆਂ ਨੂੰ, ਐਮਪੀਆਂ ਨੂੰ, ਜਿਹੜੇ ਇਹਨਾਂ ਲੱਖਾਂ ਲੱਖਾਂ ਡਾਲਰ ਟੇਬਲ ਖਰੀਦੇ ਹੋਏ ਨਾ ਇਮੀਗ੍ਰੇਸ਼ਨ ਵਾਲਿਆਂ ਦੇ ਉੱਤੋਂ, ਇਹ ਤੁਸੀਂ ਜ਼ਰੂਰ ਆਡਿਟ ਕਰਵਾਇਓ ਇਹਨਾਂ ਦੀ। ਇਹ ਹੋਣੇ ਚਾਹੀਦੇ ਨੇ ਆਡਿਟ ਬੰਦੇ, ਕਿਵੇਂ ਕਿਵੇਂ ਕਿੱਥੇ ਕਿੱਥੇ ਪੈਸਾ ਖਾਧਾ ਇਹਨਾਂ ਨੇ। ਧੰਨਵਾਦ ਗੱਲ ਸਾਹਿਬ। ਧੰਨਵਾਦ ਜੀ। ਖੈਰ, ਉਹ ਪ੍ਰਾਈਵੇਟ ਫੰਡ ਰੇਜ਼ਿੰਗ ਆ ਜੀ, ਉਹ ਕਿਸੇ ਉਹਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ। ਉਹ ਕੋਈ ਵੀ ਪਾਰਟੀ ਸੱਦਦੀ ਹੈ। ਹੁਣ ਪਰਮਗਿੱਲ ਉਹਨਾਂ ਦਾ ਹੋਇਆ ਸੀ ਮਿਲਟਨ ਦੇ ਵਿੱਚ, ਉਹ MP ਦੇ ਉਮੀਦਵਾਰ ਨੇ ਕੰਜ਼ਰਵੇਟਿਵ ਪਾਰਟੀ ਵੱਲੋਂ $500,000 ਉਦਣ ਰਾਤ ਨੂੰ ਇਕੱਠਾ ਹੋਇਆ, $1,700 ਟਿਕਟ ਸੀ। ਸੋ ਪਾਰਟੀਆਂ ਦਾ ਇਹ ਪਾਰਟੀਆਂ ਇਹਦੇ ਵਿੱਚ ਆਪਣਾ ਉਹ ਰੂਲ ਸੈੱਟ ਕਰਦੀਆਂ ਨੇ। ਸੋ ਇਸੇ ਤਰ੍ਹਾਂ ਹੀ ਲਿਬਰਲ ਪਾਰਟੀ ਨੂੰ ਬਹੁਤ ਲੋਕਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ। ਟਰੂਡੋ ਉਹਨਾਂ ਨੂੰ ਲੋਕ ਪਸੰਦ ਕਰਦੇ ਸੀ, ਹੁਣ ਵੀ ਉਹਨਾਂ ਨੂੰ ਜਿਹੜਾ ਪਿਆਰ ਕਰਦੇ ਨੇ ਕਰਦੇ ਆ, ਇਹੋ ਜਿਹੀ ਨਹੀਂ ਗੱਲ ਕੋਈ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਜਾਂ ਪੋਲਿਸੀਜ਼ 'ਤੇ ਗੱਲ ਹੋਣੀ ਚਾਹੀਦੀ ਆ। ਇਹ ਗੱਲ ਤੁਹਾਡੀ ਮੈਂ ਬਿਲਕੁਲ ਮੰਨਦਾ। ਟਾਂਡੀ ਜੀ, ਲਾਈਨ ਨੰਬਰ 1 ਤੁਸੀਂ ਏਅਰ 'ਤੇ ਹੋ। ਟਾਂਡੀ ਜੀ, ਟਾਂਡੀ ਜੀ, ਕਮਾਲ ਕਰਤੀ ਟਾਂਡੀ ਜੀ। ਅੰਗਰੇਜ਼ੀ ਬੋਲੀ ਜਾਂਦਾ ਯਾਰ। ਰੋਬੀ ਜੀ, ਲਾਈਨ ਨੰਬਰ 2। ਹਾਂਜੀ, ਪਹਿਲਾਂ ਕੱਟਤਾ ਜੀ ਤੁਸੀਂ, ਹੁਣ ਮੈਂ ਤਾਂ ਨਹੀਂ ਜੀ, ਸੋਰੀ ਸੋਰੀ ਬਾਈ ਜੀ, ਸੋਰੀ ਸੋਰੀ। ਹਾਂਜੀ ਹਾਂਜੀ, ਬੜਾ ਚੰਗਾ ਜੀ, ਧੰਨਵਾਦ ਜੀ। ਤੁਸੀਂ ਹੋਵੋਗੇ, ਅਸੀਂ ਚਾਹੁੰਦੇ ਹਾਂ ਕਿ ਵੀ ਤੁਸੀਂ ਵੀ ਆਪਣੇ MP ਬਣੋ, ਕਿਉਂਕਿ ਅਸੀਂ ਤਾਂ ਫੈਡ ਅਪ ਹੋ ਚੁੱਕੇ ਹਾਂ ਲਿਬਰਲ ਤੋਂ। ਰੀਜ਼ਨ ਇਹ ਆ ਕਿ ਵੀ ਮੈਂ ਤਾਂ ਸੀਨੀਅਰ ਹਾਂ, ਓਵਰ 75 ਹੈਗਾ ਹਾਂ। ਅੱਛਾ ਜੀ। ਅਤੇ ਹਾਂਜੀ, ਮੇਰੇ ਫੁੱਲ ਇੰਪਲਾਂਟ ਡੈਂਚਰ ਲੱਗੇ ਆ 6-7 ਸਾਲ ਪਹਿਲੋਂ, ਅਪਰ ਐਂਡ ਲੋਅਰ। ਹਾਂਜੀ, ਉਹ ਜਿਹੜੀਆਂ ਪਲੇਟਾਂ ਹੁੰਦੀਆਂ ਆ, ਉਹ ਜਿਹੜੇ ਤੁਸੀਂ ਇੱਕ ਵਾਰੀ ਕਹਿੰਦੇ ਕਰੁੱਚ ਕਰਕੇ, ਉਹ ਕਵਰ ਕਰਦੇ ਆ ਬੇਸਿਕ। ਜਿਹੜੀਆਂ ਹੁਣ ਕਵਰੇਜ ਹੋਈ ਆ ਜੀ, ਇਹਦੇ ਵਿੱਚ ਤੁਹਾਡੀ ਕਵਰੇਜ ਨਹੀਂ ਵਧੀ? ਨਹੀਂ ਜੀ ਨਹੀਂ, ਉਹ ਕਹਿੰਦੇ ਤੁਹਾਡੇ ਕਵਰ ਕੋਈ ਨਹੀਂ, ਕਵਰੇਜ 0 ਆ। ਮੈਂ ਕਿਉਂ? ਕਹਿੰਦਾ ਤੁਹਾਡੇ ਇੰਪਲਾਂਟ ਲੱਗੇ ਆ। ਮੈਂ ਕਿਹਾ 75 ਤੁਸੀਂ ਜਿਹੜੇ ਉਹ ਘੁੜਚ ਕਰਨ ਵਾਲੇ ਹੈਗੇ ਆ, 2800-2900 ਦਿੰਦੇ ਆ ਮੈਨੂੰ, ਉਹ ਕਵਰ ਕਰ ਦਿਓ, ਬਾਕੀ ਮੈਂ ਪੇ ਕਰ ਦੂੰਗਾ। ਨਹੀਂ ਜੀ, ਉਹ ਲੱਗੇ, ਇਹ ਕੀ ਪਨਿਸ਼ਮੈਂਟ ਹੈਗੀ ਸੀਨੀਅਰਾਂ ਨੂੰ? ਜੇ ਪਹਿਲਾਂ ਲਵਾ ਲਏ, ਫਿਰ ਉਹਦੇ 'ਚ ਹੁਣ ਕੀ ਗਲਤੀ ਹੋ ਗਈ?
ਹਾਂਜੀ ਤੇ ਦੱਸੋ ਸਾਨੂੰ ਕੀ ਪਤਾ ਜੀ ਇਹਨਾਂ ਨੇ ਕੀ ਕਰਨਾ ਨਹੀਂ ਕਰਨਾ, ਪਰ ਮੈਂ ਤਾਂ ਇਹੀ ਕਰਨਾ ਹੈ ਕਿ ਇਹਦੀ ਜਿਹੜੀ ਬੇਸਿਕ ਕਵਰੇਜ ਹੈਗੀ ਆ ਉਹ ਜਿਹੜੇ ਸਿੱਧੇ ਜਿਹੜੇ ਘੜਚ ਕਰਕੇ ਲਾਉਣ ਵਾਲੇ ਆ ਉਹ ਉਹਨਾਂ ਦੀ ਮਾਇਨਸ ਕਰਕੇ ਮੈਂ ਪੇ ਕਰਨ ਨੂੰ ਰੈਡੀ ਨਹੀਂ ਜੀ। ਉਹ ਤਾਂ ਇਹਦਾ ਮਤਲਬ ਜਿਹਨਾਂ ਦੇ ਕੁਛ ਪਹਿਲਾਂ ਹੋਇਆ ਆ ਉਹ ਅਨੁਕੂਲ, ਇਹ ਤਾਂ ਲਿਬਰਲ ਗੌਰਮੈਂਟ ਤਾਂ ਝੂਠ ਤੇ ਝੂਠ ਝੂਠ ਤੇ ਝੂਠ ਬੋਲਦੀ ਆ, ਇਹਨਾਂ ਤੋਂ ਬਚੋ। ਇਹ ਬਿਲਕੁਲ ਹੁਣ ਸਟੰਟ ਹੈ ਇਲੈਕਸ਼ਨ ਦਾ, ਕਦੇ ਨਵੰਬਰ ਚ ਕਦੇ ਮੈਂ ਕਿਹਾ ਜੇ ਮੈਂ 75 ਮੈਂ ਹੁਣ ਗੱਲ ਕਰੋ 70 ਹੋਰ ਹੀ ਕਹਾਣੀਆਂ ਪਾਈ ਜਾਂਦੇ ਜੀ। ਇਹ ਬਹੁਤ ਬਹੁਤ ਅਪਸੈਟ ਆ ਜੀ ਮੈਂ ਤਾਂ ਕਿ ਵੀ ਇਹ ਗੌਰਮੈਂਟ ਨੇ ਕਰ ਕੀ ਰਹੀ ਹੈਗੀ ਆ। ਐਲੀਜੀਬਿਲਟੀ ਦੀ ਗੱਲ ਬੜੀ ਇਹਦੇ ਤੇ ਹੋਣੀ ਆ ਵੀ ਕੌਣ ਉਸ ਡੈਂਚਰ ਜਿਹੜੇ ਲੱਗਣੇ ਨੇ ਉਹਕੜੇ 'ਚ, ਜਿਹੜੀ ਕਹਿੰਦੇ ਨੇ ਡੈਂਚਰ ਦੰਦ ਵੀੜ ਹੈ ਜਿਹੜੀ, ਇਹ ਕਹਿੰਦੇ ਮੈਂ ਫੁੱਲ ਇੰਪਲਾਂਟ ਲਵਾਏ ਹੋਏ ਨੇ, ਸਕਰਿਊ ਕਸਾਏ ਹੋਏ ਨੇ, ਹੁਣ ਕਹਿੰਦੇ ਤੈਨੂੰ ਨਹੀਂ ਮਿਲਣਾ ਹੈ ਕੁਛ। ਪਲਿੰਦਰਪਾਲ ਸਿੰਘ ਜੀ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਉਹ ਸਪੀਡ ਦੀ ਗੱਲ ਹੋਈ ਜੀ ਟਰੱਕਾਂ ਦੀ, ਮੈਨੂੰ ਲੱਗਦਾ ਬਈ ਸਪੀਡ, ਹਾਂ ਮੈਂ ਕਹਿਣਾ ਸੀ ਵੀ ਮੈਂ 1400-1500 ਕਿਲੋਮੀਟਰ ਬਣਦਾ ਸਾਡਾ ਪ੍ਰਿੰਸ ਰੂਪੜ ਤੋਂ, ਹਾਂ ਸਪੋਰਟ ਦਾ ਏਰੀਆ ਜੀ, ਕਿੰਨੇ ਸੈਂਕੜੇ ਟਰੱਕ ਮੂਹਰ ਦੀ ਲੰਘ ਜਾਂਦੇ ਆ, ਲੰਘੇ ਵੀ ਨੇ। ਹੁਣ ਮੈਂ ਮਹੀਨੇ ਕੁ ਤੱਕ ਮੇਰਾ ਫੇਰ ਗੇੜਾ ਵੱਜਣਾ ਤੇ ਮੈਂ ਵੀਡੀਓ ਬਣਾ ਕੇ ਪਹਿਲਾਂ ਤੁਹਾਨੂੰ ਦਿਖਾਊਂਗਾ ਕਿਸੇ ਵੀ ਟਰੱਕ ਦੀ ਸਪੀਡ ਨਹੀਂ ਬੰਨੀ ਹੋਈ, ਕਿਸੇ ਵੀ ਟਰੱਕ ਦੀ ਕੰਪਨੀਆਂ ਬਕਾਇਦਾ ਜਦੋਂ ਕੈਮਰਾ ਲੱਗ ਗਿਆ ਮੈਂ ਤਾਂ ਚਲੋ ਕਿਹਾ ਵੀ ਚੱਲ ਕੋਈ ਨੀ ਮੇਰੀ ਗੱਡੀ, ਜਿਵੇਂ ਮੈਨੂੰ ਪਤਾ 105 ਦੇ ਤਾਂ ਕੌਣ ਆਉਂਦਾ ਐਡਾ ਸਫ਼ਰ ਕਰਨਾ ਹੋਵੇ, 115-120 ਤੋਂ ਥੱਲੇ ਕੋਈ ਨੀ ਆਉਂਦਾ। ਕੰਪਨੀਆਂ ਦੇ ਟਰੱਕ ਉੱਪਰ ਚੜੇ ਆਉਂਦੇ ਸੀ ਵੀ ਭਜਾ ਇਹਨੂੰ ਹੋਰ ਸੈਮੀ ਟਰੱਕ, ਪਰ ਹੁਣ ਤਾਂ ਸਾਰਿਆਂ ਦਾ ਇਹਨੂੰ ਲਾਉਣਾ ਪੈਣਾ ਜੀ। ਕਹਿੰਦਾ ਜੀ ਮੈਂ ਕਹਿੰਦਾ ਵੀ ਮਹੀਨੇ ਤੱਕ ਮੇਰਾ ਵੱਜਣਾ ਗੇੜਾ, ਮੈਂ ਫਿਰ ਦੱਸਿਓ ਦੱਸਿਓ ਮੈਂ ਤੁਹਾਨੂੰ, ਮੈਂ ਤਾਂ ਕੁਦਰਤੀ ਮੈਂ ਤਾਂ ਘਰਦੇ ਨੂੰ ਕਿਹਾ, ਘਰਦੇ ਕਹਿੰਦੇ ਭਜਾਉਂਦਾ ਜੀ, ਮੈਂ ਕਿਹਾ ਯਾਰ ਮੈਂ ਤਾਂ ਇਸ ਕਰਕੇ ਨੀ, ਮੈਂ ਹੈਰਾਨੀ ਵਾਲੀ ਗੱਲ ਵੀ ਸਾਨੂੰ ਬਾਣੀ ਪਾਤਾ ਇੱਥੇ ਇੱਕ ਇੱਕ ਟਰੱਕ ਵਾਲਿਆਂ ਨੂੰ ਵੀ ਭਾਈ ਸਪੀਡਾਂ ਬੰਨੋ, ਐਂ ਕਰੋ ਅਸੀਂ ਤਾਂ ਇੱਕ ਟਰੱਕ ਵਾਲਾ ਬੰਦਾ ਓਨਰ ਆਪਰੇਟਰ ਕੀ ਕਰੂਗਾ ਜੀ। ਜਦੋਂ ਪੁਲਿਸ ਨੇ ਕਿਹਾ ਵੀ ਚਲੋ ਵੱਡੀਆਂ ਕੰਪਨੀਆਂ ਦਾ ਕੋਈ ਫਿਕਰ ਹੀ ਨਹੀਂ, ਉਹ 110-15-20 ਤਾਂ ਜਾਂਦੇ ਆ, ਆਪਣੇ ਮੁੰਡੇ ਆ ਸਾਰੇ ਚਲਾਉਂਦੇ, ਨਾਲੇ ਜੇ ਹੁਣ ਚਲੋ ਮੈਂ ਦੇਖੋ ਗੱਲ ਜਿਹੜੀ ਕਰਨ ਦਾ ਮਤਲਬ ਇਹ ਅਗਲਾ ਹੋਊਗਾ ਵੀ ਲੈ ਭਲਿੰਦਰ ਨੇ ਗੱਲ ਕਰਤੀ, ਅਸੀਂ ਟੈਕਸੀਆਂ ਨਾਲ ਵੀ ਖੜੇ ਹਾਂ, ਟਰੱਕ ਵਾਲੇ ਨਾਲ ਵੀ ਜਿੱਥੇ ਖੜੇ ਹਾਂ ਖੜੇ ਹਾਂ, ਜਿੱਥੇ ਗਲਤ ਆ ਉੱਥੇ ਗਲਤ ਵੀ ਕਹਿਣਾ, ਠੀਕ ਆ ਜੀ। ਉਹਦਾ ਕਾਰਨ ਇਹ ਆ ਵੀ ਸਰਕਾਰਾਂ ਤੁਸੀਂ ਜਾਂ ਤਾਂ ਫਿਰ ਇਕੱਠੇ ਹੋਵੋ, ਇਹਦਾ ਮਤਲਬ ਟਰੱਕਾਂ ਵਾਲੇ ਜਾਂ ਅਸੀਂ ਅਸੀਂ ਬੇਈਮਾਨੀ ਕਰ ਰਹੇ ਹਾਂ। ਜੇ ਉਹਨਾਂ ਨੇ 105 ਤੇ ਕਿਹਾ ਤਾਂ ਜ਼ਿਆਦਾ 105 ਤੇ ਟਰੱਕ ਬੰਨੋ ਤੇ ਜਾਂ ਵਿਰੋਧ ਕਰੋ, ਚੋਰੀ ਰਹਿ ਕੇ ਭਜਾਓ ਨਾ। ਨਹੀਂ ਜੀ ਹੁਣ ਕਰਨਗੇ ਭਲਿੰਦਰ, ਹੁਣ ਉਹਨਾਂ ਨੇ ਜਿਹੜਾ ਟਾਈਮ ਗ੍ਰੇਸ ਪੀਰੀਅਡ ਦਿੱਤਾ ਉਹ 'ਚ ਬੰਨਣੇ ਪੈਣੇ ਆ ਸਾਰਿਆਂ ਨੂੰ। ਮਨੂ ਜੀ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਭਾਅ ਜੀ। ਜੀ ਸਤਿ ਸ਼੍ਰੀ ਅਕਾਲ ਵੀਰ ਜੀ, ਸਾਡਾ ਵੀ ਨਾਮ ਮੋਹੀ ਜੀ ਦੇ ਨਾਲ ਲਿਖ ਲਿਓ ਜੀ ਆਪਣੇ ਨਾਲ, ਬਸ ਆਹੀ ਕਹਿਣਾ ਸੀਗਾ। ਧੰਨਵਾਦ ਧੰਨਵਾਦ ਵੀਰ ਜੀ, ਥੈਂਕ ਯੂ ਸੋ ਮੱਚ। ਮਨਜਿੰਦਰ ਸਿੰਘ ਜੀ ਲਾਈਨ ਨੰਬਰ 5। ਹੈਲੋ ਸਤਿ ਸ਼੍ਰੀ ਅਕਾਲ ਗੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਵੀ ਆਹੀ ਟਰੱਕਾਂ ਵਾਲੇ ਵਿਸ਼ੇ ਟੌਪਿਕ ਦੀ ਗੱਲ ਕਰੋ ਜੀ। ਮੋਸਟ ਲਾਈਕਲੀ ਦਾ ਆਪਣੇ ਪਹਿਲੇ ਵੀਰ ਨੇ ਕਿਹਾ ਵੀ ਬੰਨੇ ਨਹੀਂ ਹੋਏ, ਉਹ ਮੋਸਟ ਲਾਈਕਲੀ ਜਿਹੜੇ ਛੋਟੀਆਂ ਕੰਪਨੀਆਂ ਜੀ ਓਨਰ ਆਪਰੇਟਰ ਜਾਂ ਸਿੰਗਲ ਆ ਉਹਨਾਂ ਨੇ ਤਾਂ ਸਭ ਨੇ ਬਣਾ ਲਿਆ। ਹਾਂ ਵੱਡੀਆਂ ਕੰਪਨੀਆਂ ਸ਼ਾਇਦ ਨਾ ਕੇਅਰ ਕਰਦੀਆਂ ਹੁਣ, ਨਾ ਉਹਨਾਂ ਦੇ ਨਾ ਬੰਨੇ ਹੁਣ, ਪਰ ਹੁਣ ਇਹਦੇ ਚ ਪ੍ਰੋਬਲਮ ਇਹ ਆ ਵੀ ਮੈਂ ਅਮੈਰੀਕਾ ਨੂੰ ਚਲਾਉਣਾ ਜੀ, ਇੱਧਰ ਈਸਟ ਨੂੰ ਸਾਰੀਆਂ 48 ਸਟੇਟਸ, ਸਪੀਡ ਹੈਗੀ ਆ ਕਿਤੇ ਤਾਂ 70 ਦੀ ਆ, 75 ਦੀ ਆ, 80 ਤੱਕ ਦੀ ਵੀ ਸਪੀਡ ਹੈਗੀ ਆ ਜੀ। ਹੁਣ ਉੱਥੇ ਸਾਡਾ ਘੱਟੋ ਘੱਟ 7-8 ਘੰਟੇ ਹੋਲ ਟ੍ਰਿਪ ਚ ਵੱਧ ਲੱਗ ਜਾਂਦੇ ਆ,
ਹਿੱਲਾਂ ਤੇ ਤਾਂ ਸਾਨੂੰ ਪ੍ਰੋਬਲਮ ਆਉਂਦੀ ਆ ਸਭ ਕੁਛ, ਇਹ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਕੱਠੇ ਹੋ ਕੇ ਇਹ ਚੀਜ਼ ਦੀ ਜ਼ਰੂਰ ਤੁਸੀਂ ਵੀ ਪਲੀਜ਼ ਟਾਕ ਸ਼ੋ ਕਰਿਓ ਇਹ ਤੇ ਜਿਵੇਂ ਹੁਣ ਇੱਧਰ ਇੱਧਰ ਆਏ ਹਾਂ ਜੀ ਹੁਣ ਜਿਵੇਂ ਕਈਆਂ ਸਟੇਟਾਂ 'ਚ ਜਿਵੇਂ ਹੁਣ ਵਾਸ਼ਿੰਗਟਨ 'ਚ ਆ, ਵਾਸ਼ਿੰਗਟਨ 'ਚ ਕਾਰਾਂ ਦੀ ਸਪੀਡ 70 ਦੀ ਆ ਪਰ ਟਰੱਕਾਂ ਦੀ ਸਪੀਡ 60 ਦੀ ਆ ਜੀ, ਉਹਨਾਂ ਨੇ ਸਪੈਲ ਬੋਰਡ ਲਾਏ ਹੋਏ ਆ, ਜੇ ਇਹ ਏਦਾਂ ਹੀ ਕਰ ਦੇਣ ਵੀ ਹਾਂ ਠੀਕ ਆ ਕਾਰਾਂ ਦੀ ਸਪੀਡ ਇੰਨੀ ਆ ਟਰੱਕਾਂ ਦੀ ਇੰਨੀ ਆ ਤੇ ਆਪੇ ਹੀ ਕੰਟਰੋਲ ਹੋ ਜਾਣਾ ਵਾ, ਜਿਹੜਾ ਵਾਇਲੇਸ਼ਨ ਕਰਦਾ ਉਹਨੂੰ ਟਿਕਟ ਦੇ ਦੇਣ। ਬਿਲਕੁਲ ਹੁਣ ਵੀ ਦੇ ਹੀ ਰਹੇ ਨੇ ਜੀ, ਹੁਣ ਕਿਹੜਾ ਛੱਡ ਰਹੇ ਨੇ। ਰਣਜੀਤ ਕੌਰ ਜੀ ਲਾਈਨ ਨੰਬਰ 6। ਹੈਲੋ ਸਤਿ ਸ਼੍ਰੀ ਅਕਾਲ ਜੀ। ਮੈਨੂੰ ਇੱਕ ਨੀ ਸਮਝ ਲਿਆਉਂਦੀ ਵੀ ਆ ਜਿਹੜੇ ਨਾ ਜਿੱਦਾਂ ਹੁਣ ਕਿਹੜੀ ਇੰਡਸਟਰੀ ਆਪਣੀ ਕੈਨੇਡਾ ਦੇ ਵਿੱਚ ਜਿਹੜਾ ਜਿਹਦਾ ਬੇੜਾ ਗਰਕ ਨੀ ਕੀਤਾ ਲਿਬਰਲ ਸਰਕਾਰ ਨੇ, ਹਾਂਜੀ ਇਹ ਫਿਰ ਜੇ ਤਾਂ ਹੋਰ ਕੋਈ ਮਾੜਾ ਮੋਟਾ ਵੀ ਕ੍ਰਾਈਮ ਕਰਦਾ ਆ ਉਹਨੂੰ ਤੇ ਜੇਲ ਕਰ ਦਿੰਦੇ ਆ, ਉਹਨੂੰ ਚਾਰਜ ਕਰ ਦਿੰਦੇ ਆ, ਉਹਨੂੰ ਫਾਈਨ ਕਰ ਦਿੰਦੇ ਆ, ਹਾਂਜੀ ਤੇ ਗੈਂਗਸਟਰ ਇੱਥੇ ਵਾਰਦੇ, ਹਾਂਜੀ ਕਿਹੜਾ ਮੈਂ ਹੁਣ ਕਿਹੜੀ ਕਿਹੜੀ ਗੱਲ ਦੱਸਾਂ ਬਹੁਤ ਲੰਬੀ ਗੱਲ ਹੋ ਜੂਗੀ, ਹਾਂਜੀ ਇਹਨਾਂ ਨੂੰ ਵੀ ਫਿਰ ਜੇਲ ਹੋਣੀ ਚਾਹੀਦੀ ਆ, ਇਹਦੇ ਪ੍ਰਾਈਮ ਮਿਨਿਸਟਰ ਨੇ ਆ ਜਿਹੜੇ ਜਿੰਨੇ ਵੀ ਤੁਰੇ ਫਿਰਦੇ ਨੇ MP ਨੇ ਇਹਨਾਂ ਤੇ ਚਾਰਜ ਕਿਉਂ ਨੀ ਲੱਗਦਾ ਵੀ ਕਿਉਂ ਵੀ ਤੁਸੀਂ ਕੈਨੇਡਾ ਦਾ ਬੇੜਾ ਗਰਕ ਕਿਉਂ ਕੀਤਾ, ਇਹਨਾਂ ਦੇ ਉੱਪਰ ਕੋਈ ਬੰਦਾ ਨੀ ਹੈਗਾ, ਕੋਈ ਨੀ ਇਹਨਾਂ ਨੂੰ ਕੁਛ ਕਹਿ ਸਕਦਾ। ਅਸੀਂ ਤਾਹ ਤਰਾਹ ਕਰੀ ਜਾਂਦੇ ਹਾਂ, ਅਸੀਂ ਰੋਈ ਜਾਂਦੇ ਹਾਂ, ਰੋਜ਼ ਅਸੀਂ ਟਾਕ ਸ਼ੁਰੂ ਕਰੀ ਜਾਂਦੇ ਹਾਂ, ਅਸੀਂ ਮਰੀ ਜਾਂਦੇ ਹਾਂ, ਹਾਂਜੀ ਤੇ ਇਹ ਇਹ ਆਰਾਮ ਨਾਲ ਉੱਥੇ ਬੈਠੇ ਆਸਾਂ ਕਰਕੇ ਆਪਣੇ ਪੈਸੇ ਬਣਾਈ ਜਾਂਦੇ, MP ਵਰਗੇ CR ਵਾਲੇ ਤੇ ਕੰਮ ਕਰਦੇ ਆ, ਇਹ ਹੇਰਾ ਫੇਰੀਆਂ ਕਿੰਨੀਆਂ ਕੀਤੀਆਂ ਫੜੇ ਗਏ, ਆਹ ਜਿਹੜੇ MP ਨੇ ਜੇ ਇਹਨਾਂ ਨੇ ਟੈਕਸ ਦੀਆਂ ਹੇਰਾ ਫੇਰੀਆਂ ਕੀਤੀਆਂ, ਇਹਨਾਂ ਨੂੰ ਤਾਂ ਕਦੇ ਕੁਛ ਨੀ ਹੋਇਆ, ਨਾ ਚਾਰਜ ਲੱਗਿਆ, ਇਹਨਾਂ ਲੋਕੀ ਵੇਚਦਾ ਦਿੰਦੇ ਆ, ਇਹਨਾਂ ਨੂੰ ਚਾਰਜ ਕਿਉਂ ਨੀ ਕਰਦੇ, ਮੈਨੂੰ ਇਹ ਦੱਸੋ ਪੁਲਿਸ ਵਾਲੇ ਇਹਨਾਂ ਦੇ ਕੁਛ ਨੀ ਕਰ ਸਕਦੇ, ਸਾਡੇ ਵਰਗੇ ਮਾੜਾ ਜਿਹਾ ਟੈਕਸ ਦੀ ਕਿਤੇ ਮਾੜਾ ਭੁੱਲ ਭੁਲੇਖੇ ਕਿਤੇ ਕੁਛ ਹੋ ਜਾਏ ਜਦੇ ਉਹਨੂੰ ਫੜਨ ਆ ਜਾਂਦੇ ਆ। ਸਤਵਿੰਦਰ ਸਿੰਘ ਜੀ ਲਾਈਨ ਨੰਬਰ 1। ਹੈਲੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਪੇਰੈਂਟਸ ਐਪਲੀਕੇਸ਼ਨ ਤੇ ਗੱਲ ਕਰ ਸਕਦਾ ਹਾਂ? ਹਾਂਜੀ ਪੇਰੈਂਟਸ ਐਪਲੀਕੇਸ਼ਨ ਤੇ ਗੱਲ ਕਰ ਸਕਦਾ। ਹਾਂਜੀ ਹਾਂ ਜ਼ਰੂਰ, ਕਿਸੇ ਵਿਸ਼ੇ ਤੇ ਗੱਲ ਕਰ ਸਕਦੇ ਹੋ? ਹਾਂਜੀ ਬਾਈ ਸਤਿ ਸ਼੍ਰੀ ਅਕਾਲ, ਮੈਂ ਬਾਈ ਜੀ ਹੋ ਗਏ ਮੈਨੂੰ 12-13 ਸਾਲ ਇੱਥੇ ਆਏ ਨੇ ਕੈਨੇਡਾ ਦੇ ਵਿੱਚ, ਤੇ ਪੇਰੈਂਟਸ ਜਿਹੜੀ ਐਪਲੀਕੇਸ਼ਨ ਆ ਜਿਹੜਾ ਇਹਨਾਂ ਨੇ ਲੋਟਰੀ ਸਿਸਟਮ ਕੀਤਾ, ਤੁਸੀਂ ਵੀ ਪਹਿਲਾਂ ਬਹੁਤ ਮੇਰੀ ਟੋਕ ਸ਼ੋਅ ਲੈ ਕੇ ਆਏ ਹੋ ਜੀ, ਇਹਨਾਂ ਨੂੰ ਅਸਲ ਵਿੱਚ ਸਿਕਿਉਰਿਟੀ ਵਾਈਜ਼ ਚਾਹੀਦਾ ਗਾ ਜੀ, ਕਿਉਂਕਿ ਹੁਣ ਮੈਂ ਮੇਰੇ ਫਰੈਂਡ ਜਿਹੜੇ ਅਸੀਂ 11-12 ਦੇ ਸਾਲ ਦੇ ਆਏ ਹੋਏ ਆ, ਅਸੀਂ ਹਰੇਕ ਸਾਲ ਲਾਉਂਦੇ ਹਾਂ, ਹੁਣ ਸਾਡੀ ਪੇਰੈਂਟਸ ਦੀ ਉਮਰ ਵੀ 70+ ਹੋ ਗਈ, ਉਹ ਸੁਪਰ ਵੀਜ਼ੇ ਤੇ ਆਏ ਹੋਏ ਨੇ ਜੀ, ਉਹ ਸੁਪਰ ਵੀਜ਼ੇ ਤੇ ਆਏ ਹੋਏ ਬਾਈ ਜੀ, ਤੇ ਉਹ ਉਹਦੇ 'ਚ ਨਾਂ ਨਹੀਂ ਪੈ ਰਿਹਾ ਤੁਹਾਡਾ? ਨਹੀਂ ਪੈ ਰਿਹਾ, ਮੈਂ ਹੁਣ ਤੋਂ 70+ ਹੋ ਗਏ, ਤੁਸੀਂ ਦੇਖੋ ਜਿਉਂ ਉਹਨਾਂ ਦੀ ਉਮਰ ਵੱਧਦੀ ਜਾਂਦੀ ਹੈ, ਇੰਸ਼ੋਰੈਂਸ ਵੱਧਦੀ ਜਾਂਦੀ ਹੈ ਜੀ, ਹੋਰ ਤੇ ਹੋਸਪਿਟਲਾਂ ਦੇ ਵਿੱਚ ਜਾਂਦੇ ਹਾਂ, ਇੱਕ ਵਾਰੀ ਮੇਰੇ ਡੈਡੀ ਨੂੰ ਹੋਸਪਿਟਲ ਵਿੱਚ ਲੈ ਕੇ ਜਾਂਦੇ ਚਲੇ ਗਏ ਐਮਰਜੈਂਸੀ ਦੇ ਵਿੱਚ, ਉੱਥੇ ਬਹੁਤ ਮਾੜਾ ਹਾਲ ਕੀਤਾ, ਅੱਕ ਕੇ ਡੈਡੀ ਅੱਖਾਂ ਭਰਿਆ, ਕਹਿੰਦਾ ਯਾਰ ਮੈਂ ਤਾਂ ਇੰਡੀਆ ਚੱਲਿਆ ਹੋਇਆ, ਇੰਨਾ ਮਾੜਾ ਹਾਲ ਕਰਦੇ ਉਹਨਾਂ ਨੂੰ। ਤੁਸੀਂ ਅੱਗੇ ਵੀ ਟਾਕ ਸ਼ੋਅ ਲੈ ਕੇ ਆਏ ਜੀ, ਪਰ ਇਹਨਾਂ ਨੂੰ ਸਿਕਿਉਰਿਟੀ ਵੀ ਚਾਹੀਦਾ, ਸਭ ਤੋਂ ਪਹਿਲਾਂ ਦੇ ਵੀ ਆਏ ਬੇਟਿਆ, ਸਾਨੂੰ ਵੀ ਕੋਈ ਗੁੱਸਾ ਨਹੀਂ ਹੋਊਗਾ ਜੇ ਉਹਨਾਂ ਨੂੰ ਕਹਿਣਗੇ ਵੀ ਅਸੀਂ ਇੰਨੇ ਸਾਲ ਤੱਕ ਲੈਣੀਆਂ, ਜੇ ਨਹੀਂ ਪੂਰੀਆਂ ਹੁੰਦੀਆਂ 2 ਸਾਲ ਵਧਾ ਦੇਣ, ਐਟਲੀਸਟ ਸਾਨੂੰ ਇਹਦਾ ਪਤਾ ਲੱਗ ਜੀ ਵੀ ਸਾਡੇ ਟੈਕਸ ਬ੍ਰੈਕਟ ਦੇ ਵਿੱਚ ਹਰ ਸਾਲ ਆ ਰਹੇ ਹੋ, ਜਿੰਨੀ ਬਣਾਉਣੀ ਹੈ ਇਨਕਮ ਉਹ ਬਣਾ ਰਹੇ ਹੋ, ਉਹਦਾ ਟੈਕਸ ਦੇ ਰਹੇ ਹੋ ਹਰ ਸਾਲ ਬਾਈ ਜੀ, ਬਿਲਕੁਲ ਉਹਨੂੰ ਹੋਰ ਅਸੀਂ ਉਸੇ ਕਰਕੇ ਕੰਮ ਤੇ ਕੰਮ ਕਰੀ ਜਾਂਦੇ ਹਾਂ, ਉਹ ਬਣਦੀ ਰਹੇ। ਹਾਂਜੀ ਬਿਲਕੁਲ ਜੀ, ਥੈਂਕ ਯੂ ਜੀ, ਮੈਂ ਲੈ ਕੇ ਆਊਂ ਵੀਰ ਜੀ, ਇਸ ਬਾਰੇ ਗੱਲ ਕਰਦੇ ਆ ਫੇਰ। ਟਾਂਡੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਓਏ ਅੰਗਰੇਜ਼ੀ ਇੰਨੀ ਬੋਲਦੀ, ਮੈਂ ਤਾਂ ਬੌਂਦਲ ਗਿਆ ਸੁਣ ਕੇ। ਉਹ ਬੌਂਦਲ ਨਹੀਂ ਗਿਆ ਜੀ, ਤੁਹਾਡਾ ਕੰਮ ਮੈਂ ਕਰ ਰਿਹਾ। ਓਕੇ, ਉਹ ਮੈਨੇਜਰ ਸੀਗੀ, ਉਹ ਤਾਂ ਕਹਿੰਦੀ ਜਾ ਫੂੜੇ ਦੇਣਦੇ ਨਹੀਂ ਗਲਤ, ਕਦੀ ਉਹ ਵਿੱਚ ਬਰਗਰ ਨਹੀਂ। ਹੋਇਆ ਕੀ ਸੀ, ਉਹ ਬਰਗਰ ਦਾ ਰੌਲਾ ਸੀ? ਉਹ ਬਰਗਰ ਦਾ ਰੌਲਾ ਸੀਗਾ, ਉਹ ਕਹਿੰਦੀ ਉਹ ਬਰਗਰ ਦਾ ਆਪਾਂ ਆਥਣੇ ਖਾਂਦੇ ਹੁੰਦੇ ਆ, ਬਰਗਰ ਠੰਡੇ ਬੱਤੇ ਨਾਲ।
ਉਹ ਇਹ ਕਿਸੇ ਲਈ ਸੀਗਾ ਅਤੇ ਉਹ ਕਿਸੇ ਦੀ ਰਿਵਲੀ ਕਰਨੀ ਸੀ ਮੈਂ ਉਹ ਜਿਹੜੀ ਸੀਗੀ ਉਹ ਕੁੜੀ ਸੀਗੀ ਜਿੱਦਾਂ ਬਈ ਥੱਕੀ ਉਹ ਸੀਗੀ ਉਹ ਗਲਤ ਦੇਤੀ ਚੀਜ਼ ਪਲੈਨ ਤੌਰ ਤੇ ਸੀਗਾ ਸਾਰਾ ਕੁਛ ਜਿੱਦਾਂ ਪੰਜ ਬੜ ਤੋਂ ਇਹਨੇ ਸ਼ੁਰੂ ਕੀਤਾ ਪਾਕਿਸਤਾਨ ਤੋਂ ਤਾਂ ਮੋਦੀ ਸਾਹਿਬ ਦਾ ਵੀ ਪਿੱਛੇ ਜੇ ਵੋਟਾਂ ਤੇ ਬਿਆਨ ਆਇਆ ਵੀ ਆਪਾਂ ਗੁੱਸ ਕੇ ਘਰ ਮਾਰਾਂਗੇ ਅਗਲਿਆਂ ਨੂੰ ਤੇ ਉਹ ਜਿੱਦਾਂ ਹੁਣ ਟੂਡੋ ਸਾਹਿਬ ਨੇ ਬਹੁਤ ਵਧੀਆ ਕੀਤਾ ਉਹਨੇ ਬੰਦੇ ਬਚਾ ਲਏ ਉਹ ਜਿੱਦਾਂ ਕਹਿ ਲਓ ਬਈ ਪਾਰਲੀਮੈਂਟ ਚ ਜਿਹੜਾ ਬਿਆਨ ਦਿੱਤਾ ਸੀਗਾ ਜੀ ਤਾਂ ਇਹ ਤਰਜ ਸੀਗੀ ਇਹ ਫਲਸਤੀਨ ਦੇ ਆ ਸਮਾਦ ਜਿਹੜੀ ਆ ਇਹ ਨੀ ਉੱਥੇ ਉੱਥੇ ਇਹ ਨੀ ਟ੍ਰੇਨਿੰਗ ਉੱਥੋਂ ਦਵਾਈ ਸਾਰਾ ਕੁਛ ਮਤਲਬ ਉਹ ਲੌਬੀ ਆ ਦੋਹਾਂ ਮੁਲਕਾਂ ਦੀ ਬਹੁਤ ਮਤਲਬ ਵਿੱਚ ਹੈਗੀ ਆ ਬਈ ਇਹਨਾਂ ਨੂੰ ਕੁਚਲ ਦੋ ਮਾਰ ਦੋ ਇਹਨਾਂ ਨੂੰ ਵੀ ਜਿੰਨੇ ਵੀ ਖਾਲਿਸਤਾਨ ਦੇ ਮੂਵਮੈਂਟ ਆ ਨਾ ਇਹ 42 ਬੰਦੇ ਇਹਨਾਂ ਨੂੰ ਇਸ ਤਰ੍ਹਾਂ ਮਾਰ ਦੋ ਤੇ ਖਰੇ ਪਤਾ ਹੀ ਨੀ ਲੱਗਣਾ ਹੈ ਤੇ ਹੁਣ ਅਮਰੀਕਾ ਬਾਂਹ ਮਰੋੜੂਗਾ ਮੋਦੀ ਦੀ ਅੱਗੇ ਵੀ ਮਰੋੜੀ ਉਹਨੇ ਅੱਗੇ ਵੀ ਮੋਦੀ ਮੁੱਕਰ ਗਿਆ ਕਹਿੰਦਾ ਨਹੀਂ ਮੇਰਾ ਤਾਂ ਇਹ ਬੰਦਾ ਹੀ ਨਹੀਂ ਉਹ ਹੈ ਗੁਪਤਾ ਮੇਰਾ ਬੰਦਾ ਹੀ ਨੀ ਉਹ ਤਾਂ ਛੱਡ ਗਿਆ ਜੋਬ ਹਨਾ ਹੁਣ ਫੇਰ ਵੀ ਮਾਫੀਆ ਮੰਗੂਗਾ ਜਿੱਦਾਂ ਕਹਿ ਲਓ ਕੈਨੇਡਾ ਨੇ ਤਾਂ ਨੀ ਕੁਛ ਵੀ ਕਰਨਾ ਜੋ ਵੀ ਕਰਨਾ ਅਮਰੀਕਾ ਨੇ ਕਰਨਾ ਆ ਤੇ ਉਹ ਉਹਨੇ ਅਮਰੀਕਾ ਵਾਲਿਆਂ ਨੇ ਇਹ ਗੱਲ ਛੱਡੀ ਨੀ ਉਹ ਕਿਉਂਕਿ ਡੈਮੋਕ੍ਰੇਸੀ ਵੱਡੀ ਆ ਉੱਥੇ ਜਿੱਦਾਂ ਕਹਿ ਲਓ ਹੋਣ ਵਾਲਾ ਵਪਾਰ ਮੰਡੀ ਵਧਣੀ ਆ ਉੱਥੇ ਤੁਹਾਨੂੰ ਪਤਾ ਅਮਰੀਕਾ ਦੀ ਅੱਖ ਕਿੰਨੀ ਤੇਜ਼ ਹੁੰਦੀ ਆ ਜੀ ਉਹਨੇ ਟੋਟੇ ਕਰਨੇ ਉਹਦੇ ਇੰਡੀਆ ਦੇ ਜਿੱਦਾਂ ਕਹਿ ਲਓ ਬਈ ਇਹ ਮਤਲਬ ਇਹੀ ਗੱਲ ਨੂੰ ਲੈ ਕੇ ਬੈਠਾ ਆ ਜੇ ਹੁਣ ਮਤਲਬ ਇਨਸਾਫ਼ ਆ ਇਹ ਜਿੱਦਾਂ ਕਹਿ ਲਓ ਵੀ ਕੈਨੇਡਾ ਗੌਰਮੈਂਟ ਨੂੰ ਮੈਂ ਤਾਂ ਵਧਾਈ ਦਿੰਦਾ ਵੀ ਨਿੱਜਰ ਸਾਹਿਬ ਦਾ ਕਾਤਲ ਜਿਹੜਾ ਨਾ ਬਈ ਉਹ ਸਿਟੀਜ਼ਨ ਸੀਗਾ ਉਹ ਵੀ ਰੱਖਿਆ ਵੀ ਏਦਾਂ ਨੀ ਵੀ ਹਰ ਇੱਕ ਦੇਸ਼ ਦੇ ਵਿੱਚ ਜਾ ਕੇ ਤੁਸੀਂ ਮਾਰੀ ਜਾਓ ਤੇ ਉਹ ਪਾਕਿਸਤਾਨ ਵਿਚਾਰੇ ਨੇ ਕੁਛ ਨੀ ਕੀਤਾ ਪੰਜ ਵੜ ਦੇ ਦੇਖ ਲਓ ਵੀ ਉਹ ਉੱਥੇ ਉੱਥੇ ਜਾ ਕੇ ਚਲੋ ਉਹ ਮਾਰ ਦਿੱਤਾ ਪਾਕਿਸਤਾਨ ਨੇ ਇੱਕ ਵੀ ਬਿਆਨ ਨੀ ਦਿੱਤਾ ਉਹ ਇੰਨੇ ਜੋਗਾ ਹੈ ਵੀ ਨੀ ਉਹ ਵੀ ਜਿੱਦਾਂ ਕਹਿ ਲਓ ਬਈ ਇਹ ਇਹ ਸਾਰਾ ਹੀ ਕੁਛ ਸਿਲਸਿਲਾ ਸੀਗਾ ਨਾ ਬਾਕੀ ਜਿੰਨੇ ਵੀ ਬੰਦੇ ਤਿੰਨ ਚਾਰ ਤਾਂ ਇਹ ਮਾਰ ਗਏ ਤੇ ਬਾਕੀ ਦੇਖ ਲਓ ਕਿੰਨੇ ਬੰਦੇ 30-35 ਤਾਂ ਬਚ ਹੀ ਗਏ ਹੋਣੇ ਹਨਾ ਨਹੀਂ ਤਾਂ ਜੇ ਨਾ ਪਤਾ ਲੱਗਦਾ ਤਾਂ ਬਹੁਤ ਬੁਰਾ ਹਾਲ ਹੋਣਾ ਇਸ ਵੇਲੇ ਇੰਡੀਆ ਦੇ ਹੁਣ ਚੰਗੇ ਦਿਨ ਨਹੀਂ ਆਉਣੇ ਹੈ ਹੁਣ ਬੁਰੇ ਹੀ ਦਿਨ ਆਉਣਗੇ ਮੈਂ ਤਾਂ ਮੇਰੇ ਥੈਂਕ ਯੂ ਜੀ ਥੈਂਕ ਯੂ ਬਾਕੀ ਗੱਲ ਤੁਹਾਡੀ ਠੀਕ ਹੈ ਕਿਸੇ ਦੇਸ਼ ਦੇ ਟੋਟਿਆਂ ਬਾਰੇ ਆਪਾਂ ਗੱਲ ਨਹੀਂ ਕਰਨੀ ਕਿਉਂਕਿ ਆਪਾਂ ਸਦਾ ਹੀ ਵਧੀਆ ਹੀ ਸੋਚਣਾ ਇੱਕ ਦੂਜੇ ਲਈ ਪਹਿਲਾਂ ਕਾਲਰਾਂ ਨਾਲ ਗੱਲ ਕਰ ਲਵਾਂ ਤੁਸੀਂ ਬਹੁਤ ਚਿਰ ਦੇ ਉਡੀਕਦੇ ਹੋ ਜਸਵੰਤ ਸਿੰਘ ਜੀ ਤੁਸੀਂ ਏਅਰ 'ਤੇ ਹੋ ਲਾਈਨ ਨੰਬਰ 3 ਸਤਿ ਸ਼੍ਰੀ ਅਕਾਲ ਸਰਦਾਰ ਜੀ ਹਰਦੀਪ ਸਿੰਘ ਜੀ ਤੁਸੀਂ ਵੋਟਾਂ 'ਚ ਖੜੇ ਹਾਂ ਆਪਾਂ ਮੈਂ ਜੀ ਧੰਨਵਾਦ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈ 604-7-29-12-24 ਪਲੀਜ਼ ਉੱਥੇ ਮੇਰੇ ਨਾਲ ਗੱਲ ਕਰ ਲਿਓ ਆਪਾਂ ਏਅਰ ਜਿਹੜੀ ਹੈ ਸਾਰਿਆਂ ਦੀ ਸਾਂਝੀ ਹੈ ਇੱਥੇ ਆਪਾਂ ਰਾਜਨੀਤੀ ਵਾਲੀ ਗੱਲ ਨਾ ਕਰੀਏ ਮੈਂ ਇੱਕੋ ਹੀ ਬੇਨਤੀ ਕਰਦਾ ਮਾਫ਼ੀ ਮੰਗ ਕੇ ਪਲੀਜ਼ ਸ਼ਾਹ ਅਵਤਾਰ ਸਿੰਘ ਜੀ ਲਾਈਨ ਨੰਬਰ 1 ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਗਿੱਲ ਸਾਹਿਬ ਜਿਹੜੇ ਲੋਕਾਂ ਦੇ ਬੜੇ ਕ੍ਰਾਈਮ ਰੈਕਰਡ ਸੀ ਇੰਡੀਆ ਦੇ ਵਿੱਚ ਉਹ ਬੰਦੇ ਇੱਥੇ ਮੈਂ ਜਦੋਂ ਆਪਣਾ ਨਗਰ ਕੀਤਾ ਸੀ ਤਾਂ ਸਾਡੇ ਪਿੰਡਾਂ ਕੋਲੇ ਦਾ ਬੰਦਾ ਆ ਉਹ ਕਾਫੀ ਲੁੱਟਾਂ ਖੋਹਾਂ ਦੇ ਵਿੱਚ ਚਾਰਜ ਸੀਗੇ ਉਹਦੇ ਉੱਤੇ ਇੰਡੀਆ ਕਈ ਦੇਰ ਬਾਅਦ ਉਹਨੂੰ ਜਮਾਨਤ ਮਿਲੀ ਤਾਂ ਮੈਨੂੰ ਉਹ ਇੱਥੇ ਮਿਲਿਆ ਵਾਹ ਨਗਰ ਕੀਰਤਨ ਅੱਛਾ
ਤਾਂ ਉਹਦੇ ਉੱਤੇ ਅਟੈਂਪਟਡ ਮਰਡਰ ਦੇ ਚਾਰਜਸ, ਲੁੱਟਾਂ ਖੋਹਾਂ ਦੇ ਚਾਰਜਸ, ਈਵਨ ਮਤਲਬ ਇੱਦਾਂ ਦੇ ਚਾਰਜਸ ਸੀ। ਜਦੋਂ ਮੈਂ ਵੀ ਇੰਡੀਆ ਗਿਆ ਸੀਗਾ ਤਾਂ ਮੈਨੂੰ ਮੇਰੇ ਨਾਲ ਚਲੋ ਜਾਣਦਾ ਸੀ ਲਾਗਲੇ ਪਿੰਡ ਦਾ ਮੈਨੂੰ, ਤਾਂ ਮੈਨੂੰ ਘਰ ਦੇ ਉਹ ਘਰੇ ਘਰ ਦੇ ਬਾਹਰ ਸਾਡੇ ਮੇਨ ਰਸਤੇ ਦੇ ਉੱਤੇ ਸਾਡਾ ਘਰ ਆ ਤਾਂ ਉਹ ਮਿਲ ਗਿਆ। ਤਾਂ ਮੈਨੂੰ ਘਰ ਦੇ ਕਹਿੰਦੇ ਵੀ ਤੂੰ ਬਚ ਕੇ ਵੀ ਇਹ ਬੰਦੇ ਤਾਂ ਏਦਾਂ ਦੇ ਕੰਮ ਕਰਦੇ ਹਨਾ। ਉਹ ਚਾਰ ਦੇ ਚਾਰ ਹੀ ਬੰਦੇ ਮੈਨੂੰ ਇੱਥੇ ਮਿਲੇ ਜਿਹਨਾਂ ਦੇ ਚਾਰਾਂ ਤੇ ਮਤਲਬ ਲੋਕਾਂ ਦੀਆਂ ਈਵਨ ਇੰਕਲੂਡਿੰਗ ਐਨ ਆਰ ਆਈ ਦੀਆਂ ਉਹਦੀ ਕਾਰਾਂ ਕੂਰਾਂ ਵੀ ਮਤਲਬ ਇੱਕ ਕਾਰ ਸਿੱਧੀ ਕਰਕੇ ਪੁੱਟੀ ਕਰਕੇ ਲਾ ਕੇ ਮਤਲਬ ਲੁੱਟੀਆਂ। ਓਦਾਂ ਦੇ ਬੰਦੇ ਇੱਥੇ ਕੈਨੇਡਾ ਤੁਰੇ ਫਿਰਦੇ, ਤੁਸੀਂ ਲਾਲਾ ਸਾਹਿਬ ਤੇ ਇੱਥੇ ਕ੍ਰਾਈਮ ਦਾ ਕੀ ਹਾਲ ਹੋਊਗਾ ਜੀ? ਡਾਕਟਰ ਸਾਹਿਬ ਥੈਂਕ ਯੂ। ਲਕਸ਼ਮਣ ਜੀ, ਲਕਸ਼ਮਣ ਸਿੰਘ ਜੀ, ਹਾਂਜੀ ਗੱਲ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਤੁਸੀਂ ਵੋਟਾਂ 'ਚ ਖੜੇ ਕਰਕੇ ਮੈਂ ਇੱਕ ਤੁਹਾਨੂੰ ਗੱਲ ਕਹਿਣੀ ਜੀ, ਧਿਆਨ ਰੱਖਿਓ ਕਿਰਪਿਆ, ਜਾਅਲੀ ਵੋਟਾਂ ਬਹੁਤ ਬਣੀਆਂ ਜੀ ਇੱਥੇ। ਥੈਂਕ ਯੂ ਵੀਰ ਜੀ, ਥੈਂਕ ਯੂ ਸੋ ਮੱਚ। ਮੈਂ ਫਿਰ ਇੱਕ ਵਾਰ ਬੇਨਤੀ ਕਰਾਂ, ਪਹਿਲਾਂ ਵੀ ਕਰਕੇ ਹਟਿਆ, ਇਹ ਹੈ ਟਾਈਮ ਤੁਹਾਡਾ ਆਪਣਾ ਟਾਈਮ ਹੈ, 3 ਘੰਟੇ ਦਾ ਪ੍ਰੋਗਰਾਮ ਸਾਰਿਆਂ ਲਈ ਹੈ, ਪਲੀਜ਼ ਆਪਾਂ, ਮੈਂ ਬਸ ਧੰਨਵਾਦ ਤੁਹਾਡਾ, ਮੈਂ ਤੁਹਾਡੀ ਵੇਦਨਾ ਪਿਆਰ ਸਮਝਦਾ, ਪਰ ਕਿਰਪਾ ਕਰਿਓ, ਮੇਰਾ ਨੰਬਰ ਹੈ 604-729-1224, ਤੁਹਾਨੂੰ ਸਾਰਿਆਂ ਨੂੰ ਦਿੱਤਾ ਹੋਇਆ। ਆਪਾਂ ਆਉਂਦੇ ਯਾਰ ਨਿੱਜੀ ਤੌਰ 'ਤੇ, ਉਹ ਨਹੀਂ ਚਾਹੁੰਦਾ ਵੀ ਕੋਈ ਕਹੇ ਆਪਾਂ ਬਈ ਇਸ ਨੂੰ ਸਮਾਂ ਵਰਤਦੇ ਹਾਂ। ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਵੱਡੇ ਇਕੱਠ ਹੁੰਦੇ ਸੀ ਮੇਲਿਆਂ ਦੇ ਰੂਪ ਦੇ ਵਿੱਚ, ਧਾਰਮਿਕ ਜਿਹੜੇ ਇਕੱਠ ਹੁੰਦੇ ਹਰ ਸਾਲ, ਉਹਨਾਂ ਦੀ ਅੱਜ ਮੈਂ ਗੱਲ ਕਰਨੀ। ਉਦੋਂ ਪਹਿਲਾਂ ਸਰ ਦਵਿੰਦਰ ਸਿੰਘ ਗਿੱਲ ਉਹਨਾਂ ਨਾਲ ਗੱਲ ਕਰ ਲਈਏ ਵਿਨੀਪੈਗ ਤੋਂ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਜੀ ਗੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਗੱਲ ਸਾਹਿਬ, ਪਹਿਲੇ ਵਿਸ਼ੇ ਤੇ ਮੈਂ ਬੜੀ ਗੱਲ ਕਰ ਸਕਦਾ ਜੀ? ਜ਼ਰੂਰ ਜ਼ਰੂਰ। ਚੱਲਦਾ ਜੀ ਉਹਦੇ ਸਰ ਜੀ, ਜਿਹੜੇ ਟਰੱਕ 105 ਤੇ ਬੰਨੇ ਹੋਏ ਆ ਉਹਦੇ 'ਚ ਵੀ ਇੱਕ ਲੂਜ ਪੋਲ ਆ, ਜਿਵੇਂ ਮੰਨ ਲਓ ਅੰਟਾਰੀਓ ਵਾਲੇ ਕਹਿੰਦੇ ਵੀ 105 ਤੇ ਬੰਨ ਕੇ ਲੈ ਕੇ ਆਓ, ਤੁਹਾਡਾ ਪੇਪਰ ਵਿੱਚ ਹੋਣਾ ਚਾਹੀਦਾ, ਨਹੀਂ ਤਾਂ ਉਹ ਕੰਪਨੀ ਨੂੰ ਬਰਾਬਰ ਹੀ ਟਿਕਟ ਦਿੰਦੇ ਸਪੀਡਿੰਗ ਦੀ, ਜਿਹੜਾ ਡਰਾਈਵਰ ਦਿੰਦੇ ਆ। ਕਹਿੰਦੇ ਵੀ ਜੇ ਤੁਹਾਡੇ ਕੋਲ ਉਹ ਪੇਪਰ ਵਿੱਚ ਹੈ ਨੀ ਗਾ ਵੀ ਕਿਹੜੇ ਮਿਸਤਰੀ ਨੇ, ਮਕੈਨਿਕ ਨੇ, ਕੰਪਿਊਟਰ ਲੈਪਟਾਪ ਲਾ ਕੇ ਚੈੱਕ ਕੀਤਾ ਵੀ ਇਹ ਟਰੱਕ ਵਿੱਚ 105 ਤੇ ਬੰਨਿਆ ਹੋਇਆ ਜਾਂ 65 ਮੀਲ ਤੇ, ਉਹਦੇ 'ਚ ਲੂਜ ਪੋਲ ਹੈ ਜੀ, ਉਹ 120 ਸੈਕਿੰਡ ਪ੍ਰੀ ਪਾਸ ਦੀ ਇੱਕ ਆਪਸ਼ਨ ਹੋ ਗਈ ਨਵੇਂ ਟਰੱਕਾਂ 'ਚੋਂ, ਪ੍ਰੀ ਪਾਸ 120 ਸੈਕਿੰਡ 3 ਮਿੰਟ ਹੀ ਹੁੰਦਾ ਵੈਸੇ ਤਾਂ, ਪਰ ਉਹ ਬੰਦੇ ਆਪਣੇ 120 ਮਿੰਟ ਤੇ ਕਰਾ ਲੈਂਦੇ ਆ ਜੀ, ਉਹ 3 ਘੰਟੇ ਮਿਲ ਜਾਂਦੇ ਉਹਨਾਂ ਨੂੰ ਫਿਰ। ਅੱਛਾ ਜੀ। ਉਹ ਫਿਰ ਹਾਂਜੀ ਉਹ 115-120 ਤੱਕ ਜਿੰਨੇ ਤੱਕ ਮਰਜ਼ੀ ਲੈ ਜਾਓ ਟਰੱਕ ਨੂੰ, ਉਹ ਹੁੰਦਾ ਤਾਂ ਸਿਰਫ ਟਰੱਕ ਨੂੰ ਆਪਾਂ ਪਾਸਿੰਗ ਲੈਣ ਤੇ ਪਾਸ ਕਰਨ ਵਾਸਤੇ ਆ, ਪਰ ਉਹ ਚੀਜ਼ ਦੀ ਵਰਤੋਂ ਹੋ ਰਹੀ ਆ ਜੀ। ਪਰ ਉਹ ਉਹ ਘੋਲੀਆ ਸਾਹਿਬ ਗਲਤ ਨਹੀਂ ਹੈ ਫਿਰ? ਗਲਤ ਆ ਜੀ, ਬਿਲਕੁਲ ਹੀ ਗਲਤ ਆ। ਖੈਰ ਸਿਕਿਉਰਿਟੀ ਸੇਫਟੀ ਦੇ ਲਈ ਗੱਲਾਂ ਬਾਤਾਂ ਨੇ, ਹੁਣ ਉਹ ਜੇ ਉਹਨੂੰ ਗਲਤ ਚੀਜ਼ ਨੂੰ, ਜਿਵੇਂ ਛੋਟੇ ਹੁੰਦੇ ਟਰੈਕਟਰ ਲਿਆਉਣਾ, ਪਹਿਲਾਂ ਉਹ ਕਹਿੰਦਾ ਵੀ ਚਾਬੀ ਦੇਖ ਘੁੱਕਦੀ ਕਿੱਥੋਂ ਆ, ਚੱਲਦਾ ਕਿਵੇਂ, ਇਹਨੂੰ ਖੋਲ੍ਹ ਲਓ। ਮੇਰਾ ਪਿੰਡ ਮੇਰੇ ਖੇਤ ਦੇ ਵਿੱਚ, ਅੱਜ ਤੁਹਾਡੇ ਇਲਾਕੇ ਦੀ, ਜਿੱਥੇ ਜਿੱਥੇ ਦੇ ਤੁਸੀਂ ਸੁਣਦੇ ਹੋ, ਤੁਹਾਡੇ ਇਲਾਕੇ ਦੇ ਮੇਲੇ, ਧਾਰਮਿਕ ਸੱਭਿਆਚਾਰਕ ਦੋ ਕਿਸਮ ਦੇ ਮੇਲੇ ਲੱਗਦੇ ਆ, ਮਾਲਵੇ ਮਾਝੇ ਦੁਆਬੇ ਦੇ, ਕਿਹੜਾ ਮੇਲਾ ਤੁਹਾਡੇ ਇਲਾਕੇ ਦੇ ਵਿੱਚ ਮਸ਼ਹੂਰ ਹੈ? 604-204-0600 ਸਾਡੇ ਜ਼ਿਲ੍ਹੇ ਦੇ ਵਿੱਚ ਛਪਾਰ ਦਾ ਮੇਲਾ ਬਹੁਤ ਮਸ਼ਹੂਰ ਹੈ, ਅਤੇ 3-3 ਦਿਨ ਰਹਿੰਦਾ ਉਹ, ਇੱਕ ਦਿਨ ਮਾਈਆਂ ਦਾ ਇੱਕ ਦਿਨ ਹੁੰਦਾ ਹੈ, ਉਹਦੇ ਬਾਅਦ 2-3 ਦਿਨ ਉਹਦਾ, ਮਤਲਬ ਗੱਲ ਕੀ ਸਾਰਾ ਕੁਝ ਇਹ ਉੱਥੇ ਹੁੰਦਾ, ਰਾਤ ਨੂੰ ਗਾਉਣ ਵਾਲੇ ਲੱਗਦੇ ਘੁੰਮ ਕੇ, ਜਿਹੜੇ ਬੁੱਧੂ ਕਵੀਸ਼ਰ ਹੋਣੀ ਵੱਡੇ ਅਲਗੋਜਿਆਂ ਅਤੇ ਵੱਡੇ ਤੂੰਬਿਆਂ 'ਤੇ ਤੁਰਦੇ, ਆਲੇ ਦੁਆਲੇ ਬੰਦੇ ਬਹਿੰਦੇ, ਜਾਦੂਗਰ ਆ ਜਾਂਦੇ, ਚੰਡੋਲ ਵਾਲੇ ਆ ਜਾਂਦੇ, ਖਾਣ ਪੀਣ ਵਾਲੀਆਂ ਚੀਜ਼ਾਂ, ਨਿਹੰਗ ਸਿੰਘ ਦੇਗਾਂ ਰਗੜੀ ਜਾਂਦੇ, ਬਹੁਤ ਕੁਛ।
ਜਰਗ ਦਾ ਮੇਲਾ ਮਸ਼ਹੂਰ ਆ ਸਾਡੇ, ਖੈਰ ਗੁੱਗੇ ਮਾੜੀ ਦੇ ਮੇਲੇ ਨੇ ਇਹ, ਕੁਛ ਚੀਜ਼ਾਂ ਬਣੀਆਂ ਹੋਈਆਂ ਪੁਰਾਣੇ ਚੀਜ਼ ਦੀਆਂ, ਉੱਥੇ ਮੱਥਾ ਟੇਕਦੇ ਹਾਂ। ਫਿਰ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਉਹ ਧਾਰਮਿਕ ਆ ਸਾਡਾ, ਹੈ ਸੱਭਿਆਚਾਰਕ ਹੈ, ਇਕੱਠ ਉਹ ਮੇਲਾ ਉਹਦਾ ਨਾਂ ਲਾ ਦਿਉ। ਅਤੇ ਤਖਤੂਪੁਰੇ ਦੀ ਮਾਘੀ ਬਹੁਤ ਮਸ਼ਹੂਰ ਹੈ, ਅਤੇ ਸ਼੍ਰੀ ਮੁਕਤਸਰ ਸਾਹਿਬ, ਦੰਦਵਾ ਸਾਹਿਬ, ਇਹ ਮਾਝੇ ਦੀ ਦੁਆਬੇ ਦੀ ਗੱਲ, ਆਪਣੇ ਮਾਲਵੇ ਦੀ ਗੱਲ ਹੈ। ਦੁਆਬੇ ਦੇ ਵਿੱਚ ਛਿੰਝਾਂ ਬੜੀਆਂ ਮਸ਼ਹੂਰ ਨੇ, ਸ਼ੰਕਰ ਦੀ ਛਿੰਝ ਬਹੁਤ ਮਸ਼ਹੂਰ ਹੈ। ਹੋਰ ਤੁਸੀਂ ਦੱਸੋਗੇ 604-204-0600 ਕਿਹੜੀ ਚੀਜ਼ ਮਸ਼ਹੂਰ ਹੈ। ਛਪਾਰ ਦੇ ਮੇਲੇ ਛੋਟੀ ਉਮਰ 'ਚ ਘਰ ਦੇ ਨਾ ਜਾਣ ਦਿੰਦੇ, ਕਿੱਥੋਂ ਆਉਂਗੇ, ਰਾਤ ਨੂੰ ਮੁੜੋਗੇ, ਇਹ ਹੋਊਗੇ, ਬੱਸਾਂ ਕਿਹੜਾ ਉੱਥੇ ਐਂ ਆਉਂਦੀਆਂ ਵੀ ਮੁੜ ਮੁੜ ਕੇ ਆਈ ਜਾਣੀਆਂ ਨੇ, ਜਾਂ ਆਥਣ ਹੋ ਜਾਣਾ, ਜਾਂ 8-10 ਜਣੇ ਹੁਣ ਵੀ ਸੌਈਏ ਕਿੱਥੇ, ਇੱਥੇ ਰੜੇ ਤਾਂ ਸੌ ਨਹੀਂ ਹੋਣਾ। ਉਹ ਕਹਿੰਦਾ ਪਿੰਡ 'ਚ ਨੂੰ ਵੜ ਜਾਓ, ਪਿੰਡ ਦਾ ਐਂ ਹੁੰਦਾ ਸੀ, ਦਰਵਾਜ਼ੇ ਖੁੱਲ੍ਹੇ ਹੁੰਦੇ ਸੀ, ਮੰਜੇ ਬਿਸਤਰੇ ਸਿੱਟੇ ਹੁੰਦੇ ਸੀ, ਵੀ ਕਿਹਨੇ ਆ ਜਾਣਾ, ਘੁਸ ਮੁਸਾ ਜ਼ਿਆਦਾ ਹੋਣਾ, ਦਰਜੀ ਦਾ ਖੁੱਲ੍ਹਣਾ, ਵੜ ਜਾਣਾ ਅੰਦਰ, ਅਤੇ ਭੂਆ ਮੱਥਾ ਟੇਕਦਾ ਜਿਉਂਦੇ ਰਹੋ ਭਾਈ, ਕੀ ਨਾ ਜਾ ਵਿਸਾਖੇ ਕਿਉਂ, ਕਾਹਦਾ ਆਏ ਸੀ, ਕੱਲ੍ਹ ਆਏ ਸੀ ਭੂਆ, ਸੌ ਜਾਓ ਪੁੱਤ, ਫਿਰ ਚੜ੍ਹ ਜਾਓ ਚੁਬਾਰੇ ਕੋਠੇ 'ਤੇ ਚੜ੍ਹ ਜਾਣਾ ਸਵੇਰੇ, ਪਾਠੀ ਬੋਲਦੇ ਤੋਂ ਪਹਿਲਾਂ ਬਾਹਰ, ਵੀ ਮੱਥਾ ਨਾ ਕਿਤੇ ਲੱਗ ਜਾਵੇ, ਭੂਆ ਨੂੰ ਕਹਿ ਕੀ ਨਾ ਜਵਾ ਭਾਈ ਤੂੰ, ਬਹੁਤ ਨਾ ਕੇ ਰਹਿੰਦੇ ਗੁਰਦੁਆਰੇ, ਸੌਂ ਜਾਂਦੇ ਉੱਥੇ ਥੱਲੇ ਦੀਵਾਨ ਫਰਸ਼ ਵਿਛੇ ਹੁੰਦੇ, ਫਰਸ਼ ਕਹਿੰਦੇ ਉਹਨਾਂ ਨੂੰ, ਵੱਡੇ ਵੱਡੀ ਰੱਗ ਨੂੰ, ਸੌਂ ਜਾਓ ਇੱਥੇ। ਬਹੁਤ ਉਹ ਵੀ ਆਨੰਦ ਸੀ ਇੱਕ, ਵੀ ਜਿੱਥੇ ਤੁਹਾਡਾ ਲੋਜਿੰਗ ਦਾ ਅਤੇ ਫੂਡ ਦਾ ਕੋਈ ਇੰਤਜ਼ਾਮ ਨਹੀਂ, ਉੱਥੇ ਜਾਣਾ। ਇਉਂ ਹੀ ਤੁਸੀਂ ਹਜੂ ਆਪਣੇ ਚਲੇ ਜਾਓ ਦਰਬਾਰ ਸਾਹਿਬ, ਦਰਬਾਰ ਸਾਹਿਬ ਸੰਗਤਾਂ ਆਉਂਦੀਆਂ, ਬੈਗ ਉਹਨਾਂ ਦੇ ਕੋਲ ਹੋਵੇ ਜਾਂ ਝੋਲਾ ਹੋਵੇ, ਬਸ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੋ ਗਈ ਪ੍ਰਕਰਮਾ ਦੇ ਵਿੱਚ, ਪੈ ਜਾਂਦੇ ਨੇ ਟੇਢੇ ਹਲੋਟ ਹੋ ਕੇ ਉਹ ਸਿਰਾਣੇ, ਬਸ ਉਹ ਝੋਲਾ ਹੁੰਦਾ, ਸਵੇਰੇ ਉੱਠ ਕੇ ਵਾਹਿਗੁਰੂ ਕਰਦੇ ਉੱਠ ਖੜ੍ਹਦੇ ਨੇ। ਪਰ ਤੁਹਾਡੇ ਇਲਾਕੇ ਦੇ ਮੇਲੇ ਜਿਹੜੇ ਮਸ਼ਹੂਰ ਨੇ ਉਹਨਾਂ ਦੀ ਅੱਜ ਮੈਂ ਗੱਲ ਕਰਨੀ ਹੈ। 604-204-0600 ਸਰਾਂ ਸਾਹਿਬ, ਲਾਈਨ ਨੰਬਰ 1। ਗੱਲ ਸਾਹਿਬ ਬਹੁਤ ਹੀ ਸਤਿਕਾਰ ਭਰੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਾਂ ਸਾਹਿਬ, ਕਿਹੜਾ ਮੇਲਾ ਤੁਹਾਡੇ ਇਲਾਕੇ ਦਾ? ਸਾਡੇ ਇਲਾਕੇ ਦਾ ਜਿਹੜਾ ਮੇਲਾ ਹੈ ਆਪਣਾ ਗੱਲ ਸਾਹਿਬ, ਲਾਲਾ ਲਾਜਪਤ ਦੇ ਨਾਂ ਤੇ ਜਨਮ ਦਿਨ ਤੇ, ਢੁੱਡੀ ਕੇ 25-26-27-28 ਨੂੰ 4 ਦਿਨ ਮੇਲਾ ਲੱਗਦਾ ਪਿੰਡੇ ਹੀ, ਤੁਹਾਡੇ ਪਿੰਡ ਢੁੱਡੀ ਕੇ ਜੀ। ਤੇ ਗਰਾਊਂਡ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਗਰਾਊਂਡ ਹਾਕੀ ਦੀ ਹੈ, ਫਿਰ ਜਿਹੜੀ ਹੈਗੀ ਹੈ ਆਪਣੀ ਕਾਲੀ ਦੇ ਵਿੱਚ ਉੱਥੇ ਹੈਗੀ ਹੈ ਸੋਕਰ ਦੀ ਆਪਣੀ ਗੇਮ, ਤੇ ਵਾਲੀਬਾਲ ਦੀ, ਇਹ ਸਾਰੀਆਂ ਗੇਮਾਂ ਆਉਂਦੀਆਂ। ਤੇ ਅਖੀਰਲੇ ਦਿਨ ਕਬੱਡੀ ਦੇ ਓਪਨ ਮੈਚ ਹੁੰਦੇ ਆ ਗਿੱਲ ਸਾਹਿਬ, ਸਿਰੇ ਦੇ ਕਬੱਡੀ ਦੇ 2-2.5 ਲੱਖ ਰੁਪਏ ਦਾ ਇਨਾਮ ਹੁੰਦਾ। ਉੱਥੇ ਸਾਡੇ ਐਨ ਆਰ ਆਈ ਵੀਰ ਸਾਰੇ ਗਏ ਹੁੰਦੇ, ਸੁਰਿੰਦਰਪਾਲ ਗਿੱਲ ਕੈਲੀਫੋਰਨੀਆ ਤੋਂ, ਕਰਮਾ ਗਿੱਲ ਕਲੂਨੇ ਤੋਂ, ਬਲਵਿੰਦਰ ਸਿੰਘ ਢੁੱਡੀ ਕੇ ਸਰੀ ਤੋਂ, ਹੋਰ ਬਹੁਤ ਮਿੱਤਰ ਪਿਆਰੇ, ਕਿਹੜਾ ਕਿਹੜਾ ਮੈਂ ਨਾਂ ਲਵਾਂ ਉੱਥੇ ਜਿਹੜੇ ਜਾਂਦੇ ਆ ਐਨ ਆਰ ਆਈ, ਤੇ ਦਿੰਦੇ ਵੀ ਲੱਖ ਰੁਪਇਆ, 50-50 ਹਜ਼ਾਰ ਰੁਪਇਆ ਦਿੰਦੇ ਆ ਮੇਲੇ ਨੂੰ। ਗਿੱਲ ਸਾਹਿਬ ਬਹੁਤ ਮਸ਼ਹੂਰ ਹੈਗਾ ਕਬੱਡੀ, ਲਾਲਾ ਲਾਜਪਤ ਜਨਮ ਸਥਾਨ ਢੁੱਡੀ ਕੇ ਦੀ, ਤੇ ਜਿਹੜੇ ਪੰਜਾਬ ਦੇ ਮਿਨਿਸਟਰ ਹੈਗੇ ਆ ਉਹ ਲਾਲੇ ਦੀ ਜਗ੍ਹਾ ਦੇ ਵਿੱਚ ਐਡੀ ਵਧੀਆ ਬਣੀ ਹੋਈ ਆ, ਉਹਦਾ ਬੁੱਤ ਬਣਿਆ ਹੋਇਆ, ਉੱਥੇ ਆ ਕੇ ਹਾਰ ਚੜਾਉਂਦੇ ਆ, ਫੁੱਲ ਭੇਟ ਕਰਦੇ ਆ, ਤੇ ਨਮਸਕਾਰ ਕਰਦੇ ਹੈਗੇ ਆ। ਬਿਲਕੁਲ ਜੀ, ਧੰਨਵਾਦ। ਪੁਆਧ ਦੇ ਮੇਲੇ ਵੀ, ਪੁਆਧ ਨੂੰ ਮੈਂ ਭੁੱਲਦਾ ਨਹੀਂ ਕਿਉਂਕਿ ਪੁਆਧ ਹੁਣ ਇੱਕ ਆਪਣੇ ਆਪ ਨੂੰ ਅਲੱਗ ਆਈਡੈਂਟੀ, ਜਦੋਂ ਜਦ ਰਾਜਪੁਰੇ ਹੋਣਾ ਮਨਜੀਤ ਸਿੰਘ ਹੋਣਾ ਕਹਿੰਦਾ ਪੁਆਧ ਅਲੱਗ ਹੈ, ਰਾਦਰ ਪੁਆਧ ਨੂੰ ਅੱਧੇ ਮਾਲਵੇ ਤੱਕ ਉਹ ਸੋਚਦੇ ਆ ਵੀ ਸਾਡੇ ਪਿੰਡਾਂ ਤੱਕ, ਪੈਲ ਤੱਕ, ਖੰਨੇ ਤੱਕ ਪੁਆਧ ਹੈ। ਅਤੇ ਪੁਆਧ ਦੇ ਵਿੱਚ ਵੀ ਮੇਲੇ ਜਿਹੜੇ ਨੇ ਬੜੇ ਮਸ਼ਹੂਰ ਨੇ,
ਬਿੰਦਰਖੀਏ ਦੇ ਪਿੰਡ ਬਿੰਦਰਖ ਦੀ ਛਿੰਝ ਬਹੁਤ ਵਾਰ ਜਾਂਦੇ ਰਹੇ ਆ ਜਾਂ ਕਾਲਜ ਪੜ੍ਹਦੇ ਪਿੰਕੀ ਉਹਨਾਂ ਕੋਲ ਗਏ ਹੋਣਾ ਖੇੜੀ ਅਤੇ ਚਲੋ ਬਈ ਛਿੰਝ 'ਤੇ ਚੱਲੀਏ। ਬਿੰਦਰਖੀਏ ਦਾ ਪਿਤਾ ਬਹੁਤ ਤਕੜਾ ਭਲਵਾਨ ਸੀ, ਮੀਆਂਪੁਰ ਦੇ ਅੱਡੇ 'ਚੋਂ ਮੁੜ ਜਾਣਾ ਬਾਗ ਦੇ ਕੋਲੋਂ, ਚੱਲ ਬਿੰਦਰਖ। ਸੋ ਹੋਰ ਮੇਲੇ ਤੁਹਾਡੇ ਇਲਾਕੇ 'ਚ, ਡਿਊਕ ਬਲੂਬੇਰੀ ਦੇ ਸਰਟੀਫਾਈਡ ਜਿਹੜੇ ਨੇ ਬੂਟੇ ਤਿਆਰ ਨੇ, ਇੱਕ ਗੈਲਨ ਗੈਲਨ ਦੇ ਵਿੱਚ, ਇੱਕ ਗੈਲਨ ਦਾ ਬੂਟਾ, ਅਕਤੂਬਰ 24 ਦੇ ਵਿੱਚ ਇਹ ਪਲਾਂਟ ਹੋ ਸਕਦੇ ਨੇ। ਇਸ ਤਰ੍ਹਾਂ ਸੀਡਰ ਹੈਜਿੰਗ ਬਹੁਤ ਵਧੀਆ ਹੈਲਦੀ ਜਿਹੜੇ ਬੂਟੇ ਨੇ, ਇਹ ਵੀ ਇੱਕ ਗੈਲਨ ਦਾ ਪੋਟ ਹੈ, ਇਹ ਵੀ ਅਕਤੂਬਰ 24 ਦੇ ਵਿੱਚ ਤੁਸੀਂ ਲਾ ਸਕਦੇ ਹੋ। ਜੇ ਬੂਟੇ ਬੁੱਕ ਕਰਨੇ ਨੇ ਡਿਊਕ ਦੇ ਬਲੂਬੇਰੀ ਦੇ ਜਾਂ ਸੀਡਰ ਦੇ, 7785502305 7785502305 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਬਰਡੂਗੋ ਮਾਰਕੀਟ ਬੇਕਰਸਫੀਲਡ ਦੇ ਵਿੱਚ ਵੱਡਾ ਟਰੱਕ ਸਟੋਪ ਹੈ, 6618586266 399 ਗੈਲਨ ਡੀਜ਼ਲ ਹੈ, 24 ਘੰਟੇ ਰੋਇਲ ਟੇਸਟ ਆਫ ਇੰਡੀਆ ਰੈਸਟੋਰੈਂਟ ਹੈ ਜਿਹੜਾ ਖਾਣਾ ਤੁਸੀਂ ਵੈਜੀਟੇਰੀਅਨ ਨੌਨ ਵੈਜੀਟੇਰੀਅਨ ਖਾ ਸਕਦੇ ਹੋ। ਬੇਕਰਸਫੀਲਡ ਸ਼ੈਵਰਨ I-5 ਤੋਂ 225 ਐਗਜ਼ਿਟ ਨਿਕਲਣੀ, 165 ਹਾਈਵੇ ਬਣਦੀ ਹੈ, ਅਤੇ ਇੱਥੇ ਇਹ ਬਰਡੂਗੋ ਮਾਰਕੀਟ ਅਸਲ ਟਰੱਕ ਸਟੋਪ ਹੈ। ਖੁੱਲ੍ਹੀ ਪਾਰਕਿੰਗ, ਸਾਫ ਵਾਸ਼ਰੂਮ ਨੇ, 6618586266। ਮਨਪ੍ਰੀਤ ਸਿੰਘ ਜੀ ਲਾਈਨ ਨੰਬਰ 2। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਕਿਹੜਾ ਪਿੰਡ ਤੇ ਕਿਹੜਾ ਮੇਲਾ? ਮੇਰਾ ਪਿੰਡ ਹੈ ਜੀ ਭੋਜੇ ਮਾਜਰਾ, ਚਮਕੌਰ ਸਾਹਿਬ ਦੇ ਲਾਗੇ ਜੀ। ਅੱਛਾ ਜੀ, ਇਹ ਆਪਣੇ ਆਪਣਾ ਸ਼ਹੀਦੀ ਜੋੜ ਮੇਲਾ ਜੀ ਮਸ਼ਹੂਰ ਹੈ ਜੀ। ਹਾਂ, ਬਹੁਤ ਪਾਕ ਜਗ੍ਹਾ ਹੈ ਤੇ ਬਹੁਤ ਵੱਡਾ ਇਕੱਠ ਹੈ ਸ਼ਹੀਦੀ ਜੋੜ ਮੇਲਾ, ਬਿਲਕੁਲ। ਹਾਂਜੀ ਹਾਂਜੀ, ਬਾਕੀ ਤੁਸੀਂ ਬਿੰਦਰਖ ਦਾ ਨਾਂ ਲਿਆ, ਉੱਥੇ ਮੇਰੇ ਨਾਨਕੇ ਆ ਜੀ, ਆਪਣਾ ਇਹਨਾਂ ਦੇ ਪਿੱਛੋਂ ਹੀ ਆ ਬੈਂਸਾਂ ਦੇ, ਉਹ ਵੀ ਸਿੰਝ ਸਿਰੇ ਆ। ਹਾਂਜੀ ਹਾਂਜੀ, ਤੇ ਬਾਕੀ ਆਪਣੇ ਫਤਿਹਗੜ੍ਹ ਸਾਹਿਬ ਹੈ ਜੀ ਮੇਲਾ, ਸ਼ਹੀਦੀ ਜੋੜ ਮੇਲਾ ਜੀ। ਬਿਲਕੁਲ ਜੀ, ਸ਼ਹੀਦੀ ਜੋੜ ਮੇਲੇ ਉਹ ਵੱਡੇ ਨੇ। ਚਮਕੌਰ ਸਾਹਿਬ ਦੇ ਇਲਾਕੇ ਦੀ ਸੰਗਤ ਹੈ ਜਿਹੜੀ, ਉਹ ਚਮਕੌਰ ਸਾਹਿਬ ਤੋਂ ਕਹਿੰਦੇ ਇਦੋਂ ਵੱਡਾ ਕੀ ਹੈ, ਅਸੀਂ ਕਿਤੇ ਸਾਨੂੰ ਹੋਰ ਜਾਣ ਦੀ ਨਹੀਂ ਲੋੜ। ਇਸ ਧਰਤੀ ਦੀ ਜ਼ਰੇ ਜ਼ਰੇ 'ਤੇ ਸ਼ਹੀਦੀਆਂ ਨੇ, ਬਹੁਤ ਸੇਵਾ ਉਹਨਾਂ ਮੇਲਿਆਂ 'ਚ, ਨਿਹੰਗ ਸਿੰਘਾਂ ਦੇ ਘੋੜਿਆਂ ਦੀ ਸੇਵਾ, ਉਹਨਾਂ ਦੇ ਸੁੰਬ ਬਣਾਉਣੇ, ਉਹਨਾਂ ਨੂੰ ਖੁਰਾਕਾਂ ਦੇਣੀਆਂ, ਬਹੁਤ ਪਰਿਵਾਰ ਇੱਥੋਂ ਜਾ ਕੇ ਬਹੁਤ ਵੱਡੀ ਸੇਵਾ ਕਰਦੇ ਨੇ ਆਪਣੇ ਆਪਣੇ ਸਭਾ 'ਤੇ, ਸਭਾ ਕਹਿੰਦੇ ਆ ਉਹਨੂੰ, ਸਭਾ 'ਤੇ ਨਹੀਂ ਜਾਣਾ, ਕਿਆ ਕਰ ਰਿਹਾ ਫਿਰ ਉਹ ਕਹਿੰਦੇ ਨੇ ਵੀ ਚਲੋ ਸਭਾ 'ਤੇ। ਸਾਹਿਬ ਮਨਜਿੰਦਰ ਸਿੰਘ ਲਾਈਨ ਨੰਬਰ 3। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਾਡੇ ਪਿੰਡ ਗੁਆਂਢ ਪਿੰਡ ਆ ਜੀ ਕੌਂਕੇ ਕਲਾਂ, ਮੇਰਾ ਪਿੰਡ ਡੱਲਾ, ਵੱਡੇ ਕੌਂਕੇ ਜੀ, ਉੱਥੇ ਬਾਬੇ ਰੋਡੂ ਦਾ ਮੇਲਾ ਲੱਗਦਾ ਜੀ। ਅੱਛਾ ਜੀ, ਪਰ ਹੈ ਤਾਂ ਉਹ ਉੱਥੇ ਸ਼ਰਾਬ ਹੀ ਚੱਲਦੀ ਆ ਜੀ। ਅੱਛਾ, ਸ਼ਰਾਬ ਚੜ੍ਹਦੀ ਆ ਜੀ, ਸ਼ਰਾਬ ਚੜ੍ਹਦੀ ਆ ਜੀ, ਤੇ ਉਹ ਮੇਲੇ ਵਾਲੇ ਦਿਨ ਕੜਾਹਿਆਂ ਦੇ ਵਿੱਚ ਪਾ ਕੇ ਫਿਰ ਸ਼ਰਾਬ ਪਿਆਈ ਜਾਂਦੀ ਆ ਜੀ। ਇਹਦਾ ਇਤਿਹਾਸ ਕੀ ਆ ਬਾਬੇ ਰੋਡੂ ਦਾ ਜੀ? ਇਤਿਹਾਸ ਬਾਰੇ ਤਾਂ ਨੀ ਮੈਨੂੰ ਬਾਹਲਾ ਪਤਾ ਜੀ, ਬਸ ਉਹ ਜਿਵੇਂ ਪੁਰਾਣੇ ਜ਼ਮਾਨਿਆਂ 'ਚ ਹੁੰਦੇ ਸੀ ਵੀ ਸਾਧ ਸੀਗਾ, ਬਟ ਪੀਂਦਾ ਦਾਰੂ ਸੀ, ਬਸ ਉਹਦੀ ਜਗ੍ਹਾ ਉਹ, ਤੇ ਉਹਦੀ ਜਗ੍ਹਾ ਆ, ਤੇ ਉਦੋਂ ਦਾ ਫਿਰ ਪੁਰਾਤਨ ਸਮੇਂ ਦਾ ਉਹ ਮੇਲਾ ਲੱਗਦਾ ਆ ਰਿਹਾ ਉੱਥੇ, ਪਰ ਸਾਰੇ ਸ਼ਰਾਬ ਪੀਂਦੇ ਬਹੁਤ ਜ਼ਿਆਦਾ ਹੁੰਦੇ, ਸਾਰੇ ਸ਼ਰਾਬ ਪੀਂਦੇ ਆ ਜੀ, ਫਿਰ ਮਸ਼ਕੂਲੇ ਦੇਖਣ ਵਾਲੇ ਹੁੰਦੇ ਆ, ਸ਼ਾਮਾਂ ਨੂੰ ਕੋਈ ਕਿਹੜੇ ਖੇਤ 'ਚ ਡਿੱਗਿਆ ਹੁੰਦਾ, ਕੋਈ ਕਿਹੜੇ ਖੇਤ ਆਲੇ
ਆਲੇ ਦੁਆਲੇ ਦੇ ਪੰਜ ਚਾਰ ਪਿੰਡਾਂ ਨੂੰ ਬੈਠਾ ਪਈ ਹੁੰਦੀ ਆ ਜੀ ਫਿਰ ਉਸ ਦਿਨ। ਡੱਲਾ ਵੱਡਾ ਪਿੰਡ ਆ, ਯੋਧਿਆਂ ਦਾ ਪਿੰਡ ਆ। ਜਗਦੀਪ ਸਿੰਘ ਬਰਾੜ ਜੀ, ਲਾਈਨ ਨੰਬਰ 4, ਕੌਣੀ ਦੇ ਨੇੜੇ ਫਿਰ ਕਿਹੜਾ ਮੇਲਾ ਲੱਗਦਾ? ਸਤਿ ਸ਼੍ਰੀ ਅਕਾਲ ਬਾਈ ਜੀ, ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਆਪਣੇ ਸ੍ਰੀ ਮੁਕਤਸਰ ਸਾਹਿਬ ਸਭ ਤੋਂ ਵੱਡਾ ਮੇਲਾ ਜਿਹੜਾ ਆਪਣੇ ਏਰੀਏ ਦਾ, ਮਾਘੀ ਦਾ। ਹੁਣ ਤਾਂ ਜਦੋਂ ਚੇਂਜ ਹੋ ਗਿਆ ਹੌਲੀ ਹੌਲੀ, ਤੇ ਜਿਉਂ ਸੁਰਤ ਸੰਭਾਲੀ ਆ, ਸੱਤ ਅੱਠ ਦਿਨ ਲਗਾਤਾਰ ਹੀ ਜਾਂਦੇ ਸੀ, ਬਹੁਤ ਵਧੀਆ। ਤੇ ਹਰ ਰੋਜ਼ ਜਾਇਆ ਹੋਣਾ, ਮੁੜਿਆ ਹੋਣਾ ਸ਼ਾਮ ਨੂੰ ਮੁੜਿਆ, ਕਿਉਂਕਿ ਬਾਈ ਆਪਣੇ ਨਾ ਨੇੜੇ ਨੇੜੇ ਜਿਹੜੇ ਰਿਸ਼ਤੇਦਾਰ ਸੀ ਪਾਸੇ ਵਾਲੇ, ਉਹ ਇੰਨੇ ਸਾਧਨ ਹੁੰਦੇ ਨੀ ਸੀ, ਤੇ ਲੋਹੜੀ ਵਾਲੇ ਦਿਨ ਆ ਜਾਂਦੇ ਤੇ ਤੜਕੇ ਫਿਰ ਸੁਬਹਾ ਕਈ ਵਾਰੀ ਤੁਰ ਕੇ ਜਾਂਦੇ ਜਾਂ ਟਰੈਕਟਰ ਤੇ ਜਾਂਦੇ, ਜਿਵੇਂ ਮਤਲਬ ਇਸ਼ਨਾਨ ਕਰਕੇ ਨਾ, ਉਸ ਤੋਂ ਬਾਅਦ ਮੇਲਾ ਵੇਖਣਾ, ਤੇ ਸ਼ਾਮ ਨੂੰ ਆ ਜਾਣਾ, ਤੇ ਮਹੀਨਾ ਮਹੀਨਾ ਪਹਿਲਾਂ ਜਿਹੜੀ ਠੰਡ ਹੁੰਦੀ ਪੂਰੀ, ਉਹ ਲੱਕੜਾਂ ਪਾੜ ਕੇ, ਤੇ ਉਦੋਂ ਕਿਹੜਾ ਗੈਸ ਹੁੰਦੇ ਸੀ ਜਾਂ ਦੂਜੇ, ਤੇ ਲੱਕੜਾਂ ਉਕੜਾਂ ਪਾੜ ਕੇ ਖਵਾ ਖਾ ਮਾਰ ਲੈਣਾ, ਜਿਹੜੇ ਕੋਈ ਮਾੜੇ ਮੋਟੇ ਕੌੜੇ ਪਾਣੀ ਦੇ ਸ਼ੀਨ, ਉਹਨਾਂ ਦਾ ਇੰਤਜ਼ਾਮ ਕਰਕੇ ਰੱਖ ਲੈਣਾ, ਤੀਹ ਤੀਹ ਚਾਲੀ ਚਾਲੀ ਬੰਦੇ ਰਿਸ਼ਤੇਦਾਰ ਹਰੇਕ ਦੇ ਨਾਲ, ਦੋ ਦੋ ਤਿੰਨ ਤਿੰਨ ਪਿੰਡਾਂ ਚੋਂ ਜਿਹੜੀ ਮਤਲਬ ਆਏ ਹੁੰਦੇ ਸੀ, ਤੇ ਥੋੜੇ ਜਿਹੇ ਮੰਜੇ ਡਾਹੇ ਹੁੰਦੇ, ਤੇ ਦੂਜਾ ਆਪਣੇ ਜਾਂ ਖੁੱਲੀਆਂ ਸਵਾਤਾਂ 'ਚ ਸੱਟ ਕੇ ਥੱਲੇ ਗਦੈਲੇ ਪਰਾਲੀ ਦੇ, ਤੇ ਉਵੇਂ ਜਿਵੇਂ ਆਪਣੇ ਗੁਰੂ ਘਰਾਂ 'ਚ ਹੁੰਦਾ ਰਹਿਣ ਦਾ ਪ੍ਰੋਗਰਾਮ ਬਣਾਇਆ ਉਵੇਂ, ਤੇ ਮਾਈਆਂ ਨੇ ਕੋਈ ਮੱਥੇ ਵਾਟਾਂ ਪਾ ਤੜਕੇ ਟਾਇਆ, ਉਹਨਾਂ ਹੀ ਬਣਾ ਕੇ ਚਾਹ ਚੂਹ ਦੇ ਕਹਿਣਾ ਭਾਈ ਨਹਾਈ ਜਾਓ ਵਾਰੀ ਨਾਲ, ਪਾਣੀ ਗਰਮ ਕਰ ਕਰ ਦੇਈ ਜਾਣਾ, ਤੇ ਪਾਣੀ ਤਰੀ ਜਾ ਵਰਨਾ ਨਹਾਈ ਚਲੋ ਪੀ ਚਲੋ ਚਾਹ। ਹਾਂਜੀ, ਤੇ ਦੂਜਾ ਮੇਲਾ ਆਪਣੇ ਬਾਈ ਇੱਥੇ ਢੀਮਾ ਵਾਲੀ ਪਿੰਡ ਆ, ਆਪਣੇ ਤਾਏ ਦੀਆਂ ਦੋ ਗੁੱਡੀਆਂ ਉੱਥੇ ਫਰੀਦਕੋਟ ਦੇ ਨਾਲ ਹੀ, ਤੇ ਮਜਾਕੀ ਮੱਲ ਸਿੰਘ ਮੇਰੀ ਭੂਆ ਸੀਗੀ। ਅੱਛਾ, ਤੇ ਉੱਥੇ ਟੂਰਨਾਮੈਂਟ ਹੁੰਦਾ ਬਹੁਤ ਤਕੜਾ, ਆਪਣੇ ਬਾਬੇ ਫਕਰ ਦੀ ਯਾਦ ਚ ਲੱਗਦਾ, ਤਿੰਨ ਦਿਨ ਹੁੰਦਾ ਆਪਣਾ, 11-12 ਤੇ 13 ਅੱਸੂ ਦਾ, ਉਹ ਵੀ ਨੀ ਜਿੰਨਾ ਚਿਰ ਰਹੇ ਆ ਉੱਥੇ ਕਦੇ ਮਿਸ ਨੀ ਕੀਤਾ ਸੀ। ਉਹ ਫੁੱਫੜ ਸਾਈਕਲ ਤੇ ਆਉਂਦਾ ਹੁੰਦਾ ਸੀ, ਉਹ ਫੁੱਫੜ ਵੀ ਆਇਆ ਤੇ ਗਿਆ। ਗੁੱਡ ਮੈਮਰੀ ਤੁਹਾਡੀ ਬਾਈ, ਬੜੀ ਯਾਦ ਰੱਖੀ ਗੱਲ। ਤੇ ਉਹ ਬਾਈ ਜੀ ਆਪਣੇ ਉੱਥੇ ਹੋਰ ਚੀਜ਼ ਸੀਗੀ, ਉੱਥੇ ਨਾ ਸਾਰਾ ਪਿੰਡ ਮਤਲਬ ਪਹਿਲਾਂ ਹੀ ਦਾਰੂ ਕੱਢ ਕੇ ਰੱਖ ਲੈਂਦੇ, ਦੋਵਾਂ ਪਿੰਡਾਂ ਦੀ ਪਤਾ ਹੀ ਪਤਾ ਕਿੱਧਰੋਂ ਰਿਸ਼ਤੇਦਾਰਾਂ ਨੇ, ਤੇ ਉਹਨਾਂ ਨੇ ਤੜਕੇ ਉੱਥੇ ਰਾਜ ਡੋਲੀਆਂ ਚ ਪਾ ਕੇ, ਤੇ ਤੁਹਾਡੇ ਕਹਿਣ ਨੂੰ ਜਦੋਂ ਉੱਥੇ ਮਤਲਬ ਮੈਚ ਮੂਚ ਵੇਖਣ ਉੱਠ ਜਾਣਾ, ਤੇ ਮਗਰੋਂ ਜੀ ਆਉਣਾ, ਤੇ ਉਹਨੇ ਕਹਿਣਾ ਬੁੜੀਆਂ ਗੁੱਜਾ ਭਾਈ ਕਿਹੜੇ ਪਿੰਡੋਂ ਆ, ਬੇਬੇ ਫਲਾਨੇ ਪਿੰਡੋਂ ਆ, ਇੱਥੇ ਸਾਡੇ ਨਾਨਕੇ ਸਾਡੀ ਮਾਸੀ ਆ, ਉਹਨੇ ਕਹਿਣਾ ਭਾਈ ਇੱਥੇ ਬੋਤਲ ਬੈਠ ਬਾਹਰਲੀ ਬੈਠ ਗਈ ਜੀ ਵਿਆਸ ਨਾਲ, ਉੱਥੇ ਬਸ ਲੂਣ ਮਿਰਚ ਮਸਾਲਾ ਉੱਤੇ ਨਾ ਲਾਉਣਾ ਪਿਆ ਕਿਲੋ ਬੰਨਣੇ, ਤੇ ਮੁੜੇ ਆਉਣਾ। ਤੇ ਇੱਕ ਤੁਸੀਂ ਯਾਦ ਆ ਆਪਣੇ ਨਾ ਦਰਮੇਜਾ ਸਿੰਘ ਸੇਖੋਂ ਸੀਗੇ, ਖੇਤੀਬਾੜੀ ਮੰਤਰੀ ਸੀ, ਹਾਂਜੀ, ਤੇ ਉਹ ਆਏ ਮੁੱਖ ਮਹਿਮਾਨ ਦੇ ਤੌਰ ਤੇ, ਜਦੋਂ ਨਾਮ ਮੰਨਣਾ ਸੀ ਤੇ ਸਾਰਾ ਪਿੰਡ ਦਾ ਡੱਕਿਆ ਹੁੰਦਾ ਸ਼ਾਮ ਨੂੰ, ਜਿਹੜਾ ਜਿਹੜਾ ਜਾਵੇ ਕੋਈ ਹਾਰ ਪਾਉਣ ਲੱਗਾ, ਪੱਗ ਦੇ ਠੋਲਾ ਮਾਰੇ, ਕੋਈ ਹੱਥ ਜੁੰਗਲ ਮਾਰੇ, ਉਹ ਜਿਹੜਾ ਗੱਲਮੈਨ ਸੀ ਨਾ ਕਹਿੰਦਾ ਤੁਸੀਂ ਬਾਈ ਐਂ ਕਰੋ ਹਾਰ ਸਾਨੂੰ ਫੜਾ ਦਿਓ ਸੀ ਨਾ, ਜਦੋਂ ਆਪਣੇ ਮੰਤਰੀ ਸਾਹਿਬ ਗੱਡੀ ਚ ਬਹਿ ਕੇ ਉਦੋਂ ਪਾਸ ਗਏ ਇਹਨਾਂ ਨੇ, ਤੇ ਵਿੱਚ ਪੁਲਿਸ ਵਾਲੇ ਪੈਗ ਲਾਈ ਜਾਂਦੇ, ਵਿੱਚ ਜਾਗੀ ਚੱਲਦੇ ਆ ਕਿਸਾਨ, ਉੱਥੇ ਬਹੁਤ ਵਧੀਆ ਰੌਣਕ ਮੇਲਾ ਹੁੰਦਾ ਜੀ। ਧੰਨਵਾਦ ਬਾਈ ਜੀ। ਪੱਗ ਪਿਫੜਾ ਤੇ ਕਰਤੀ ਮੰਤਰੀ ਦੀ। ਗੁਰਦੇਵ ਸਿੰਘ ਜੀ, ਲਾਈਨ ਨੰਬਰ 6, ਸਤਿ ਸ਼੍ਰੀ ਅਕਾਲ ਬੀ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਇੱਕ ਤਾਂ ਸਾਡੇ ਜੀ ਕਰਤਾਰਪੁਰ ਸਾਹਿਬ ਲਾਗੇ ਆ ਜੀ, ਜਲੰਧਰ ਚ ਵਿਸਾਖੀ ਆ ਜੀ, ਉੱਥੇ ਵੀ ਜਿਹੜਾ ਫਰਨੀਚਰ ਵਾਲਾ, ਹਾਂਜੀ ਹਾਂ, ਸਾਡੇ ਜੈ ਕਾਲੂ ਦਾ ਪਿੰਡ ਆ। ਦੂਜਾ ਹੈਗਾ ਜੀ ਮੇਲਾ ਸੂਸਾਂ ਦਾ ਜੀ। ਅੱਛਾ, ਦੋਨੇ ਮਸ਼ਹੂਰ? ਹਾਂਜੀ, ਮੇਲਾ ਸੂਸਾਂ ਦਾ ਕਰ ਲਾ ਗੱਭਰੂ ਆ ਤਿਆਰੀ ਮੇਲੇ ਵਿੱਚ ਭੀੜ ਵਾੜੀ ਤੂੰ। ਸੂਸਾਂ ਦੇ ਮੇਲੇ ਦੀ ਤਾਂ ਇੱਥੇ ਵੀ ਅਸੀਂ ਗੱਲ ਕਰਦੇ ਹੁਣੇ ਆ, ਇੱਥੇ ਵੀ ਇਕੱਠ ਕਰਦੇ ਆ। ਹਾਂਜੀ ਹਾਂਜੀ, ਬਹੁਤ ਮਸ਼ਹੂਰ ਆ ਜੀ ਮੇਲਾ, ਇਕੱਠ ਬਹੁਤ ਹੁੰਦਾ ਜੀ, ਤੇ ਗਾਣਿਆਂ 'ਚ ਵੀ ਹੈਗਾ ਜੀ। ਥੈਂਕ ਯੂ ਬਾਈ ਜੀ, ਬਹੁਤ ਬਹੁਤ। ਫਿਕਸ ਮੈਨ ਆਟੋ ਗਲਾਸ, ਮਨਦੀਪ ਸਿੰਘ ਧਾਲੀਵਾਲ, ਜੰਟਾ ਧਾਲੀਵਾਲ, ਛੋਟਾ ਨੌ ਹੈ, ਸਰੀ ਲੈਂਗਲੀ ਅਤੇ ਵੈਨਕੂਵਰ ਦੇ ਵਿੱਚ ਸਟੋਰ ਨੇ। 604-657-0003, 778-258-3000।
ਕਾਰ, ਟਰੱਕ, ਉਸ ਤੋਂ ਬਾਅਦ ਵੈਨ, ਟਰੱਕਾਂ ਦਾ ਵੱਡਾ ਟਰੱਕ, ਐਸ ਯੂ ਵੀ, ਵਿੰਡਸ਼ੀਲਡ ਬਦਲਣੀਆਂ ਜਾਂ ਰਿਪੇਅਰ ਕਰਨੀਆਂ, ਆਈ ਸੀ ਬੀ ਸੀ ਦਾ ਕਲੇਮ ਹੈ, ਬੇਸੋਚ ਹੋ ਜਾਇਓ। 604-657-0003 'ਤੇ ਗੱਲਬਾਤ ਕਰਿਓ, ਫਿਕਸ ਮੈਨ ਆਟੋ ਕਲਾਸ। ਏ ਵਨ ਟਰੱਸਿਸ, ਟਰੱਸਿਸ ਤਾਂ ਬਣਾਉਂਦੇ ਬਣਾਉਂਦੇ ਆ, ਵੱਡਾ ਨਵਾਂ ਟਰੱਸਿਸ, ਯੂ ਕੈਨ ਟਰੱਸਟ ਏ ਵਨ ਟਰੱਸਿਸ। ਹੁਣ ਇੰਜੀਨੀਅਰਿੰਗ ਬੁੱਢ ਦਾ ਜਿਹੜਾ ਜੁਆਇਸਟ ਬਣਦੇ ਨੇ, ਬੀਮ ਬਣਦੇ ਨੇ, ਉਹ ਵੀ ਬਣਾਉਂਦੇ ਆ, ਅਤੇ ਸਟੀਲ ਦੇ ਜਿਹੜੇ ਬੀਮ ਬਣਦੇ ਨੇ, ਕੋਲਮ ਬਣਦੇ ਨੇ, ਬ੍ਰੈਕਟਸ ਬਣਦੀਆਂ ਨੇ, ਹੈਂਗਰਸ ਬਣਦੇ ਨੇ, ਉਹ ਸਪਲਾਈ ਵੀ ਕਰਦੇ ਆ, ਇੰਸਟਾਲ ਵੀ ਕਰਦੇ ਆ। ਏ ਵਨ ਟਰੱਸਿਸ, 604-580-2200। ਗਗਨ ਧਾਲੀਵਾਲ ਜੀ ਲਾਈਨ ਨੰਬਰ 1। ਗਗਨ ਧਾਲੀਵਾਲ ਜੀ, ਹਾਂਜੀ, ਤੁਸੀਂ ਹੋ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗੱਲਬਾਤ ਜੀ, ਉਹ ਮੈਨੂੰ ਥੋੜੀ ਜਿਹੀ ਆਵਾਜ਼ ਦੇ ਵਿੱਚ, ਕੋਈ ਨਾ ਜੀ, ਕੋਈ ਨਾ, ਦੱਸੋ। ਆਪਣਾ ਪਿੰਡ ਬੌਡੇ ਆ ਜੀ, ਨੰਗਲ ਲੋਪੋ। ਹਾਂ ਬਿਲਕੁਲ, ਜਗਮੋਹਣ ਵਾਲਾ ਪਿੰਡ ਆ ਨੰਗਲ ਨਾਲ, ਬਿਲਕੁਲ। ਹਾਂਜੀ, ਆਪਣੇ ਤਖਤੂਪੁਰਾ ਸਾਹਿਬ ਦਾ ਮੇਲਾ ਲੱਗਦਾ ਜੀ ਸਾਡੇ ਮੁਕਤਸਰ ਵਾਲੀ ਮਾਘੀ ਤੋਂ ਬਾਅਦ ਦੇ ਵਿੱਚ, ਮੁਕਤਸਰ ਸਾਹਿਬ ਵਾਲੇ ਤੋਂ, ਤੇ ਸਭ ਤੋਂ ਵੱਡਾ ਮੇਲਾ ਸਾਡੇ ਏਰੀਏ ਦਾ ਜੀ। 3-5 ਸ਼ਾਹੀਆਂ ਉੱਥੇ ਆਈਆਂ ਹੋਈਆਂ ਜੀ, ਵਾਹ, ਪਹਿਲੇ ਪਾਤਸ਼ਾਹ ਤੇ 6ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਇੱਕ ਜਗ੍ਹਾ ਤੇ। ਹਾਂਜੀ ਹਾਂਜੀ, ਗੱਲ ਬਾਈ ਜੀ, ਤੁਹਾਨੂੰ ਆਪਣੇ ਨਗਰ ਕੀਰਤਨ ਤੇ ਮਿਲ ਕੇ ਗਿਆ ਸੀਗਾ ਮੈਂ, ਗਗਨ ਮੇਰਾ ਨਾਮ, ਤੁਸੀਂ ਯਾਦ ਹੋਊਗਾ ਤੁਹਾਨੂੰ ਜੀ, ਤੇ ਬਹੁਤ ਵਧੀਆ ਲੱਗਿਆ ਜੀ, ਆਲਵੇਜ਼ ਤੁਹਾਨੂੰ ਸੁਣੀਦਾ ਤੇ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ ਜੀ, ਧੰਨਵਾਦ ਬਾਈ। ਥੈਂਕ ਯੂ ਵੀਰ ਜੀ, ਬਹੁਤ ਬਹੁਤ। ਹਰਪ੍ਰੀਤ ਸਿੰਘ ਸ਼ੋਕਰੂ ਨੇ ਲਿਖਿਆ ਕਿ ਸਾਡੇ ਪਿੰਡਾਂ 'ਚ ਹਾੜ ਦੇ ਮਹੀਨੇ ਮੇਲੇ ਲੱਗਦੇ ਆ, 6ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਕਈ ਗੁਰਦੁਆਰੇ ਨੇ, ਰਾਜਾ ਸਾਹਿਬ ਦਾ ਫਿਰ ਮੇਲਾ ਕਹਿੰਦੇ ਚੱਲ ਪੈਂਦਾ ਭਾਦੋਂ ਦੇ ਮਹੀਨੇ, ਛਿੰਝਾਂ ਦਾ ਕੋਈ ਅੰਤ ਨਹੀਂ ਦੁਆਬੇ 'ਚ, ਦੁਆਬੇ 'ਚ ਨਕਲਾਂ ਵੀ ਕਹਿੰਦੇ ਬਹੁਤ ਹੁੰਦੀਆਂ ਗਰਮੀਆਂ 'ਚ, ਉਹਨਾਂ ਦਾ ਵੀ ਆਪਣਾ ਰੰਗ ਹੈ। ਹੁਣ ਨਕਲਾਂ ਦਾ ਕਿਸੇ ਨੂੰ ਨਹੀਂ ਪਤਾ, ਜਲਸਿਆਂ ਦਾ ਪਤਾ ਨਹੀਂ ਲੱਗਣਾ, ਪਤਾ ਹੋਣਾ। ਅਤੇ ਕੋਟ ਗੰਗੂ ਰਾਏ ਦਾ ਸਾਡੇ ਮੇਲਾ ਬਹੁਤ ਮਸ਼ਹੂਰ ਹੈ, ਕੋਟ ਗੰਗੂ ਰਾਏ ਬਿਲਕੁਲ ਨੀਲੋਂ ਦੇ ਨਾਲ, ਆਲੇ ਦੁਆਲੇ ਦੇ ਪਿੰਡ ਸਾਰੇ, ਅਤੇ ਜੈ ਜੀ ਬੈਂਸ ਉੱਥੇ ਗਾਉਣ ਆਉਂਦਾ, ਅਤੇ ਸਾਬੀ ਦਾ ਪਿੰਡ ਆ ਉਹ, ਅਤੇ ਕੂਨਰ ਦਾ ਦਲਵੀਰ ਗਿੱਲ ਨੇ, ਪਿਰਥੀਪੁਰ ਵਾਲੇ ਨੇ ਯਾਦ ਕਰਾਇਆ, ਥੈਂਕ ਯੂ। ਇੰਦਰਜੀਤ ਸਿੰਘ ਦਿਓਲ ਜੀ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਮਿਹਨਤਾਂ ਜੀ, ਇੱਕ ਤਾਂ ਮੇਲਾ ਛਪਾਰ ਦਾ ਗਏ ਆ, ਸਾਡਾ ਪਿੰਡ ਨੇੜੇ ਸੀ ਡਾਂਗੋ, ਤੇ ਸਾਡਾ ਸਕੂਲ ਹੁੰਦਾ ਸੀ ਜੀ ਨਾਂਦੀਸ਼ਰ, ਅਹਿਮਦਗੜ੍ਹ ਛਪਾਰ ਰੋਡ ਤੇ ਸੀ। ਸਾਨੂੰ ਮੇਲੇ ਦਾ ਇੰਨਾ ਚਾਅ ਹੋਣਾ ਜੀ, ਸਾਨੂੰ ਛੁੱਟੀਆਂ ਹੋ ਜਾਂਦੀਆਂ ਸੀ ਹਫ਼ਤੇ ਦੀਆਂ, ਵੀ ਜਿਹੜੀ ਕਾਨਫਰੰਸਾਂ ਵਗੈਰਾ ਤੇ ਪੁਲਿਸ ਆਈ ਹੁੰਦੀ ਸੀ ਉਹ ਸਾਡੇ ਸਕੂਲ ਚ ਰਹਿੰਦੀ ਸੀ, ਬੜਾ ਚਾਅ ਹੁੰਦਾ ਸੀ ਮੇਲੇ ਦਾ ਵੀ, ਸਕੂਲੋਂ ਛੁੱਟੀਆਂ ਹੋਣੀਆਂ ਨੇ। ਤੇ ਇੱਕ ਦੇਖਿਆ ਜੀ ਮੈਂ ਬਹੁਤ ਛੋਟੇ ਹੁੰਦੇ ਆ ਜੀ, ਦਾਦੀ ਨਾਲ ਜਰਗ ਦਾ ਮੇਲਾ, ਵਾਹ, ਤੇ ਸਾਡੇ ਬਹੁਤ ਮਸ਼ਹੂਰ ਮੇਲਾ ਸਾਡੇ ਪਿੰਡਾਂ ਦਾ। ਯੈਸ, ਕੋਟ, ਤੁਸੀਂ ਹੁਣ ਕੋਟ ਗੰਗੂ ਰਾਏ ਦੀ ਗੱਲ ਕੀਤੀ ਆ, ਮੇਰਾ ਬੈਸਟ ਫਰੈਂਡ ਆ ਜੀ ਉਹ, ਜਿਵੇਂ ਇੱਥੇ ਨਾਲ ਟੂਰਨਾਮੈਂਟ ਵੀ ਹੁੰਦਾ ਹੁੰਦਾ, ਉਹ ਫਿਰ 3 ਸਾਲ ਜਾਣੀ 3 ਸਾਲ ਬਾਅਦ ਪ੍ਰਧਾਨ ਬਦਲਦਾ, ਉਹ ਸਪੋਰਟਸ ਕਲੱਬ ਦਾ ਪ੍ਰਧਾਨ ਰਹੇ, ਉਦੋਂ ਉੱਥੇ ਜਾਂਦੇ ਰਹੇ ਆ ਜੀ ਕੋਟ ਗੰਗੂ ਰਾਏ, ਉਹ ਵੀ ਬਹੁਤ ਵਧੀਆ ਮੇਲਾ। ਹਾੜ ਦੇ ਮਹੀਨੇ ਮੇਲੇ ਤੇ ਬਹੁਤ ਭੱਜਦੇ ਨੇ ਬਿਲਕੁਲ, ਆਪਣੇ ਸੂਏ ਤੇ ਮਾੜਾ ਬੋਲ ਨਹੀਂ ਭੱਜ ਸਕਦਾ, ਗਰਮੀ ਇੰਨੀ ਹੁੰਦੀ ਆ। ਸਿਰੇ ਦਾ ਮੇਲਾ ਜਿਹੜਾ ਇੱਥੇ ਦਾ, ਸੂਸਾਂ ਦਾ ਮੇਲਾ ਬਹੁਤ ਮਸ਼ਹੂਰ ਹੈ, ਰੋਸ਼ਨੀ ਜਗਰਾਵਾਂ ਦੀ ਬੜੀ ਮਸ਼ਹੂਰ ਹੈ, ਅਤੇ ਜਿਹੜੀ ਚਰਨ ਛੋਹ ਪ੍ਰਾਪਤ ਵੱਡੇ ਦਿਨ ਨੇ ਆਪਣੇ ਦਮਦਮਾ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਮੁਕਤਸਰ ਸਾਹਿਬ, ਉਹ ਤਾਂ ਗੱਲਾਂ ਹੀ ਹੋਰ ਨੇ, ਅਤੇ ਬੀੜ ਬਾਬਾ ਬੁੱਢਾ ਸਾਹਿਬ ਦੇ ਵੱਡਾ ਮੇਲਾ ਲੱਗਦਾ ਮਾਝੇ 'ਚ। ਗੁਰਬਖਸ਼ ਸਿੰਘ ਜੀ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ ਗੱਲ ਸਾਹਿਬ। ਸਤਿ ਸ਼੍ਰੀ ਅਕਾਲ ਬਾਗੀ ਸਾਹਿਬ।
ਗਿਆ ਸਾਹਿਬ ਤੁਸੀਂ ਅਸਲੀ ਸਾਰੇ ਪੂਰੇ ਪੰਜਾਬ ਦਾ ਗੇੜਾ ਕਢਾ ਦਿੱਤਾ ਵੇਖਿਆ ਵੇਖਿਆ ਨੇ ਅੱਧੇ ਘੰਟੇ ਚ ਗੱਲ ਕੀਤੀ ਸੀ ਜੀ ਦੁਆਬੇ ਦੀਆਂ ਛਿੰਝਾਂ ਦੀ ਹਾਂਜੀ ਸਾਡੇ ਨਾ ਪਿੰਡ ਮਲ ਸ੍ਰੀ ਸ਼ੰਕਰ ਦੇ ਪਿੰਡ ਵੀ ਨਾਲ ਨਾਲ ਆ ਵੱਡੇ ਪਿੰਡ ਆ ਦੁਆਬੇ ਦੇ ਵੱਡੀਆਂ ਛਿੰਝਾਂ ਤੇ ਦੋਹਾਂ ਪਿੰਡਾਂ ਦੀਆਂ ਜਿਹੜੀਆਂ ਛਿੰਝਾਂ ਆ ਉਹ ਬੜੀਆਂ ਵੱਡੀਆਂ ਆ ਔਰ ਉਹਨਾਂ ਛਿੰਝਾਂ ਦਾ ਬਾਕੀਆਂ ਛਿੰਝਾਂ ਨਾਲੋਂ ਕਿਹੜਾ ਡਿਫਰੈਂਟ ਕਲਚਰ ਆ ਸ਼ੰਕਰ ਦੀ ਛਿੰਝ ਤੋਂ ਪਹਿਲਾਂ ਸੱਤ ਦਿਨ ਪਹਿਲਾਂ ਮਤਲਬ ਜਿੱਦਾਂ ਨਾ ਉਹਨੂੰ ਅਸੀਂ ਕਹਿੰਦੇ ਪੈੜ ਸ਼ਾਮ ਨੂੰ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਆ ਪਤਾ ਨੀ ਮਤਲਬ ਜਿੱਦਾਂ ਬੀਬੀਆਂ ਇੱਕ ਪਾਸੇ ਉੱਥੇ ਤਨਾਹ ਇੱਕ ਪਾਸੇ ਤਨਾਹ ਦੇ ਬੀਬੀਆਂ ਦੂਜੇ ਪਾਸੇ ਪੈਂਦੇ ਉੱਥੇ ਫਿਰ ਗਿੱਧਾ ਭੰਗੜਾ ਤੇ ਬੋਲੀਆਂ ਪੈਂਦੀਆਂ ਬੇ ਸਭੀਆਂ ਤੇ ਉਸ ਤੋਂ ਬਾਅਦ ਜਿੱਦਣ ਛਿੰਝ ਦਾ ਹੁਣ ਤਾਂ ਜਦੋਂ ਥੋੜੇ ਜਿਹਾ ਪਰ ਪਹਿਲੀਆਂ ਚ ਜਦੋਂ ਛੋਟੇ ਹੁੰਦੇ ਸੀ ਤੇ ਪਹਿਲਾਂ ਪਿੜ ਪੰਜਾਬ ਦੇ ਸਾਰੇ ਮਲ ਇਕੱਠੇ ਹੋਏ ਤੇ ਹੁਣੇ ਤੇ ਪਹਿਲੇ ਪਿੜ ਤੋਂ ਬਾਅਦ ਜਿੰਨੇ ਪੰਜਾਬ ਦੇ ਟੋਪ ਦੇ ਢਾਡੀ ਆ ਉਹਨਾਂ ਦੇ ਅਖਾੜੇ ਲੱਗਦੇ ਹੁੰਦੇ ਸੀ ਉਹਨੇ ਆਪਣਾ ਆਪਣਾ ਅਖਾੜਾ ਲਾਇਆ ਹੋਣਾ ਤੇ ਦੂਜੇ ਪਾਸੇ ਉਹਦੇ ਪਿੰਡ ਦੇ ਵਿੱਚ ਤੁਸੀਂ ਮਤਲਬ ਕਿਸੇ ਦੇ ਘਰ ਦੇ ਮੋਹਰ ਦੀ ਲੰਘਣਾ ਔਖਾ ਹੋ ਜਾਂਦਾ ਹਰੇਕ ਨੇ ਫੜ ਫੜ ਖਿੱਚਣਾ ਆਪਣੇ ਘਰ ਨੂੰ ਬਹੁਤ ਵੱਡੀ ਉਹਨਾਂ ਨੇ ਨੀ ਦੇਖਣਾ ਵੀ ਤੁਸੀਂ ਇਹ ਸਾਡਾ ਜਾਣਦਾ ਆ ਜਾਂ ਨਹੀਂ ਹਰੇਕ ਘਰ ਦੇ ਵਿੱਚ ਜਿੱਦਾਂ ਕੜਾਹ ਦੇ ਬੜਬੜੇ ਦੇਗੇ ਬਣਾਏ ਹੋਣੇ ਖੀਰ ਹੋਣੀ ਤੇ ਦਾਰੂ ਦਾ ਤੁਹਾਨੂੰ ਪਤਾ ਮਤਲਬ ਏਦਾਂ ਜਿੱਦਾਂ ਨਾ ਪ੍ਰਾਹੁਣਿਆਂ ਦੀ ਸੇਵਾ ਕਰੀ ਵੀ ਆਇਆਂ ਦੀ ਇਹ ਕਲਚਰ ਹੁੰਦਾ ਸੀਗਾ ਵੀ ਹਰੇਕ ਘਰ ਦੇ ਵਿੱਚ ਲੰਗਰ ਚੱਲਦਾ ਤੇ ਉਹ ਜਿਹੜੇ ਮੇਲੇ ਹੁਣ ਵੀ ਮਤਲਬ ਮੈਂ ਦੇਖਿਆ ਵੀ ਥੋੜਾ ਫਰਕ ਤਾਂ ਪਿਆ ਅੱਗੇ ਨਾਲੋਂ ਪਰ ਸਟਿਲ ਜਿਹੜੀਆਂ ਉਹ ਛਿੰਝਾਂ ਆ ਉਹ ਆਉਂਦੇ ਵੀ ਪੰਜਾਬ ਚ ਬਾਕੀ ਛਿੰਝਾਂ ਨਾਲੋਂ ਬਹੁਤ ਵੱਡੀ ਗੱਲ ਹੈ ਤੇ ਪੰਜਾਬ ਦਾ ਹਰੇਕ ਮਲ ਦਉਂਦਾ ਥੈਂਕ ਯੂ ਤੁਹਾਡਾ ਧੰਨਵਾਦ ਜੀ ਬਾਗੀ ਸਾਹਿਬ ਦੁਆਬੇ ਦੀ ਮਹਿਮਾਨ ਨਵਾਜ਼ੀ ਹੈ ਜਿਹੜੀ ਉਹਦਾ ਤੋੜ ਨਹੀਂ ਹੈ ਜਿਹੜੀ ਸੇਵਾ ਦੁਆਬੇ ਦੇ ਵਿੱਚ ਕਰੇ ਆ ਇਹ ਪ੍ਰਾਹੁਣੇ ਦੀ ਹੁੰਦੀ ਆ ਇਹ ਮੰਨਣਾ ਪਊ ਜਿਹੜੀ ਗੱਲ ਉਹ ਬਹੁਤ ਜ਼ਿਆਦਾ ਪਰਿਵਾਰ ਰਲ ਕੇ ਵੀ ਕਿੱਥੇ ਬਿਠਾਈਏ ਕਿੱਥੇ ਹੁਣ ਸਾਡੇ ਘਰ ਬੰਦਾ ਆਇਆ ਇੱਥੇ ਵੀ ਤੁਸੀਂ ਇਹ ਫਰਕ ਹੈ ਇੱਕ ਵੀ ਭਾਅ ਜੀ ਬੈਠੋ ਚਾਹ ਪੀ ਕੇ ਜਾਓ ਉਹ ਇੱਕ ਇਹ ਆ ਵੀ ਆ ਜਾਓ ਚਾਹ ਤਾਂ ਪੀ ਜਾਓ ਘੁੱਟ ਬਸ ਇੰਨਾ ਫਰਕ ਹੈ ਹਰਿੰਦਰਜੀਤ ਸਿੰਘ ਜੀ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੱਸੋ ਕਿਹੜਾ ਪਿੰਡ ਆ ਤੇ ਮੇਲਾ ਕਿੱਥੇ ਮੇਰਾ ਪਿੰਡ ਆ ਗਈ ਧੂੜਵੜ ਸੀ ਨਿਹਾਲ ਸਿੰਘ ਵਾਲਾ ਪਿੰਡ ਹਾਂਜੀ ਤੇ ਮੇਰੇ ਨਾਲ ਗੁਆਂਢ ਤਖਤਪੁਰਾ ਸਾਹਿਬ ਵੀ ਲੱਗਦਾ ਮੇਲਾ ਤਿੰਨ ਪਾਤਸ਼ਾਹੀਆਂ ਆਈਆਂ ਬੀਬੀ ਜੀ ਨੇ ਦੱਸਿਆ ਬੋਡਿਆਂ ਦੀ ਸੀਗੀ ਬਹੁਤ ਵਧੀਆ ਲੱਗਦਾ ਸੀਗਾ ਜੀ ਹੁਣ ਤਾਂ ਚਲੋ ਬਹੁਤ ਸਾਲ ਹੋ ਗਏ ਮੇਲਾ ਦੇਖਿਆ ਨੀ ਗਿਆ ਨੀ ਮੈਂ 14 ਸਾਲ ਹੋ ਗਏ ਤੇ ਉਹ ਜਾਦਾ ਹਜੇ ਵੀ ਦਿਲ ਚ ਬਸੀਆਂ ਮੇਰੇ 4 ਮਾਮੇ ਸੀ ਤੇ ਮਾਮਿਆਂ ਦੇ ਬੇਟੇ ਜਿੰਨੇ ਹਨਾ ਦੋ ਦੋ ਬੇਟੇ ਸੀਗੇ ਸਾਰਿਆਂ ਨੇ ਆ ਜਾਣਾ ਇੱਥੇ ਮੇਲਾ ਦੇਖਣ ਤੇ ਇੰਨੀ ਰੌਣਕ ਲੱਗੀ ਹੋਣੀ ਭੂਆ ਦੇ ਬੇਟੇ ਹੋਣੇ 2 ਹੀ ਤੇ ਸਾਡੇ ਘਰੇ ਉਹੀ ਜਿਵੇਂ ਕਹਿ ਲੋ ਪੈਣ ਨੂੰ ਜਗ੍ਹਾ ਨੀ ਸੀ ਮਿਲਦੀ ਇੰਨੇ ਰਿਸ਼ਤੇਦਾਰ ਆ ਜਾਂਦੇ ਸੀਗੇ ਮੇਲਾ ਦੇਖਣ ਚੱਲ ਗਏ ਯਾਰ ਤਖਤਪੁਰਾ ਸਾਹਿਬ ਦਾ ਮਾਝੀ ਨਾਲੇ ਨਾ ਆਵਾਂਗੇ ਨਾਲੇ ਮੇਲਾ ਦੇਖ ਆਵਾਂਗੇ ਆਨੰਦ ਆ ਗਿਆ ਤੇ ਸਾਡੇ ਵਾਰ ਚ ਮੋਟਰ ਚੱਲਦੀ ਹੁੰਦੀ ਸੀਗੀ ਯਾਰ ਸਾਡਾ ਘਰ ਖੇਤਾਂ ਚ ਪਾਇਆ ਸੀਗਾ ਪਹਿਲਾਂ ਸਵੇਰੇ ਸਵੇਰੇ ਸਾਰਾ ਨੀ ਡਿੱਗੀ ਚ ਨਹਾਉਣਾ ਨਿਕਲੀ ਜਾਣਾ ਕਹਿਣਾ ਕਿ ਮਾਘੀ ਨਾਲ ਜਾਣਾ ਫਿਰ ਉੱਥੇ ਨਹਾਵਾਂਗੇ ਜਾ ਕੇ ਸੁੱਚੇ ਹੋ ਕੇ ਜਾਓ ਸੁੱਚੇ ਹੋ ਕੇ ਜਾਣਾ ਜੀ ਪਰਨਾ ਨਚੋੜੀ ਜਾਣਾ ਤੇ ਲਾਈ ਜਾਣਾ ਪਰਨਾ ਨਚੋੜੀ ਜਾਣਾ ਤੇ ਲਾਈ ਜਾਣਾ ਲਖਵਿੰਦਰ ਸਿੰਘ ਜੀ ਲਾਈਨ ਨੰਬਰ 1 ਜੀ ਸਤਿ ਸ਼੍ਰੀ ਅਕਾਲ ਆਪਣੇ ਜ਼ਿਆਦਾ 2 ਤਰ੍ਹਾਂ ਦੀ ਮੇਲੇ ਜ਼ਿਆਦਾ ਪੰਜਾਬ ਦੇ ਵਿੱਚ ਜਿਵੇਂ ਹੁਣ ਭਾਈ ਹੁਣੇ ਨੇ ਗੱਲ ਕੀਤੀ ਤਾਂ ਤੋਂ ਕਹਿੰਦੇ ਧਾਰਮਿਕ ਹਾਂਜੀ ਧਾਰਮਿਕ ਮੇਲਾ ਬਿਲਕੁਲ ਬਿਲਕੁਲ ਜਿਹੜਾ ਜਿਹਦੀ ਮੈਂ ਗੱਲ ਕਰਦਾ ਸਾਡੇ ਪਿੰਡ ਵਾਲੇ ਦੀ ਢੁੱਡੀ ਵਾਲੇ ਮੇਲੇ ਦੀ ਇਹ ਨਿਰਾਪੁਰਾ ਮੇਲਾ ਫਿਰ ਉਹਦੇ ਚ
ਬੰਦਿਆਂ ਨੂੰ ਖਾਣ ਪੀਣ ਦੀ ਵੀ ਕੋਈ ਪਰਵਾਹ ਨੀ ਰਹਿੰਦੀ, ਉੱਥੇ ਥੋੜਾ ਜਿਹਾ ਸਾਰਾ ਕੁਝ ਚੱਲਦਾ। ਹਾਂ, ਉਹ ਫਿਰ ਦੂਜੇ ਨੂੰ ਜੋੜ ਮੇਲਾ ਕਹਿੰਦੇ ਆਪਾਂ ਧਾਰਮਿਕ, ਇਹ ਮੇਲੇ ਨੇ, ਬਿਲਕੁਲ ਇਹ ਮੇਲੇ ਆ ਗਏ। ਬਾਕੀ ਹੁਣ ਤਾਂ ਤੁਹਾਨੂੰ ਪਤਾ ਜੀ ਸਮਾਂ ਬਦਲ ਗਿਆ, ਮੇਲੇ ਉਹ ਰਹੇ ਨੀ, ਮੇਲਿਆਂ ਦਾ ਉਹ ਜਿਹੜੀ ਖਿੱਚ ਨੀ ਰਹੀ, ਕਿਉਂਕਿ ਪਿੰਡੋ ਪਿੰਡੀ ਹੁਣ ਟੂਰਨਾਮੈਂਟ ਵੀ ਹੋਣ ਲੱਗ ਗਏ ਤਾਂ ਟੂਰਨਾਮੈਂਟਾਂ ਨੇ ਵੀ ਕੋ ਨਾਲ ਮੇਲੇ ਵਾਲਾ ਮਾਹੌਲ ਬਣ ਜਾਂਦਾ। ਬਿਲਕੁਲ, ਜਿਹੜੇ ਬਲਦਾਂ ਦੇ ਮੇਲੇ ਨੇ ਉਹ ਤਾਂ ਬਹੁਤ ਦੂਰ ਦੂਰ ਜਾਂਦੇ ਰਹੇ ਦੇਖਣ, ਉਹ ਦੇਖਣ ਦੀ ਵੀ ਇੱਕ ਲਲਕਾ ਭਜਾਉਣ ਦੀ ਅਲੱਗ ਹੈ। ਨਾਨਕਜੀਤ ਸਿੰਘ ਜੀ ਲਾਈਨ ਨੰਬਰ 2। ਗੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਵੀਰ ਜੀ। ਮੇਰੇ ਪਿੰਡ ਦੇ ਲਾਗੇ ਇੱਕ ਪਿੰਡ ਹੈ ਜੀ ਮੰਡਾਲੀ, ਉੱਥੇ ਮੇਲਾ ਲੱਗਦਾ ਹੁੰਦਾ ਜੀ, ਇੱਕ ਮੁਸਲਮਾਨ ਪੀਰ ਦੀ ਜਗ੍ਹਾ ਆ, ਤੇ ਜਦੋਂ ਕਣਕਾਂ ਵੱਢ ਹੋ ਜਾਂਦੀਆਂ ਤੇ ਝੋਨਾ ਲੱਗਣ ਤੋਂ ਪਹਿਲਾਂ ਉਹ ਲੱਗਦਾ ਜੀ, 3-4 ਦਿਨ ਮੇਲਾ ਰਹਿੰਦਾ ਜੀ। ਉਹ ਵੇਖ ਕੇ ਆਇਆ ਜੀ ਮੈਂ, ਕਾਰਾਂ ਖੜੀਆਂ ਸ਼ੀਸ਼ਿਆਂ ਚ। ਹਾਂਜੀ, ਤੇ ਉਹ ਜਿਹੜੇ ਪਹਿਲੇ ਪੀਰ ਸੀਗੇ ਤਾਂ ਪੁਰੇ ਗਏ, ਉਸ ਤੋਂ ਬਾਅਦ ਜਿਹੜੇ ਗੱਦੀ ਤੇ ਪਠਾਲ ਤੇ ਪਿੰਡ ਵਾਲੇ ਨੇ ਉਹਦੀਆਂ ਕਾਰਾਂ ਕੋਲ ਗੱਡੀਆਂ ਜੀ, ਉਹਦਾ ਵੀ ਬਾਹਲਾ ਹੀ ਸ਼ੌਕੀਨ ਸੀਗਾ ਜੀ ਉਹਦਾ। ਪਹਿਲੇ ਜੀ ਪਹਿਲੇ ਕਹਿੰਦੇ ਜਿਨ੍ਹਾਂ ਨੇ ਸ਼ੁਰੂ ਕੀਤੀ ਉਹ ਬਹੁਤ ਸਾਦੇ ਸੀ ਕਹਿੰਦੇ। ਹਰਿੰਦਰਜੀਤ ਸਿੰਘ ਜੀ। ਹਾਂਜੀ ਵੀਰ ਜੀ, ਸੋਰੀ ਉਹਦਾ ਫੋਨ ਕੱਟਿਆ ਗਿਆ ਜੀ। ਹਾਂਜੀ ਹਾਂਜੀ, ਪੂਰੀ ਕਰੋ ਗੱਲ। ਵੀਰ ਜੀ ਦੂਜਾ ਮੇਲਾ ਲਾਇਆ ਸੀ ਮੇਰੇ ਨਾਨਕੇ ਜੀ ਬਠਿੰਡਾ ਜ਼ਿਲ੍ਹਾ ਜੀ, ਤੇ ਪਿੰਡ ਕੋਠਾ ਗੁਰੂ ਕਾ ਸੀਗਾ ਜੀ। ਹਾਂਜੀ, ਤੇ ਬਹੁਤ ਵਧੀਆ ਮੇਲਾ ਸੀਗਾ ਜੀ ਉਹ, ਜਿਵੇਂ ਛੋਟੇ ਛੋਟੇ ਸੀ ਉਦੋਂ ਜਾਣਾ ਜੀ, ਤੇ ਉਹ ਬਹੁਤ ਵਧੀਆ ਲੱਗਦਾ ਸੀ ਨਾਨਕੇ ਜਾਣਾ ਨਾਲੇ ਤਾਂ ਉਦੋਂ, ਕਿਉਂਕਿ ਜੇਠ ਹਾੜ ਦੀਆਂ ਪੂਰੀਆਂ ਧੁੱਪਾਂ ਹੋਣੀਆਂ ਜੀ, ਤੇ ਨਾਲੇ ਧੁੱਪੇ ਮੱਛੀ ਆਣਾ ਗਰਮੀ ਦੇ ਨਾਲੇ ਮੇਲੇ ਤੇ ਬਹੁਤ ਵਧੀਆ ਲੱਗਦਾ, ਜਿਹੜੇ ਆ ਭੇਡੂ ਹੁੰਦੇ ਜੀ ਉਹ ਪੜਾਉਂਦੇ ਹੁੰਦੇ ਸੀਗੇ ਜੀ। ਅੱਛਾ, ਕੋਠਾ ਗੁਰੂ ਕਾ। ਥੈਂਕ ਯੂ ਹਰਿੰਦਰ, ਥੈਂਕ ਯੂ ਸੋ ਮਚ। ਕਮਰਪਾਲ ਸਿੰਘ ਜੀ ਲਾਈਨ ਨੰਬਰ 1। ਸਤਿ ਸ੍ਰੀ ਅਕਾਲ ਸਾਹਿਬ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਸਾਡੇ ਪਤਾ ਜੀ ਦੁਸਹਿਰੇ ਦਾ ਮੇਲਾ ਬੜਾ ਮਸ਼ਹੂਰ ਹੈ। ਕਿੱਥੇ ਜੀ? ਹੁਸ਼ਿਆਰਪੁਰ ਸ਼ਹਿਰ। ਹੁਸ਼ਿਆਰਪੁਰ ਸ਼ਹਿਰ ਦੇ ਵਿੱਚ, ਠੀਕ ਹੈ। ਹਾਂਜੀ, ਉਹ ਚੋਜ ਲੱਗਦਾ ਜੀ, ਤੇ ਦੁਸਹਿਰਾ ਤੁਹਾਨੂੰ ਪਤਾ 10 ਦਿਨ ਹੁੰਦਾ ਆ, ਤੇ ਇੱਕ ਜੀ ਅਸੀਂ ਜਾਈਦਾ ਹੁੰਦਾ ਸੀ ਆਪਣੀ ਭੂਆ ਕੇ ਦੇਖਣ, ਉਹ ਡੇਰਾ ਬਾਬਾ ਨਾਨਕ ਦੇ ਲਾਗੇ ਰਮਦਾਸ ਆ ਪਿੰਡ ਦਾ, ਉੱਥੇ ਬਾਬਾ ਬੁੱਢਾ ਜੀ ਦਾ ਆਖਰੀ ਵਕਤ ਬੀਤਿਆ ਤੇ ਸਮਾਧਾ ਉਹਨਾਂ ਦਾ ਗੁਰਦੁਆਰਾ, ਉਸਦਾ ਮੇਲਾ ਲੱਗਦਾ 4 ਦਿਨ। ਬਹੁਤ ਵੱਡੀ ਜਗ੍ਹਾ, ਬਿਲਕੁਲ। ਉਹ ਜੀ ਉਹ ਮੇਲਾ ਬੜਾ ਬਹੁਤ ਜਿਆਦਾ ਵਧੀਆ ਮੇਲਾ ਦੇਖਣ ਨੂੰ ਸਾਡੀ ਲਾਈਫ ਦਾ ਨਾ ਰਹੇ ਆ ਜਿਹੜੇ ਉਹ ਦੇਖੇ, ਵੱਡੀ ਯਾਦ ਹੈ। ਦੁਆਬੇ 'ਚ ਵੀ ਇੱਕ ਤਾਂ ਜੰਡੂ ਸਿੰਘ ਆ, ਉਹ ਤਾਂ ਆਦਮਪੁਰ ਕੋਲ ਉੱਥੇ ਨਹੀਂ, ਇੱਕ ਹੋਰ ਆ ਜਗ੍ਹਾ ਜਿੱਥੇ ਦਾਰੂ ਚੜ੍ਹਦੀ ਆ, ਇੱਧਰ ਮੈਂ ਨਾਂ ਭੁੱਲ ਗਿਆ, ਬਾਈ ਰੱਕੀ ਸੋ ਤੇ ਬੜੇ ਪਿੰਡ ਉਹਨਾਂ ਦਾ ਫੋਨ ਆਉਂਦਾ ਸੀ, ਇਹ ਉਰੇ ਵੀ ਮੇਲਾ ਬਣਾਉਂਦੇ ਆ, ਜਾਂ ਚਾਦਰਾ ਧੂੰਵਾਂ ਲਾ ਕੇ ਅਤੇ ਕੁੜਤਾ ਪਾ ਕੇ ਸਿਰੇ ਦੀ ਦਸਤਾਰ, ਦੋ ਨੇ, ਇੱਕ ਯੂਬਾ ਸਿਟੀ ਵਾਲਾ ਭਾਈ ਆ ਬਾਈ ਦਾ ਦੋਸਤ, ਬਸ ਕਬੱਡੀ ਦੇ ਮੇਲਿਆਂ ਦੇ ਵਿੱਚ। ਸੋਢੀ ਚਾਹਲ ਨੇ ਵੀ ਇਸ ਵਾਰ ਨਗਰ ਕੀਰਤਨ 'ਤੇ ਚਾਦਰਾ ਲਾਇਆ, ਨਾਲ ਖੁੰਡਾ ਫੜਿਆ ਸੀ ਪੱਲੀਆਂ ਵਾਲੇ ਨੇ, ਤਿਆਰ ਹੋਇਆ ਸੀ ਪੂਰਾ। ਅਮਨਪ੍ਰੀਤ ਸਿੰਘ ਜੀ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ। ਸਾਡੇ ਮੇਰਾ ਪਿੰਡ ਹੈਗਾ ਜੀ ਸਨੇਤ। ਸਨੇਤ? ਹਾਂਜੀ, ਚੱਲ ਲੁਧਿਆਣਾ ਹੀ ਹੋ ਗਿਆ। ਹਾਂਜੀ ਹਾਂਜੀ ਹਾਂਜੀ, ਤੇ ਸਾਡੇ ਮੇਲਾ ਲਾਦੇ ਦਾਦਾ ਦੇ ਵਿੱਚ, ਲਾਗਤੋਂ ਦੇ ਦਾਦਾ ਦੇ ਵਿੱਚ ਭਾਈ ਵਾਲੇ ਦਾ ਜੀ। ਅੱਛਾ। ਹਾਂਜੀ, ਜੋੜ ਮੇਲਾ ਜੀ, ਉੱਥੇ ਪਤੰਗ ਚੜ੍ਹਦੇ ਆ ਜੀ।
ਕਮਾਲ ਕਰਤੀ ਲੈ, ਗੁਆਂਢ ਦਾ ਪਿੰਡ ਹੈ ਪਤਾ ਹੀ ਨਹੀਂ ਸੀ। ਜਸਵੰਤ ਸਿੰਘ ਜੀ ਲਾਈਨ ਨੰਬਰ 5, ਜਸਵੰਤ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਪਿੰਡ ਦੁਆਬੇ ਦੇ ਵਿੱਚ ਪਿਆਲਾ ਪਿੰਡ ਆ। ਪਿਆੜਾ ਜੀ? ਪਿਆਲਾ ਪਿੰਡ ਆ। ਤੇ ਜਿਹੜੀ ਤੁਸੀਂ ਸ਼ਰਾਬ ਦੀ ਗੱਲ ਕਰਦੇ, ਸਾਡੇ ਪਿੰਡ ਮੇਲਾ ਲੱਗਦਾ ਜੀ ਪਿਆਲੇ, ਪਿਆਲਾ ਪਿੰਡ ਆ ਪਿਆਲਾ, ਉੱਥੇ ਸ਼ਰਾਬ ਚੜ੍ਹਦੀ ਸਵੇਰ ਨੂੰ, ਮਹਾਰਾਜ ਦੇ ਭੋਗ ਪਾ ਕੇ ਸਮਾਪਤੀ ਕਰਕੇ ਸ਼ਾਮਾਂ ਨੂੰ 4 ਵਜੇ ਸ਼ਰਾਬ ਚੜ੍ਹਦੀ ਆ, ਤਾਂ ਆਲੇ ਦੁਆਲੇ ਦੇ ਘੱਟੋ ਘੱਟ 20 ਪਿੰਡ ਇਕੱਠੇ ਹੁੰਦੇ ਆ ਜੀ ਸ਼ਰਾਬ ਪੀਣ ਨੂੰ। ਲੈ ਦੇਖ ਲਓ, ਬਸ ਆਪਣੀ ਆਪਣੀ ਤਵਾਰੀਖਾਂ ਦੀ ਗੱਲ ਸੀ। ਕਾਲੇ ਸੰਘੇ ਅਤੇ ਰਟੈਂਡੇ ਵੀ ਦਾਰੂ ਚੜ੍ਹਦੀ ਆ। ਮਾੜੀ ਦਾ ਮੇਲਾ, ਬਾਬੇ ਫਰੀਦ ਦਾ ਮੇਲਾ, ਵੱਡੇ ਮੇਲੇ ਸੀ। ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਹਿੱਸਾ ਪਾਇਆ। ਬਲਵਿੰਦਰ ਸਿੰਘ ਜੀ ਚਿਰਦੇ ਉਡੀਕਦੇ ਆ, ਬਾਈ ਜੀ 30 ਸੈਕਿੰਡ ਨੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਬਲਵਿੰਦਰ ਸਿੰਘ ਜੀ, ਮੇਰਾ ਪਿੰਡ ਆ ਜੀ ਸੰਤ ਹਰਦੇਵ ਸਿੰਘ ਜੀ ਗੁੱਲ ਵਾਲਿਆਂ ਦੇ ਲਾਗੇ, ਬਿਲਕੁਲ ਜਵੰਦਾ, ਤੇ ਸਾਡੇ ਨਾਲ 3-4 ਕਿਲੋਮੀਟਰ ਤੇ ਬਾਬਾ ਰੋਡੂ ਦਾ ਮੇਲਾ ਲੱਗਦਾ ਆਨੰਦਪੁਰ ਕਲੌੜ। ਸੇਬ ਨੇ ਸੇਬ ਕੱਟ ਕੇ ਦੇ ਦੇਣੇ ਸਾਡੇ ਵੀ ਜਿਹੜੀ 4-4 ਫੁੱਟ ਕਰਕੇ, ਉਹਦੇ ਚ ਕਿੰਨੀ ਖੁਸ਼ੀ ਮਿਲ ਜਾਂਦੀ ਕਾਲੂਨ ਭੁੱਕੇ ਉੱਤੇ। ਸਾਦਗੀ ਸੀ, ਰੱਬ ਰੱਖਾ।